जी हाँ जी हाँ जी हाँ, सत श्री अकाल, नमस्ते आप सब नूं। पहलां तां श्री गुरु नानक देव जी दे जन्म दिहाड़े दी लख लख मुबारकबाद, और उस तों बाद कल थैंक्स गिविंग सीगा, उहदी भी हैप्पी थैंक्स गिविंग। और असीं अज पहुँचे हैगे आ कैलीफोर्निया दे विच स्टॉकटन बुलेवार्ड दे उत्ते, और मेरे पिछे तुसीं देख रहे कि चीना ज्यूलर दे सामने बहुत बड़े बड़े टेंट लगे हुए हैगे आ, और लोग लाइना दे विच खड़े हैगे आ। ਵੀ ਹੋਵੇ ਵੀ ਕਿਉਂ ਨਾ, ਕੱਲ੍ਹ 22 ਤਰੀਕ ਨੂੰ ਔਰ ਅੱਜ 23 ਤਰੀਕ ਨੂੰ ਚੀਨਾ ਜੂਲਰਸ ਵਾਲਿਆਂ ਨੇ ਬਹੁਤ ਵੱਡੀ ਸੇਲ ਲਾਈ ਹੈਗੀ ਆ, ਔਰ ਬਹੁਤ ਸਾਰੇ ਇਨਾਮ ਰੱਖੇ ਹੈਗੇ ਕਿ ਜਿਹੜੇ ਪਹਿਲੇ 50 ਕਸਟਮਰ ਜਿਹੜੇ ਆਉਣਗੇ ਅੱਜ ਜਾਂ ਕੱਲ੍ਹ ਵੀ ਆਏ ਸੀਗੇ ਜਾਂ ਅੱਜ ਜਿਹੜੇ ਆਉਣਗੇ ਉਹਨਾਂ ਨੂੰ ਡਾਇਮੰਡ ਰਿੰਗਸ ਦਿੱਤੀਆਂ ਜਾਣਗੀਆਂ, ਔਰ ਉਸ ਤੋਂ ਇਲਾਵਾ ਜਿਹੜੀ ਗੋਲਡ ਜੂਲਰੀ ਹੈਗੀ ਆ ਉਹ 'ਤੇ ਬਹੁਤ ਭਾਰੀ ਸੇਲ ਹੈਗੀ ਆ। ਔਰ ਲੋਕ ਅੱਜ ਵੈਸੇ ਬਲੈਕ ਫਰਾਈਡੇ ਵੀ ਹੈਗਾ ਆ, ਔਰ ਇਸ ਕਰਕੇ ਵੀ ਬਲੈਕ ਫਰਾਈਡੇ ਦਾ ਵੀ ਮਜ਼ਾ ਲੈ ਰਹੇ ਹੈਗੇ ਆ। ਬਲੈਕ 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 ਜਿਹੜਾ ਹੈਗਾ ਉਹ ਬਹੁਤ ਬਲੈਕ ਹੁੰਦਾ, ਪਰ ਇਹ ਕਹਿੰਦੇ ਹੁੰਦੇ ਕਿ ਅੱਜ ਜੂਲਰੀ ਦੇ ਵਿੱਚ ਕੋਈ ਬਲੈਕ ਨਹੀਂ ਹੈਗਾ, ਜੂਲਰੀ ਦੇ ਵਿੱਚ ਸਾਰਾ ਕੁਝ ਅੱਜ ਬਹੁਤ ਸਫੇਦ ਸਫੇਦ ਹੈਗਾ, ਔਰ ਸਾਰਿਆਂ ਨੂੰ ਅੱਜ ਬਹੁਤ ਵਧੀਆ ਤੋਹਫੇ ਮਿਲਣੇ ਹੈਗੇ ਆ। ਔਰ ਅੱਜ ਸ਼ਾਮ ਨੂੰ ਇਹਨਾਂ ਨੇ ਇੰਦਰਜੀਤ ਹੋਣਾ ਨੇ ਚੀਨਾ ਜੂਲਰ ਵਾਲਿਆਂ ਨੇ ਕਾਰ ਵੀ ਗਿਫਟ ਵਿੱਚ ਕੱਢਣੀ ਆ, ਰੈਫਲਸ ਪੈਣਗੇ, ਰੈਫਲ ਜਿਹੜਾ ਜਿੱਤੂਗਾ ਜਿੰਨੇ ਕਸਟਮਰ ਆਏ ਹੈਗੇ ਆ ਉਹਨਾਂ ਨੂੰ ਕਾਰ ਵੀ ਗਿਫਟ ਵਿੱਚ ਮਿਲੂਗੀ। ਪਰ ਉਹ ਤੋਂ ਪਹਿਲਾਂ ਜਿਹੜਾ ਨਜ਼ਾਰਾ ਹੈਗਾ ਆ ਕਿ ਜਿਹੜੇ 50 ਪਹਿਲੇ ਕਸਟਮਰ ਹੈਗੇ ਆ ਉਹਨਾਂ ਨੂੰ ਕਹਿਣ ਦਾ ਮਤਲਬ ਕਿ ਜਿਸ ਤਰੀਕੇ ਨਾਲ ਜਾਂ ਇਨਾਮ ਮਿਲਣੇ ਹੈਗੇ ਆ, ਹੋਰ ਵੀ ਬਹੁਤ ਸਾਰੇ ਇਨਾਮ ਹੈਗੇ ਆ, ਔਰ ਸਭ ਤੋਂ ਵੱਡੀ ਗੱਲ ਹੈਗੀ ਆ ਕਿ ਜੂਲਰੀ ਦੇ ਵਿੱਚ ਅੱਜ ਛੋਟ ਬਹੁਤ ਹੈਗੀ ਆ। ਅਤੇ ਆਓ ਮੈਂ ਤੁਹਾਨੂੰ ਲੈ ਕੇ ਚੱਲਦਾ ਹਾਂ, ਔਰ ਆਪਾਂ ਦੇਖਦੇ ਹਾਂ ਕਿ ਲੋਕ ਕਿੱਦਾਂ ਅੱਜ ਪਹੁੰਚੇ ਹੋਏ ਇੱਥੇ। ਚਾਹ ਪਾਣੀ ਵੀ ਚੱਲ ਰਹੀ ਹੈਗੀ ਆ, ਪਕੌੜੇ ਬਣੇ ਹੋਏ ਹੈਗੇ ਆ, ਮੈਂ ਵੈਸੇ ਚਾਹ ਪੀਆ ਮਾੜੀ ਜੀ। ਅਤੇ ਆਓ ਫਿਰ ਵੇਖਦੇ ਹਾਂ ਨਜ਼ਾਰਾ। ਲਓ ਜੀ ਦੇਖੋ, ਇਹ ਲਾਈਨਾਂ ਲੱਗੀਆਂ ਹੈਗੀਆਂ ਆ, ਔਰ ਆਹ ਤੁਸੀਂ ਵੇਖ ਰਹੇ ਹੈਗੇ ਆ ਜਿਹੜੀ ਕਾਰ ਗਿਫਟ ਦੇ ਵਿੱਚ ਨਿਕਲਣੀ ਆ, ਪਰ ਇਹ ਮਿਲਣੀ ਸ਼ਾਮ ਨੂੰ ਆ ਜਦੋਂ ਸਮਾਪਤੀ ਦੇ ਵੇਲੇ ਕੋਈ ਕਰੀਬ 6 ਵਜੇ ਦੇ। ਤਾਂ ਆਪਾਂ ਗੱਲਬਾਤ ਕਰਦੇ ਹਾਂ, ਦੇਖਦੇ ਹਾਂ ਕਿ ਲਾਈਨਾਂ ਵਿੱਚ ਖੜ੍ਹੇ ਜਿਹੜੇ ਲੋਕ ਆਏ ਹੋ ਹੈਗੇ ਆ ਕਿ ਉਹ ਕੀ ਸੋਚ ਕੇ ਆਇਆ ਹੈਗੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬੜੀ ਤੁਸੀਂ ਕਾਪੀ ਪੈੱਨ ਲੈ ਕੇ ਖੜੇ ਹੈਗੇ ਆ ਚੀਨਾ ਜੂਲਰ ਦੇ ਸਾਹਮਣੇ, ਤਾਂ ਕੀ ਕਰਨ ਲੱਗੇ ਹੋ? ਇਹ ਕੱਲ੍ਹ ਦੀ ਸੇਲ ਲੱਗੀ ਹੋਈ, ਬੜੇ ਇਨਾਮ ਨਿਕਲੇ, ਕੱਲ੍ਹ ਵੀ ਬਹੁਤ ਬੰਦਿਆਂ ਨੂੰ ਇਨਾਮ ਨਿਕਲੇ ਆ, ਅੱਜ ਕਾਰ ਦਾ ਇਨਾਮ ਨਿਕਲਣਾ, ਅਤੇ ਕੱਲ੍ਹ ਬਹੁਤ ਸੇਲ ਲੱਗੀ ਰਹੀ ਹੈ ਅਤੇ ਅੱਜ ਵੀ ਸੇਲ ਸ਼ੁਰੂ ਹੈ। ਸੇਲ ਸ਼ੁਰੂ ਹੈਗੀ ਆ ਅੱਜ। ਹੁਣ ਸਵੇਰ ਦੇ ਕਿੰਨੇ ਕੁ ਕਲਾਇੰਟ ਜਿਹੜੇ ਕਸਟਮਰ ਆ ਗਏ? ਅੱਜ 38 ਕਸਟਮਰ ਆ ਚੁੱਕੇ ਹੈ, ਅਤੇ 38 ਦੇ ਨਾਲ ਹੋਰ ਕਸਟਮਰ ਹੋਰ ਵੀ ਜ਼ਿਆਦਾ, 38 ਦੇ ਨਾਲ ਹੀ ਹੋ ਚੁੱਕੇ ਹੁਣ ਤੱਕ। ਓਕੇ, ਅੱਛਾ, ਇਹਨਾਂ ਵਿੱਚ ਇਹ ਕਿ ਜਿਹੜੇ ਜਿੱਦਾਂ ਹੈਗਾ ਕਿ ਜਿਹੜੇ 50 ਕਸਟਮਰਾਂ ਨੇ ਸਮਾਨ ਖਰੀਦਣਾ ਹੈਗਾ ਉਹਨਾਂ ਦਾ ਇਨਾਮ ਨਿਕਲਣੇ ਹੈਗੇ? ਹਾਂ, ਜਿਹੜੇ 500 ਤੋਂ ਉੱਤੇ ਦਾ ਇਨਾਮ ਖਰੀਦਣਗੇ ਉਹਨਾਂ ਦਾ ਇਨਾਮ ਨਿਕਲਣਾ, ਜਿਹੜੇ 500 ਤੋਂ ਕੁਛ ਥੱਲੇ ਖਰੀਦਣਗੇ ਉਹਨਾਂ ਨੂੰ ਸਿਰਫ ਗਿਫਟ ਦੇਣੀ ਹੈ। ਅੱਛਾ ਅੱਛਾ ਅੱਛਾ, ਲਓ ਜੀ ਫਿਰ ਕਰ ਲਓ, ਇਹ ਹੋ ਗਈ ਗੱਲਬਾਤ ਕਿ ਜਿਹਨਾਂ ਨੇ 500 ਤੋਂ ਉੱਪਰ ਜੂਲਰੀ ਖਰੀਦੀ ਹੈਗੀ ਆ ਉਹ ਜਿਹੜੇ 50 ਪਹਿਲੇ ਬੰਦੇ ਹੋਊਗੇ ਕਸਟਮਰ ਹੋਣਗੇ ਉਹਨਾਂ ਨੂੰ ਮਿਲੂਗਾ ਇਨਾਮ ਡਾਇਮੰਡ ਰਿੰਗ, ਰਾਈਟ? ਔਰ ਜਿਹੜੇ 2500 ਤੋਂ ਉੱਪਰ ਖਰੀਦਣਗੇ ਉਹਨਾਂ ਦਾ ਕਾਰ ਦੇ ਵਿੱਚ ਨਾਂ ਆਉਣਾ, ਜਿਹਦੇ ਨਾਂ 'ਤੇ ਕਾਰ ਨਿਕਲੂਗੀ। ਅਰੇ ਵਾਹ ਵਾਹ ਵਾਹ, ਮੈਂ ਤਾਂ ਕੁਛ ਹੋ ਗਿਆ ਵੀ ਜੱਬਲੀਆਂ ਮਾਰੀ ਗਿਆ, ਇਹ ਕਾਰ ਉਹਨਾਂ ਨੂੰ ਨਿਕਲਣੀ ਆ ਜਿਹਨਾਂ ਨੇ $2500 ਤੋਂ ਉੱਪਰ ਦਾ ਸਮਾਨ ਖਰੀਦਿਆ ਹੈਗਾ ਆ, ਯਾਨੀ ਕਿ ਜੂਲਰੀ ਖਰੀਦੀ ਹੈਗੀ ਆ, ਉਹਨਾਂ ਦਾ ਫਿਰ ਡਰਾਅ ਦੇ ਵਿੱਚ ਪੈਣਾ ਹੈਗਾ ਆ, ਪਰਚੀ ਪੈਣੀ ਆ, ਫਿਰ ਪਰਚੀ ਕੱਢੀ ਜਾਊਗੀ ਤਾਂ ਫਿਰ ਉਹ ਕਾਰ ਦੇ ਵਿੱਚ ਨਾਲੇ ਸਮਾਨ ਲੱਦ ਕੇ ਕਹਿੰਦਾ ਮਤਲਬ ਸੋਨਾ ਲੱਦ ਕੇ ਘਰ ਨੂੰ ਲੈ ਜਾਣਗੇ, ਠੀਕ ਹੈ ਨਾ ਜੀ? ਹਾਂਜੀ ਬਿਲਕੁਲ। ਚਲੋ ਫਿਰ ਮੈਂ ਜਿਹੜਾ ਹੁਣ ਅੰਦਰ ਜਾ ਕੇ ਦੇਖਦਾ ਕਿ ਹੋਰ ਕੀ ਗੱਲਬਾਤ ਚੱਲਦੀ ਹੈਗੀ ਆ। ਲਓ ਜੀ ਜਿੱਥੇ ਤਾਈਂ ਨਜ਼ਰ ਜਾਂਦੀ ਪਈ ਆ, ਮੈਂ ਵੈਸੇ ਹਲੇ ਬਾਹਰ ਹੀ ਖਲੋਤਾ ਹੈਗਾ ਕਿਉਂਕਿ ਜੂਲਰੀ ਸਟੋਰ 'ਤੇ ਅਕਸਰ ਮਾੜੀ ਬੜੀ ਸੇਫਟੀ ਕੀਤੀ ਹੁੰਦੀ ਹੈਗੀ ਆ। ਉਹ ਦੂਰ ਤੱਕ ਮੈਂ ਦੇਖ ਰਿਹਾ ਹੈਗਾ ਤਾਂ ਆਹ ਸਕਿਉਰਟੀ ਦੇ ਬੰਦੇ ਖੜ੍ਹੇ ਹੈਗੇ ਆ ਇੱਥੇ, ਤਾਂ ਉਹ ਤੋਂ ਬਾਅਦ ਚਲੋ ਆਪਾਂ ਹੁਣ ਅੰਦਰ ਵੜਦੇ ਹਾਂ ਜੇ ਦਰਵਾਜ਼ਾ ਖੋਲ੍ਹ ਦਿੱਤਾ ਇਹਨਾਂ ਨੇ ਤਾਂ। ਲਓ ਜੀ ਦੇਖੋ ਫਿਰ, ਇਸ ਵੇਲੇ ਸੋਨਾ ਵੀ ਚਮਕਾ ਮਾਰਦਾ ਪਿਆ ਪੂਰਾ ਪੂਰਾ, ਔਰ ਸਾਰੇ ਜਿਹੜੇ ਕਸਟਮਰ ਹੈਗੇ ਆ ਆ ਲੱਗੇ ਹੋ ਆ ਖਿੱਦੋ ਫਰੋਦ ਵਿੱਚ, ਕੁਛ ਦੇਖ ਰਹੇ ਹੈਗੇ ਆ, ਕਈਆਂ ਨੇ ਵਿੰਡੋ ਸ਼ਾਪਿੰਗ ਕਰਨੀ ਆ, ਔਰ ਕਈਆਂ ਨੇ ਸਮਾਨ ਖਰੀਦਣਾ ਹੈਗਾ। ਲਓ ਜੀ ਸਟੋਰ ਦੇ ਵਿੱਚ ਜੇ ਇਸ ਪਾਸੇ ਵੀ ਨਜ਼ਰ ਮਾਰਦੇ ਆ, ਹਰ ਪਾਸੇ ਕਸਟਮਰ ਅਤੇ ਕਸਟਮਰ ਖੜ੍ਹੇ ਆ ਲਾਈਨਾਂ ਲਗਾ ਕੇ, ਔਰ ਸਮਾਨ ਖਰੀਦੇ ਜਾਂਦੇ ਹੈਗੇ ਆ। ਅਤੇ ਅਗਰ ਆਪਾਂ ਨਜ਼ਰ ਮਾਰੀਏ ਇੱਧਰਲੇ ਪਾਸੇ ਆ ਕੇ ਥੋੜ੍ਹੀ ਜਿਹੀ, ਤਾਂ ਇਹ ਨੇ ਮਹਾਰਾਜ ਪ੍ਰੋਪਰਾਈਟਰ ਸਾਹਿਬ ਚੀਨਾ ਜੂਲਰ ਦੇ ਇੰਦਰਜੀਤ ਜੀ, ਬਿਜ਼ੀ ਹੋਏ ਪਏ ਆ ਕਸਟਮਰ ਦੇ ਵਿੱਚ, ਤਾਂ ਇਹਨਾਂ ਨਾਲ ਵੀ ਥੋੜ੍ਹੀ ਜਿਹੀ ਗੱਲਬਾਤ ਕਰਦੇ ਹੈਗੇ ਆ। ਇੰਦਰਜੀਤ ਜੀ, ਜਿਹੜਾ ਆਹ ਮਸ਼ੀਨ 'ਤੇ ਕੰਮ ਕਰਨ ਲੱਗੇ ਆ ਨਾ, ਇਹਦੇ 'ਤੇ ਸੋਨੇ ਦੀ ਪਰਖ ਹੁੰਦੀ ਆ ਕਿ
ਕਿੰਨਾ ਖਰਾ ਸੋਹਣਾ ਆ ਔਰ ਬਿਲਕੁਲ ਸਹੀ। ਇਹ ਮਸ਼ੀਨ ਸਿਰਫ ਚੀਨਾ ਜੂਲਰ ਦੇ ਵਿੱਚ ਇੰਦਰਜੀਤ ਹੋਣਾ ਦੇ ਕੋਲ ਹੀ ਆ। ਲਓ ਜੀ ਲਓ ਜੀ ਭੈਣ ਜੀ ਭਰਾ ਜੀ, ਦੇਖੋ ਸੇਲ ਲੱਗੀ ਹੈਗੀ ਆ ਚੀਨਾ ਜੂਲਰ ਦੇ ਉੱਤੇ। ਤੁਸੀਂ ਸਾਰੇ ਲੱਗੇ ਹੈਗੇ ਸਮਾਨ ਖਰੀਦਣ, ਮਗਰ ਇਹ ਆ ਕਿ ਜਦੋਂ ਤੁਸੀਂ ਮੈਂ ਗੱਲ ਪੁੱਛਣੀ ਆ ਇੰਦਰ ਜੀ, ਥੋੜ੍ਹਾ ਇੱਥੇ ਆਓ ਮੇਰੇ ਕੋਲ। ਮੈਨੂੰ ਇਹ ਦੱਸੋ ਪਹਿਲਾਂ ਕਿ ਸਾਰੇ ਤੁਹਾਨੂੰ ਚੀਨਾ ਹੀ ਕਹਿੰਦੇ ਕਿ ਕੋਈ ਇੰਦਰ ਵੀ ਕਹਿੰਦਾ? ਇੰਦਰ ਕੋਈ ਨਹੀਂ ਕਹਿੰਦਾ, ਚੀਨਾ ਹੀ ਕਹਿੰਦੇ ਸਾਰੇ ਜੀ। ਚੀਨਾ ਕਬੂਤਰ ਵੀ ਹੁੰਦਾ ਹੈ ਨਾ, ਚੀਨਾ ਜੂਲਰ ਵੀ ਹੈਗਾ ਆ। ਅੱਛਾ, ਇਹ ਤੁਸੀਂ ਕਿੰਨੇ ਸਾਲ ਤੋਂ ਰੈਗੂਲਰਲੀ, ਜਿੱਦਾਂ ਮੰਨ ਲਓ ਇਹ ਜਿਹੜੇ ਦਿਨ ਆਪਣਾ ਥੈਂਕਸ ਗਿਵਿੰਗ ਦਾ ਆਉਂਦਾ ਹੈਗਾ ਸੇਲ ਲਗਾਉਂਦੇ? ਇਹ 9ਵੀਂ ਸੇਲ ਆ ਜੀ ਆਪਣੀ ਇਸ ਸਾਲ। 9ਵੀਂ ਸੇਲ? ਹਾਂਜੀ ਹਾਂ, 9 ਸਾਲ ਹੋ ਗਏ ਲਾਉਂਦਿਆਂ ਨੂੰ। 9 ਸਾਲ ਔਰ ਉਸ ਦੇ ਵਿੱਚ ਫਿਰ ਜਿਹੜੇ ਮੰਨ ਲਓ ਕਿ ਕਾਫੀ ਜ਼ਿਆਦਾ ਮਦਦ ਹੈਗੀ ਹੈ, ਮੰਨ ਲਓ ਕਿ ਆਪਣੀ ਕਮਿਊਨਿਟੀ ਦੇ ਵਿੱਚ ਕਹਿੰਦਾ, ਮੰਨ ਲਓ ਕਹਿਣਾ ਦਿਨਾਂ ਦੇ ਵਿੱਚ ਜਿੱਦਾਂ ਬਲੈਕ ਫਰਾਈਡੇ ਅੱਜ ਹੈਗਾ ਆ, ਮਗਰ ਅੱਜ ਸੋਨੇ ਦੇ ਵਿੱਚ ਕੋਈ ਬਲੈਕ ਨਹੀਂ ਹੈਗੀ? ਨਹੀਂ ਨਹੀਂ, ਸੋਨੇ 'ਚ ਬਲੈਕ ਕੋਈ ਨਹੀਂ, ਅੱਜ ਤਾਂ ਡਿਸਕਾਊਂਟ ਹੀ ਡਿਸਕਾਊਂਟ ਆ ਸਾਰੀ, ਵਾਈਟ ਹੀ ਵਾਈਟ ਆ। ਓਕੇ, ਇੱਕ ਤਾਂ ਮੈਂ ਉਹ ਬਾਹਰ ਕਾਰ ਖੜੀ ਦੇਖੀ ਹੈਗੀ ਆ, ਇਹ ਦੱਸੋ ਮਾੜਾ ਜਿਹਾ ਕਿ ਕਿੱਦਾਂ ਕਾਰ ਕਿੰਨੇ ਵਜੇ ਕੱਢਣੀ ਹੈ? ਇਹ ਅੱਜ ਆਪਾਂ ਸ਼ਾਮ ਨੂੰ 6 ਵਜੇ ਕੱਢਣੀ ਹੈ ਜੀ, ਬਲੈਕ ਫਰਾਈਡੇ ਵਾਲੇ ਦਿਨ। ਅਤੇ ਜਿਹੜੇ ਬੰਦੇ ਅੱਜ $2500 ਦਾ ਗੋਲਡ ਜੂਲਰੀ ਬਾਏ ਕਰਨਗੇ ਜਾਂ $500 ਦੀ ਡਾਇਮੰਡ ਜੂਲਰੀ ਬਾਏ ਕਰਨਗੇ, ਉਹਨਾਂ ਦਾ ਇਹ ਕੂਪਨ ਪੈਣਾ ਉਹਦੇ ਵਿੱਚ, ਡਰਾ ਦੇ ਵਿੱਚ। ਜਿਹੜਾ ਸਾਡੀ ਸਟਾਰਟ ਹੋਈ ਵੀ ਆ, ਜਿਹੜੀ ਕਾਰ ਦੀ ਡੀਲ ਆ ਸਪੈਸ਼ਲ। ਓਕੇ, ਅੱਛਾ ਇੱਕ ਮਿੰਟ ਦੱਸੋ ਕਿ ਜਿਹੜਾ ਇਹ ਉਹ 50 ਕਸਟਮਰ ਦਾ ਹੈਗਾ ਆ ਆਉਣ ਦਾ, ਕਿ ਪਹਿਲੇ ਜਿਹੜੇ ਆਉਣਗੇ ਤਾਂ ਉਹ ਕੀ ਸਿਸਟਮ ਹੈਗਾ, ਉਹ ਕਿੱਦਾਂ ਹੈਗਾ? ਉਹਦੇ ਵਿੱਚ ਇਹ ਜਿਹੜੇ ਜੀ ਕੱਲ੍ਹ ਵੀ ਅਸੀਂ ਡਰਾ ਕੱਢਿਆ ਸੀ ਕਿ ਜਿਹੜੇ ਪਹਿਲੇ 50 ਕਸਟਮਰ ਆਏ ਸੀ ਉਹਨਾਂ 'ਚੋਂ ਅਸੀਂ 5 ਜਣੇ ਨੂੰ ਡਾਇਮੰਡ ਰਿੰਗਾਂ ਫਰੀ ਦਿੱਤੀਆਂ ਸੀ ਅਤੇ 10 ਜਣੇ ਨੂੰ ਸੋਨੇ ਦੇ ਚੇਨਾਂ ਅਤੇ 35 ਬੰਦਿਆਂ ਨੂੰ ਸਪੈਸ਼ਲ ਗਿਫਟ। ਸੇਮ ਹੀ ਚੀਜ਼ ਅੱਜ ਆ, ਜਦੋਂ ਵੀ ਸਾਡੇ 50 ਕਸਟਮਰ ਹੋ ਗਏ ਅੱਜ, ਅਸੀਂ ਉਹਨਾਂ 'ਚੋਂ 5 ਜਣੇ ਨੂੰ ਡਾਇਮੰਡ ਰਿੰਗਾਂ ਦੇਵਾਂਗੇ ਫਰੀ ਅਤੇ 10 ਜਣੇ ਨੂੰ ਸੋਨੇ ਦੀ ਚੇਨਾਂ ਅਤੇ ਬਾਕੀ ਸਾਰਿਆਂ ਨੂੰ ਫਿਰ ਸਪੈਸ਼ਲ ਗਿਫਟ ਦੇਵਾਂਗੇ। ਸੋ ਮੈਂ ਕਹਿ ਸਕਦਾ ਕਿ ਆ ਜਾਓ ਲੁੱਟ ਲਓ ਆ ਕੇ ਚੀਨੇ ਨੂੰ ਅੱਜ, ਹੈਂ ਲੁੱਟ ਲਓ। 2 ਦਿਨ ਲੁੱਟਣ ਨੂੰ ਦਿੱਤੇ ਹੋਏ ਨੇ ਤੁਹਾਨੂੰ, 2 ਦਿਨ ਲੁੱਟਣ ਦਿੱਤੇ ਹੈਗੇ ਆ। ਔਰ ਖਾਸ ਤੌਰ 'ਤੇ ਕਹਿੰਦਾ ਮਤਲਬ ਕਿ ਦੀਵਾਲੀ ਤੋਂ ਹੀ ਇਹ ਸ਼ੁਰੂ ਹੋ ਜਾਂਦਾ ਹੈਗਾ ਆ, ਕਹਿੰਦਾ ਮੈਂ ਧਨਤੇਰਸ ਤੋਂ ਹੀ ਕਿ ਸੋਨਾ ਖਰੀਦਣਾ ਹੈਗਾ, ਮਗਰ ਇਹ ਕਿ ਜਿਹੜਾ ਆਹ ਇਹ ਬਲੈਕ ਫਰਾਈਡੇ ਥੈਂਕਸਗਿਵਿੰਗ ਦੇ ਉੱਤੇ ਜਿਹੜਾ ਕਿ ਤੁਹਾਡਾ ਥੈਂਕਸ ਕਰਨਾ ਬਹੁਤ ਜ਼ਰੂਰੀ ਹੈ। ਹਾਂਜੀ ਹਾਂਜੀ, ਅਸੀਂ ਸਪੈਸ਼ਲ ਦਿੰਦੇ ਹਾਂ ਜੀ, ਜਿਹੜੀ ਬਾਕੀ ਸੇਲਾਂ ਹੁੰਦੀਆਂ ਨੇ ਸਾਰੇ ਸਟੋਰ ਲਾਉਂਦੇ ਨੇ, ਉਹ ਕਮਾਉਣ ਵਾਸਤੇ ਲਾਉਂਦੇ ਆ। ਹੁਣ ਅਸੀਂ ਜਿਹੜੇ 2 ਦਿਨ ਦਿੰਦੇ ਹਾਂ ਤੁਹਾਨੂੰ ਕੋਸਟ ਟੂ ਕੋਸਟ ਦਿੰਦੇ ਹਾਂ, ਤੁਹਾਡਾ ਬੈਨੀਫਿਟ ਆ ਜਿੰਨਾ ਤੁਸੀਂ ਲੈ ਸਕਦੇ ਹੋ ਇਹਦੇ ਵਿੱਚ। ਮੈਨੂੰ ਨਾ ਇਕਿੰਦਰ ਜੀ ਦੀ ਗੱਲ ਦੱਸੋ ਕਿ ਜਿਹੜੀ ਉਹ ਮਸ਼ੀਨ ਤੁਹਾਡੀ ਸਪੈਸ਼ਲ ਹੈਗੀ ਆ, ਸੋਨਾ ਦੇਖਣ ਵਾਲੀ ਜਿਹੜੀ ਹੈਗੀ ਆ, ਉਹ ਤੁਹਾਡੇ ਕੋਲ ਹੈਗੀ ਆ ਕੀ? ਐਨ ਬਿਲਕੁਲ ਪਰਫੈਕਟ ਜਾਂਦਾ ਉਹ ਸਾਰਾ? ਬਿਲਕੁਲ ਜੀ ਬਿਲਕੁਲ ਓਪਨ ਹੈ ਜੀ, ਜਿਹੜਾ ਮਰਜ਼ੀ ਆ ਕੇ ਜਦੋਂ ਮਰਜ਼ੀ ਪਹਿਲਾਂ ਸਾਡੀ ਚੈੱਕ ਕਰੋ, ਦੂਜਿਆਂ ਦੀ ਅਸੀਂ ਬਾਅਦ 'ਚ ਕਰਾਂਗੇ, ਪਹਿਲਾਂ ਸਾਡੀ ਚੈੱਕ ਕਰਕੇ ਲਓ ਤੁਸੀਂ ਸਭ ਤੋਂ ਪਹਿਲਾਂ। ਓਕੇ, ਤਾਂ ਇਸ ਵੇਲੇ ਜਿਹੜਾ ਮੰਨ ਲਓ ਗੋਲਡ ਜੂਲਰੀ ਦੇ ਵਿੱਚ ਹੈਗਾ, ਇੱਕ ਜਿਹੜੇ ਗੱਲ ਮੈਂ ਸਪੈਸ਼ਲੀ ਦੱਸਣੀ ਚਾਹੁੰਦਾ ਕਿ ਜਿਹੜੇ ਸਾਡੇ ਦਰਸ਼ਕ ਪ੍ਰੋਗਰਾਮ ਦੇਖ ਰਹੇ ਹੈਗੇ ਆ, ਕਿ ਇਹਦੀ ਜਿਹੜੀ ਡਿਜ਼ਾਈਨਿੰਗ ਹੈਗੀ ਆ, ਤੁਸੀਂ ਆਪ ਵੀ ਇੱਥੇ ਕਰਦੇ ਹੈਗੇ ਆ ਜਾਂ ਕਿ ਰੈਡੀਮੇਡ ਹੀ ਸਮਾਨ ਆਉਂਦਾ ਸਾਰਾ? ਨਹੀਂ ਜੀ, ਮੈਨੂੰ ਨੌਲੇਜ ਹੈਗੀ ਸਾਰੀ, ਮੈਂ ਆਪ ਖੁਦ ਕੰਮ ਕੀਤਾ ਹੋਇਆ, ਮੈਨੂੰ 27 ਸਾਲ ਹੋ ਗਏ ਕੰਮ ਕਰਦੇ ਨੂੰ, ਬਚਪਨ ਤੋਂ ਕੰਮ ਕਰਦਾ, ਇਹ ਨੌਲੇਜ ਵਾਲਾ ਬੰਦਾ ਇਹ ਕੰਮ ਕਰ ਸਕਦਾ। ਅਸੀਂ ਟ੍ਰੇਡਰ ਨਹੀਂ ਹੈਗੇ, ਅਸੀਂ ਮੈਨੂਫੈਕਚਰਰ ਹਾਂ ਖੁਦ, ਇਸ ਕਰਕੇ ਸਾਨੂੰ ਨੌਲੇਜ ਹੈ। ਅਸੀਂ ਸਾਰੇ ਕਿਤੋਂ ਕਲੈਕਟ ਕਰੀਦੇ ਡਿਜ਼ਾਈਨ, ਜਿਹੜੀ ਕੰਟਰੀ 'ਚੋਂ ਜਿੱਥੋਂ ਵਧੀਆ ਡਿਜ਼ਾਈਨ ਬਣਦੇ ਉਹ ਲਿਆਈਦੇ ਆ ਸਾਰੇ। ਔਰ ਸੈਕੰਡਲੀ, ਉਸ ਤੋਂ ਬਾਅਦ ਮੰਨ ਲਓ ਡਿਜ਼ਾਇਨਿੰਗ ਦਾ ਹੋ ਗਿਆ, ਕਿ ਇੱਕ ਜਿਹੜਾ ਤੁਹਾਡਾ ਉਹ ਵੀ ਹੈਗਾ ਕਿ ਅਗਰ ਕਿਸੇ ਨੇ ਆਪਣੀ ਪੁਰਾਣੀ ਜੁਐਲਰੀ ਦੇਣੀ ਹੈਗੀ ਆ, ਵੇਚਣੀ ਹੈਗੀ ਆ, ਤਾਂ ਉਹਦੇ ਵਿੱਚ ਵੀ ਖਾਸ ਕੋਈ ਹਦਾਇਤਾਂ ਹੁੰਦੀਆਂ ਹੈਗੀਆਂ? ਹਾਂਜੀ, ਅੱਜ ਦੇ ਦਿਨ ਜੀ, ਦੋਨੇ ਦਿਨ ਜਿਹੜੇ ਕੱਲ੍ਹ ਅਤੇ ਅੱਜ ਸੀਗਾ, ਜਿੰਨੀ ਵੀ ਕੋਈ ਪੁਰਾਣੀ ਜੁਐਲਰੀ ਲੈ ਕੇ ਆਉਣੀ, ਉਹ 'ਚੋਂ ਅਸੀਂ ਕੋਈ ਕਾਰਟ ਨਹੀਂ ਕੱਢਦੇ, ਈਵਨ ਐਕਸਚੇਂਜ ਕਰਕੇ ਦਿੰਦੇ ਹਾਂ, ਇਕੱਲੀ ਥੋੜ੍ਹੀ ਜਿਹੀ ਲੇਬਰ ਲੱਗਦੀ ਤੁਹਾਡੀ। ਓਕੇ, ਸੋ ਕਹਿੰਦਾ ਮਤਲਬ ਕਿ ਬਾਕੀ ਦਿਨਾਂ ਦੇ ਵਿੱਚ ਅਗਰ ਸਾਲ ਦੇ ਵਿੱਚ ਆਉਂਦੇ ਹੈਗੇ ਤਾਂ ਫਿਰ ਉਹ ਕਾਰਟ ਜਿਹੜੀ ਤੁਸੀਂ ਕੱਟਦੇ ਹੋ? ਹਾਂਜੀ ਹਾਂ, ਉਹ ਹਰੇਕ ਜੂਲਰ ਕੱਟਦਾ ਜੀ, 10-15% ਕਾਰਟ ਕੱਟਦੇ ਆ, ਅਤੇ ਅਲੱਗ ਪ੍ਰੋਫਿਟ ਲੱਗਦਾ ਉਸ ਚੀਜ਼ ਦਾ, ਲੇਬਰ ਲੱਗਦੀ ਆ, ਅੱਜ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਫਾਇਦਾ ਮਿਲਦਾ ਉਸ ਚੀਜ਼ ਦਾ। ਓਕੇ, ਤਾਂ ਕਦੇ ਇੱਦਾਂ ਹੋਇਆ ਹੈਗਾ ਕਿ ਜਿੱਦਾਂ ਮੰਨ ਲਓ ਕਿ ਜਿੰਨੇ ਸਾਲਾਂ ਤੁਸੀਂ, ਪਿਛਲੇ 10 ਸਾਲ ਤੋਂ ਤੁਸੀਂ ਦੱਸਿਆ ਹੈਗਾ ਕਿ ਲਗਾਉਂਦੇ ਆ ਰਹੇ ਹੈਗੇ ਸੇਲ, ਕਿ ਕਿਸੇ ਕੁੜੀ ਦਾ ਵਿਆਹ ਆਇਆ ਹੈਗਾ ਤਾਂ ਉਹ ਇਹਨਾਂ ਦਿਨਾਂ ਦੇ ਵਿੱਚ ਹੀ ਆ ਕੇ ਇਸ ਖਾਸ ਦਿਨ ਦੇ ਉੱਤੇ ਆ ਕੇ ਉਹਨਾਂ ਨੇ ਜੁਐਲਰੀ ਬਾਏ ਕੀਤੀ, ਤਾਂ ਇੱਥੋਂ ਡਰੈਸ ਅਪ ਹੋ ਕੇ ਗਈ ਆਪਣੇ? ਡਰੈਸ ਅਪ ਨਹੀਂ ਹੋ ਕੇ ਗਏ, ਪਰ ਸਮਾਨ ਲੈ ਕੇ ਗਏ ਨੇ, ਉਹ ਬਹੁਤ ਕਸਟਮਰ ਆਏ ਨੇ ਜਿਨ੍ਹਾਂ ਦਾ ਸੇਮ ਹੁੰਦਾ ਵੀ ਨੈਕਸਟ ਡੇ ਵਿਆਹ ਹੁੰਦਾ, ਉਹ ਲੈ ਕੇ ਬੜੇ ਗਏ ਨੇ ਕਸਟਮਰ। ਕੋਈ ਇਹੋ ਜਿਹੀ ਬ੍ਰਾਈਡ ਜਿਹੜੀ ਹੈਗੀ ਆ ਵਾਪਸ ਤੁਹਾਡੇ ਕੋਲ ਆਈ ਹੈ, ਜਿਹਨੇ ਦੱਸਿਆ ਕਿ ਅਸੀਂ ਉਦੋਂ ਜੁਐਲਰੀ ਖਰੀਦੀ ਸੀਗੀ, ਜਾਂ ਤੁਹਾਡੀ ਲਾਈਫ ਦੇ ਵਿੱਚ ਜਿੰਨੇ ਵੀ ਤੁਸੀਂ ਮੰਨ ਲਓ ਆਮ ਦਿਨਾਂ ਦੇ ਵਿੱਚ ਵੀ ਜਿਹੜੀ ਸੇਲ ਲਾਈ, ਇਹ ਤੋਂ ਇਲਾਵਾ ਵੀ ਜਿਹੜਾ ਤੁਸੀਂ ਕੰਮ ਕਰਦੇ ਹੈਗੇ ਆ, ਕੋਈ ਐਸਾ ਗਾਹਕ ਆਇਆ ਹੋਵੇ ਜਿਹਨੇ ਆ ਕੇ ਦਿਲੋਂ ਤੁਹਾਡਾ ਥੈਂਕਸ ਕੀਤਾ ਹੋਵੇ ਕਿ ਬਹੁਤ ਜ਼ਿਆਦਾ ਕਿ ਮੇਰੀ ਖੂਬਸੂਰਤੀ ਉੱਤੇ 4 ਚੰਦ ਲਾਤੀ ਤੁਹਾਡੇ ਜੁਐਲਰੀ ਨੇ? ਨਹੀਂ, ਥੈਂਕ ਯੂ ਕਰਦੇ ਨੇ, ਪਰ ਆਪਣੇ ਪੰਜਾਬੀਆਂ 'ਚ ਖਾਸ ਹੁੰਦੀ ਹੈ ਵੀ ਉਹ ਜਿਹੜੇ ਚੰਗੇ ਕਸਟਮਰ ਹੁੰਦੇ ਉਹ ਦੱਸਦੇ ਨਹੀਂ ਗੇ, ਨਾ ਉਹ ਰਿਵਿਊ ਪਾਉਣ, ਨਾ ਉਹ ਕਹਿਣ, ਉਹ ਚੁੱਪ ਕਰਕੇ ਸਮਾਨ ਲੈ ਜਾਂਦੇ ਤੇ ਉਹ ਇੰਜੋਏ ਕਰਦੇ ਨੇ, ਉਹ ਜਿਹੜੇ ਮਾੜੇ ਹੁੰਦੇ ਨੇ ਉਹ ਜ਼ਰੂਰ ਮੂਹਰ ਨੂੰ ਆ ਜਾਂਦੇ ਨੇ, ਜੇ ਕਹਿਣਾ ਕਿ ਸੋਨਾ ਖਰਾਬ ਹੈ ਤੁਹਾਡਾ, ਇਹਦੀ ਲੈ ਕੁੰਡੀ ਟੁੱਟੀ ਹੋਈ ਹੈਗੀ ਆ, ਉਹ ਜਿਹੇ ਬੰਦੇ ਜ਼ਰੂਰ ਮੂਹਰੇ ਆ ਜਾਂਦੇ, ਚੰਗੇ ਵਾਲੇ ਨਹੀਂ ਆਉਂਦੇ ਮੂਹਰੇ। ਸੋ ਬਹੁਤ ਵਧੀਆ ਲੱਗਿਆ, ਇਸ ਵੇਲੇ ਲਾਈਵ ਪ੍ਰੋਗਰਾਮ ਜਾ
ਲਓ ਜੀ ਇੱਥੇ ਬੋਰਡ ਲੱਗਾ ਹੈਗਾ ਆਲ ਸੇਲ ਆਰ ਫਾਈਨਲ, ਅਤੇ ਲਓ ਫਿਰ ਤੁਹਾਨੂੰ ਆਪਾਂ ਵਿੰਡੋ 'ਚ ਦਿਖਾਲਦੇ ਹੈਗੇ ਹਾਂ ਜਿਹੜੀ ਜੂਲਰੀ ਪਈ ਹੈਗੀ ਆ ਕਿੱਦਾਂ ਚਮਕਾ ਮਾਰਦੀ ਪਈ ਹੈਗੀ ਆ। ਆ ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ, ਦੇਖੋ ਅੱਜ ਇਹ ਜਿਹੜੇ ਹਾਰ ਹੈਗੇ ਕਿਹਦੇ ਕਿਹਦੇ ਗਲੇ ਦੇ ਵਿੱਚ ਜਾ ਕੇ ਪੈਂਦੇ ਹੈਗੇ ਆ, ਕੌਣ ਕੌਣ ਇਹਨਾਂ ਨੂੰ ਬਾਏ ਕਰਦਾ ਹੈਗਾ। ਬਹੁਤ ਵਧੀਆ ਡਿਜ਼ਾਇਨ ਆ, ਬਹੁਤ ਹੀ ਖੂਬਸੂਰਤ ਗਲੇ ਦਾ ਹਾਰ ਨਾਲ ਕਾਂਟੇ, ਪ੍ਰਾਈਸ ਵੀ ਲੱਗੀ ਹੈਗੀ ਆ ਉਸ ਤੋਂ ਉੱਪਰ। ਇਹ $3,540 ਦਾ ਸੈੱਟ ਹੈਗਾ ਆ, ਗਲੇ ਦਾ ਹਾਰ ਅਤੇ ਨਾਲ ਕਾਂਟੇ ਹੈਗੇ ਆ। ਔਰ ਇਸ ਤੋਂ ਅੱਗੇ ਅਗਰ ਆਪਾਂ ਜਾਈਏ ਇਹ ਹੈਗਾ $2,450 ਦਾ। ਆਹ ਤੁਸੀਂ ਵੇਖ ਰਹੇ ਹੈਗੇ ਆ ਡਾਇਮੰਡ ਦੀ ਜੁਐਲਰੀ ਹੈਗੀ ਆ, ਬਹੁਤ ਹੀ ਖੂਬਸੂਰਤ। ਜਿਸ ਤਰ੍ਹਾਂ ਕਿ ਇੰਦਰਜੀਤ ਉਹਨਾਂ ਨੇ ਦੱਸਿਆ ਕਿ ਉਹ ਪਿਛਲੇ 27 ਸਾਲ ਤੋਂ ਜੂਲਰੀ ਦੀ ਦੁਨੀਆ ਦੇ ਵਿੱਚ ਕੰਮ ਕਰਦੇ ਆ ਰਹੇ ਹੈਗੇ ਆ, ਔਰ ਹਮੇਸ਼ਾ ਹੀ ਉਹ ਜਦੋਂ ਕੋਈ ਵੀ ਡਿਜ਼ਾਇਨ ਕਿਤੇ ਵੀ ਵਧੀਆ ਲੱਗਦਾ ਹੈ ਉਹ ਆਪਣੇ ਕਸਟਮਰਸ ਦੇ ਲਈ ਆਪਣੇ ਸਟੋਰ 'ਤੇ ਲੈ ਕੇ ਆਉਂਦੇ ਹੈਗੇ ਆ। ਆਲ ਦਾ ਬਿਊਟੀਫੁਲ ਥਿੰਗਸ, ਦਿਲ ਨੂੰ ਮੋਹਣ ਵਾਲੀ ਜੂਲਰੀ ਹੈਗੀ ਹੈ, ਹਰ ਇੱਕ ਜੂਲਰੀ ਦੇ ਸੈੱਟ ਦੇ ਨਾਲ, ਚਾਹੇ ਕਾਂਟੇ ਹੈਗੇ ਆ ਔਰ ਟਿੱਕਾ ਹੈਗਾ ਉਹਨਾਂ ਦੇ ਨਾਲ, ਉਹਨਾਂ ਦੀ ਪ੍ਰਾਈਸ ਜਿਹੜੀ ਹੈਗੀ ਆ ਨਾਲ ਦੀ ਨਾਲ ਲੱਗੀ ਹੋਈ ਹੈਗੀ ਆ। ਲਓ ਜੀ ਹੁਣ ਇੱਕ ਨਜ਼ਰ ਮਾਰਦੇ ਆਪਾਂ ਏਅਰ ਰਿੰਗਸ ਦੇ ਉੱਤੇ, ਡਾਇਮੰਡ ਦੀਆਂ ਏਅਰ ਰਿੰਗਸ ਵੇਖ ਲਓ, ਵੇਖ ਲਓ ਅਤੇ ਆ ਜਾਓ ਫਿਰ ਚੀਨਾ ਜੂਲਰ ਦੇ ਉੱਤੇ ਅੱਜ ਇਹ ਏਅਰ ਰਿੰਗ ਖਰੀਦਣ ਦੇ ਲਈ ਜਾਂ ਕੋਈ ਵੀ ਗੋਲਡ ਦੀ ਜੂਲਰੀ ਖਰੀਦਣ ਦੇ ਲਈ। ਏਅਰ ਰਿੰਗ ਦੀ ਗੱਲ ਹੋ ਗਈ ਤਾਂ ਹੁਣ ਆਹ ਹੈਗੇ ਜੀ ਡਾਇਮੰਡ ਦੇ ਹਾਰ ਤੁਸੀਂ ਵੇਖ ਰਹੇ ਹੈਗੇ ਆ। ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ। ਚੀਨਾ ਜੂਲਰ, ਸਟਾਕਟਨ ਬੁਲੇਵਾਰਡ, ਕੈਲੀਫੋਰਨੀਆ, ਐਲਕੋ। ਜਿੱਧਰ ਵੀ ਨਜ਼ਰ ਮਾਰਦੇ ਹਾਂ ਉੱਥੇ ਕਸਟਮਰ ਅੱਜ ਕੁਛ ਨਾ ਕੁਛ ਖਰੀਦਣ 'ਤੇ ਲੱਗਾ ਹੋਇਆ, ਹੋਵੇ ਵੀ ਕਿਉਂ ਨਾ ਬਈ ਅੱਜ ਇਨਾਮ ਨਿਕਲਣਾ। ਲਓ ਬਈ ਦੋਸਤੋ, ਆਪਾਂ ਨੇ ਤੁਹਾਨੂੰ ਦਿਖਾ ਲਿਆ ਕਿ ਡਾਇਮੰਡ ਦੀ ਜੁਲਰੀ ਮੈਂ ਤੁਹਾਨੂੰ ਦਿਖਾ ਦਿੱਤੀ ਆ, ਗੋਲਡ ਦੀ ਜੁਲਰੀ ਵੀ, ਮਗਰ ਆਪਾਂ ਹੁਣ ਉਸ ਜਗ੍ਹਾ 'ਤੇ ਖੜ੍ਹੇ ਹਾਂ ਉਹਨਾਂ ਦੇ ਕੋਲ ਖੜ੍ਹੇ ਹੈਗੇ ਹਾਂ ਜਿਨ੍ਹਾਂ ਤੋਂ ਚੀਨਾ ਬਣਿਆ, ਸਰਦਾਰ ਬੰਸ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਤੁਹਾਡਾ ਨਿੱਘਾ ਸਵਾਗਤ ਹੈਗਾ ਆ ਜਸ ਟੀਵੀ ਦੇ ਉੱਤੇ, ਔਰ ਜਿਹੜੀ ਸੇਲ ਚੱਲ ਰਹੀ ਉਹ ਤਾਂ ਚੱਲੀ ਰਹੀ ਹੈਗੀ ਆ। ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗਾ ਕਿ ਚੀਨੇ ਨੂੰ ਜੁਲਰੀ ਵਾਲੇ ਪਾਸੇ ਤੁਸੀਂ ਲੈ ਕੇ ਆਏ ਜੋ ਆਪਣੇ ਆਪ ਆ ਗਿਆ? ਅਸੀਂ ਲੈ ਕੇ ਆਏ ਹਾਂ ਜੀ ਚੂਨੇ ਇੱਧਰਲੇ ਪਾਸੇ ਜੀ, ਜੁਲਰੀ ਵਾਲੇ ਪਾਸੇ। ਤੁਸੀਂ ਵੀ ਪਹਿਲਾਂ ਜੁਲਰੀ ਦਾ ਕਰਦੇ ਸੀਗੇ? ਸਾਡਾ ਜੱਦੀ ਕੰਮ ਹੈ ਜੀ ਇਹ, ਕੁਸ਼ਤੀ, ਬਠਿੰਡੇ ਦੇ ਵਿੱਚ। ਬਠਿੰਡੇ ਕੀ ਸਾਡੇ ਪੜਦਾਦੇ ਤੋਂ ਲੈ ਕੇ ਤਾਂ ਮੈਨੂੰ ਪਤਾ ਇਹ ਦੁਕਾਨ ਦਾ ਨਹੀਂ। ਅੱਛਾ, ਮੈਨੂੰ ਇੱਕ ਇਹ ਦੱਸੋ ਕਿ ਜਿੱਦਾਂ ਮੰਨ ਲਓ ਕਿ ਜੁਲਰੀ ਦੇ ਕੰਮ ਦੇ ਵਿੱਚ ਉਹ ਐਮਬਰਾਇਡਰੀ ਜਾਂ ਖੁਦ ਬਣਾਉਂਦੇ, ਢਾਲ ਕੇ ਕਰਦੇ ਹੈਗੇ ਆ, ਤੁਸੀਂ ਉਹ ਕੰਮ ਕੀਤਾ ਆਪਣੇ ਟਾਈਮ ਦੇ ਉੱਤੇ? ਹਾਂਜੀ, ਮੈਂ ਵੀ ਕੀਤਾ ਹੈ ਅਤੇ ਇਹ ਇੰਦਰਜੀਤ ਨੂੰ ਵੀ ਆਉਂਦਾ, ਇਹ ਵੀ ਕਰਦਾ ਰਿਹਾ। ਹਾਂਜੀ, ਸੋ ਇਹ ਤੁਹਾਨੂੰ ਕਿੰਨਾ ਕੁ ਫਰਕ ਲੱਗਦਾ ਜਿੱਦਾਂ ਮੰਨ ਲਓ ਕਿ ਅਮੈਰੀਕਾ ਦੇ ਵਿੱਚ ਸੋਨਾ ਹੈਗਾ ਆ ਜਾਂ ਇੰਡੀਆ ਦੇ ਵਿੱਚ, ਕਿਉਂਕਿ ਤੁਹਾਡਾ ਤਾਂ ਐਕਸਪੀਰੀਅੰਸ ਬਹੁਤ ਹੈਗਾ ਆ, ਤੁਸੀਂ ਇੰਡੀਆ ਤੋਂ ਕਰਦੇ ਆ ਰਹੇ ਹੈਗੇ ਆ, ਇੱਥੇ ਦੀ ਜੁਲਰੀ ਜਾਂ ਸੋਨੇ ਦੇ ਵਿੱਚ ਉੱਥੇ ਸੋਨੇ 'ਚ ਕਿੰਨਾ ਕੁ ਫਰਕ ਮਹਿਸੂਸ ਹੁੰਦਾ ਹੈਗਾ? ਸੋਨਾ ਤਾਂ ਇੱਥੇ 4.9 ਹੈ ਜੀ, ਇੰਡੀਆ ਹੈਗਾ 50% ਘੱਟ ਹੈ। ਹਾਂ, ਅਤੇ ਇੱਥੇ ਰਿਸਪੋਂਸ ਬਹੁਤ ਵਧੀਆ। ਹਾਂਜੀ, ਓਕੇ। ਤਾਂ ਆ ਜਿਹੜੀ ਸੇਲ ਹੈਗੀ ਆ ਇਹ ਕਿੰਨੇ ਸਾਲ ਤੋਂ ਲਗਾਉਂਦੇ ਆ ਰਹੇ ਹੈਗੇ? ਇਹ ਤਾਂ ਜੀ 7-8 ਸਾਲ ਹੋ ਗਏ ਸੇਲ ਚੱਲਦੀ ਨੂੰ। ਤੁਸੀਂ ਜਿਹੜੇ ਸਾਡੇ ਭੈਣ ਭਰਾ ਪ੍ਰੋਗਰਾਮ ਦੇਖ ਰਹੇ ਹੈਗੇ ਇਸ ਵੇਲੇ ਟੀ ਵੀ 'ਤੇ ਬੈਠੇ, ਜਦੋਂ ਸੋਨਾ ਖਰੀਦਦੇ ਹੈਗੇ ਆ ਕੋਈ ਇੱਕ ਟਿਪ ਹੁੰਦੀ ਹੈਗੀ, ਉਹਨਾਂ ਤੁਸੀਂ ਕੀ ਕਹਿਣਾ ਚਾਹੋਗੇ ਸੋਨਾ ਖਰੀਦਣ ਵੇਲੇ ਕਿਹੜੀ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਸੋਨਾ ਖਰੀਦਦੇ? ਸੋਨਾ ਤਾਂ ਜੇ ਤੁਸੀਂ ਖਰਚ ਕਰਦੇ ਹੋ ਆਪਣੀ ਅਮਾਊਂਟ 'ਤੇ, ਪਿਓਰ ਚੀਜ਼ ਲਓ ਦੇਖ ਕੇ ਖਰੀ, ਜੇ 24 ਕੈਰੇਟ ਦਾ ਕੋਇਨ ਲੈਣਾ ਤਾਂ ਦੇਖ ਕੇ ਲਓ, ਅਤੇ ਜੁਲਰੀ ਆ 22 ਕੈਰੇਟ ਦੀ ਹੁੰਦੀ ਹੈ।
ਕਿ ਸੋਨਾ ਜਿੱਥੋਂ ਮਰਜ਼ੀ ਖਰੀਦ ਲੈਣ ਚੈੱਕ ਜ਼ਰੂਰ ਇੱਥੇ ਆ ਕੇ ਚੈੱਕ ਤਾਂ ਜ਼ਰੂਰ ਹੁੰਦਾ ਇੱਥੇ ਮਸ਼ੀਨਾਂ ਸਾਡੇ ਕੋਲ ਹੈਗੀਆਂ ਆਟੋਮੈਟਿਕ ਚੈੱਕ ਕਰਨ ਦੀਆਂ ਚੈੱਕ ਕਰਕੇ ਦਿੰਦੇ ਹਾਂ ਅਸੀਂ ਜੋ ਮਰਜ਼ੀ ਕੋਈ ਚੈੱਕ ਕਰਾ ਲਏ ਅੱਛਾ ਜਿਹੜੇ ਇਹ ਡਿਜ਼ਾਇਨਿੰਗ ਕਰਦੇ ਹੈਗੇ ਜੇ ਮੰਨ ਲਓ ਮੈਂ ਕੰਮ ਸਿੱਖਣਾ ਹੋਵੇ ਤਾਂ ਮੈਂ ਕਿੰਨੀ ਕੁ ਜਲਦੀ ਸਿੱਖ ਸਕਦਾ ਹੈਗਾ ਤੁਸੀਂ ਐਡੀ ਜਲਦੀ ਨਹੀਂ ਸਿੱਖ ਸਕਦੇ ਜੀ ਤੁਹਾਡੇ ਕਿੱਤਾ ਹੈ ਨਹੀਂ ਹਾਂ ਇਹ ਸਵਰਨਕਾਰ ਦਾ ਜਿਹੜਾ ਬੱਚਾ ਉਹਨੂੰ ਜ਼ਿਆਦਾ ਇਸ ਗੱਲ ਦਾ ਐਕਸਪੀਰੀਅੰਸ ਹੁੰਦਾ ਕਿ ਉਹ ਫੈਮਿਲੀ ਕਰਦੀ ਹੈ ਉਹਦੇ ਵਿੱਚ ਬੰਦਾ ਸਿੱਖਦਾ ਰਹਿੰਦਾ ਆਉਂਦਾ ਜਾਂਦਾ ਜਿਹੜਾ ਨਿਊ ਹੈਂਡ ਹੈ ਉਹਨੂੰ ਬਹੁਤ ਟਾਈਮ ਲੱਗਣਾ ਓਕੇ ਮੈਂ ਸਵਰਨਕਾਰ ਤਾਂ ਹੈਗਾ ਮੈਂ ਰਾਮਗੜੀਆ ਬਰਾਦਰੀ ਨਾਲ ਹੀ ਬਿਲੋਂਗ ਕਰਦਾ ਰਾਮਗੜੀਆ ਠੀਕ ਹੈ ਤੁਸੀਂ ਫਿਰ ਆਏ ਨਾ ਵੀ ਇਸ ਲਾਈਨ ਤੋਂ ਬਾਹਰ ਹੋ ਹਾਂਜੀ ਓਕੇ ਜੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਦੋਸਤੋ ਪ੍ਰੋਗਰਾਮ ਇਸ ਤਰੀਕੇ ਨਾਲ ਚੱਲਦਾ ਰਹੇਗਾ ਆਪਾਂ ਮਿਲਦੇ ਹਾਂ ਤੁਹਾਨੂੰ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਜੀ ਹਾਂ ਸਤਿ ਸ਼੍ਰੀ ਅਕਾਲ ਨਮਸਤੇ ਆਪ ਸਭ ਨੂੰ ਪਹਿਲਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਮੁਬਾਰਕਬਾਦ ਔਰ ਉਸ ਤੋਂ ਬਾਅਦ ਕੱਲ੍ਹ ਥੈਂਕਸ ਗਿਵਿੰਗ ਸੀਗਾ ਉਹਦੀ ਵੀ ਹੈਪੀ ਥੈਂਕਸ ਗਿਵਿੰਗ ਔਰ ਅਸੀਂ ਅੱਜ ਪਹੁੰਚੇ ਹੈਗੇ ਹਾਂ ਕੈਲੀਫੋਰਨੀਆ ਦੇ ਵਿੱਚ ਸਟੋਕਟਨ ਬੁਲੇਵਾਰਡ ਦੇ ਉੱਤੇ ਔਰ ਮੇਰੇ ਪਿੱਛੇ ਤੁਸੀਂ ਦੇਖ ਰਹੇ ਕਿ ਚੀਨਾ ਜੂਲਰ ਦੇ ਸਾਹਮਣੇ ਬਹੁਤ ਵੱਡੇ ਵੱਡੇ ਟੈਂਟ ਲੱਗੇ ਹੈਗੇ ਆ ਔਰ ਲੋਕ ਲਾਈਨਾਂ ਦੇ ਵਿੱਚ ਖੜ੍ਹੇ ਹੈਗੇ ਆ ਵੀ ਹੋਵੇ ਵੀ ਕਿਉਂ ਨਾ ਕੱਲ੍ਹ 22 ਤਰੀਕ ਨੂੰ ਔਰ ਅੱਜ 23 ਤਰੀਕ ਨੂੰ ਚੀਨਾ ਜੂਲਰਸ ਵਾਲਿਆਂ ਨੇ ਬਹੁਤ ਵੱਡੀ ਸੇਲ ਲਾਈ ਹੈਗੀ ਆ ਔਰ ਬਹੁਤ ਸਾਰੇ ਇਨਾਮ ਰੱਖੇ ਹੈਗੇ ਆ ਕਿ ਜਿਹੜੇ ਪਹਿਲੇ 50 ਕਸਟਮਰ ਜਿਹੜੇ ਆਉਣਗੇ ਅੱਜ ਆ ਜਾਂ ਕੱਲ੍ਹ ਵੀ ਆਏ ਸੀਗੇ ਜਾਂ ਅੱਜ ਜਿਹੜੇ ਆਉਣਗੇ ਉਹਨਾਂ ਨੂੰ ਡਾਇਮੰਡ ਰਿੰਗਸ ਦਿੱਤੀਆਂ ਜਾਣਗੀਆਂ ਔਰ ਉਸ ਤੋਂ ਇਲਾਵਾ ਜਿਹੜੀ ਗੋਲਡ ਜੂਲਰੀ ਹੈਗੀ ਆ ਉਹ 'ਤੇ ਬਹੁਤ ਭਾਰੀ ਸੇਲ ਹੈਗੀ ਆ ਔਰ ਲੋਕ ਅੱਜ ਵੈਸੇ ਬਲੈਕ ਫਰਾਈਡੇ ਵੀ ਹੈਗਾ ਆ ਔਰ ਇਸ ਕਰਕੇ ਵੀ ਬਲੈਕ ਫਰਾਈਡੇ ਦਾ ਵੀ ਮਜ਼ਾ ਲੈ ਰਹੇ ਹੈਗੇ ਆ ਬਲੈਕ 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 ਜਿਹੜਾ ਹੈਗਾ ਉਹ ਬਹੁਤ ਬਲੈਕ ਹੁੰਦਾ ਪਰ ਕੀ ਕਹਿੰਦੇ ਹੁੰਦੇ ਕਿ ਅੱਜ ਜੂਲਰੀ ਦੇ ਵਿੱਚ ਕੋਈ ਬਲੈਕ ਨਹੀਂ ਹੈਗਾ ਜੂਲਰੀ ਦੇ ਵਿੱਚ ਸਾਰਾ ਕੁਛ ਅੱਜ ਬਹੁਤ ਸਫੇਦ ਸਫੇਦ ਹੈਗਾ ਔਰ ਸਾਰਿਆਂ ਨੂੰ ਅੱਜ ਬਹੁਤ ਵਧੀਆ ਤੋਹਫੇ ਮਿਲਣੇ ਹੈਗੇ ਆ ਔਰ ਅੱਜ ਸ਼ਾਮ ਨੂੰ ਇਹਨਾਂ ਨੇ ਇੰਦਰਜੀਤ ਹੋਣਾ ਨੇ ਚੀਨਾ ਜੂਲਰ ਵਾਲਿਆਂ ਨੇ ਕਾਰ ਵੀ ਗਿਫਟ ਵਿੱਚ ਕੱਢਣੀ ਆ ਰੈਫਲਸ ਪੈਣਗੇ ਰੈਫਲ ਜਿਹੜਾ ਜਿੱਤੂਗਾ ਜਿੰਨੇ ਕਸਟਮਰ ਆਏ ਹੈਗੇ ਆ ਉਹਨਾਂ ਨੂੰ ਕਾਰ ਵੀ ਗਿਫਟ ਵਿੱਚ ਮਿਲੂਗੀ ਪਰ ਉਹ ਤੋਂ ਪਹਿਲਾਂ ਜਿਹੜਾ ਨਜ਼ਾਰਾ ਹੈਗਾ ਆ ਕਿ ਜਿਹੜੇ 50 ਪਹਿਲੇ ਕਸਟਮਰ ਹੈਗੇ ਆ ਉਹਨਾਂ ਨੂੰ ਕਹਿਣ ਦਾ ਮਤਲਬ ਕਿ ਜਿਸ ਤਰੀਕੇ ਨਾਲ ਇਨਾਮ ਮਿਲਣੇ ਹੈਗੇ ਆ ਹੋਰ ਵੀ ਬਹੁਤ ਸਾਰੇ ਇਨਾਮ ਹੈਗੇ ਆ ਔਰ ਸਭ ਤੋਂ ਵੱਡੀ ਗੱਲ ਹੈਗੀ ਆ ਕਿ ਜੂਲਰੀ ਦੇ ਵਿੱਚ ਅੱਜ ਛੋਟ ਬਹੁਤ ਹੈਗੀ ਆ ਅਤੇ ਆਓ ਮੈਂ ਤੁਹਾਨੂੰ ਲੈ ਕੇ ਚੱਲਦਾ ਹਾਂ ਔਰ ਆਪਾਂ ਦੇਖਦੇ ਹਾਂ ਕਿ ਲੋਕ ਕਿੱਦਾਂ ਅੱਜ ਪਹੁੰਚੇ ਹੋਏ ਇੱਥੇ ਚਾਹ ਪਾਣੀ ਵੀ ਚੱਲ ਰਹੀ ਹੈਗੀ ਆ ਪਕੌੜੇ ਬਣੇ ਹੋਏ ਹੈਗੇ ਆ ਮੈਂ ਵੈਸੇ ਚਾਹ ਪੀਆਂ ਮਾੜੀ ਜੀ ਅਤੇ ਆਓ ਫਿਰ ਵੇਖਦੇ ਹਾਂ ਨਜ਼ਾਰਾ ਲਓ ਜੀ ਦੇਖੋ ਇਹ ਲਾਈਨਾਂ ਲੱਗੀਆਂ ਹੈਗੀਆਂ ਆ ਔਰ ਆਹ ਤੁਸੀਂ ਵੇਖ ਰਹੇ ਹੈਗੇ ਆ ਜਿਹੜੀ ਕਾਰ ਗਿਫਟ ਦੇ ਵਿੱਚ ਨਿਕਲਦੀ ਆ ਪਰ ਇਹ ਮਿਲਣੀ ਸ਼ਾਮ ਨੂੰ ਆ ਜਦੋਂ ਸਮਾਪਤੀ ਦੇ ਵੇਲੇ ਕੋਈ ਕਰੀਬ 6 ਵਜੇ ਦੇ ਤਾਂ ਆਪਾਂ ਗੱਲਬਾਤ ਕਰਦੇ ਹਾਂ ਦੇਖਦੇ ਹਾਂ ਕਿ ਲਾਈਨਾਂ ਵਿੱਚ ਖੜ੍ਹੇ ਜਿਹੜੇ ਲੋਕ ਆਏ ਹੈਗੇ ਆ ਕਿ ਉਹ ਕੀ ਸੋਚ ਕੇ ਆਇਆ ਹੈਗੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬੜੀ ਤੁਸੀਂ ਕਾਪੀ ਪੈੱਨ ਲੈ ਕੇ ਖੜ੍ਹੇ ਹੈਗੇ ਆ ਚੀਨਾ ਜੂਲਰ ਦੇ ਸਾਹਮਣੇ ਤਾਂ ਕੀ ਕਰਨ ਲੱਗੇ ਹੋ ਇਹ ਕੱਲ੍ਹ ਦੀ ਸੇਲ ਲੱਗੀ ਹੋਈ ਜੀ ਬੜੇ ਇਨਾਮ ਨਿਕਲੇ ਕੱਲ੍ਹ ਵੀ ਬਹੁਤ ਬੰਦਿਆਂ ਨੂੰ ਇਨਾਮ ਨਿਕਲੇ ਆ ਅੱਜ ਕਾਰ ਦਾ ਇਨਾਮ ਨਿਕਲਣਾ ਅਤੇ ਕੱਲ੍ਹ ਬਹੁਤ ਸੇਲ ਲੱਗੀ ਰਹੀ ਹੈ ਅਤੇ ਅੱਜ ਵੀ ਸੇਲ ਸ਼ੁਰੂ ਹੈ ਸੇਲ ਸ਼ੁਰੂ ਹੈਗੀ ਆ ਅੱਜ ਹੁਣ ਸਵੇਰ ਦੇ ਕਿੰਨੇ ਕੁ ਕਲਾਇੰਟ ਜਿਹੜੇ ਕਸਟਮਰ ਆ ਗਏ ਅੱਜ 38 ਕਸਟਮਰ ਆ ਚੁੱਕੇ ਹੈ ਅਤੇ 38 ਦੇ ਨਾਲ ਹੋਰ ਕਸਟਮਰ ਹੋਰ ਵੀ ਜ਼ਿਆਦਾ 38 ਦੇ ਨਾਲ ਹੀ ਹੋ ਚੁੱਕੇ ਹੁਣ ਤੱਕ ਓਕੇ ਅੱਛਾ ਇਹਨਾਂ ਵਿੱਚ ਇਹ ਕਿ ਜਿਹੜੇ ਜਿੱਦਾਂ ਹੈਗਾ ਕਿ ਜਿਹੜੇ 50 ਕਸਟਮਰਾਂ ਨੇ ਸਮਾਨ ਖਰੀਦਣਾ ਹੈਗਾ ਉਹਨਾਂ ਦਾ ਇਨਾਮ ਨਿਕਲਣੇ ਹੈਗੇ ਹਾਂ ਜਿਹੜੇ 500 ਤੋਂ ਉੱਤੇ ਦਾ ਇਨਾਮ ਖਰੀਦਣਗੇ ਉਹਨਾਂ ਦਾ ਇਨਾਮ ਨਿਕਲਣਾ ਹੈ ਜਿਹੜੇ 500 ਤੋਂ ਕੁਛ ਥੱਲੇ ਖਰੀਦਣਗੇ ਉਹਨਾਂ ਨੂੰ ਸਿਰਫ ਗਿਫਟ ਦੇਣੀ ਹੈ ਅੱਛਾ ਲਓ ਜੀ ਫਿਰ ਕਰ ਲਓ ਇਹ ਹੋ ਗਈ ਗੱਲਬਾਤ ਕਿ ਜਿਹਨਾਂ ਨੇ 500 ਤੋਂ ਉੱਪਰ ਜੂਲਰੀ ਖਰੀਦੀ ਹੈਗੀ ਆ ਉਹ ਜਿਹੜੇ 50 ਪਹਿਲੇ ਬੰਦੇ ਹੋਊਗੇ ਕਸਟਮਰ ਹੋਣਗੇ ਉਹਨਾਂ ਨੂੰ ਮਿਲੂਗਾ ਇਨਾਮ ਡਾਇਮੰਡ ਰਿੰਗ ਰਾਈਟ ਔਰ ਜਿਹੜੇ 2500 ਦੇ ਉੱਪਰ ਖਰੀਦਣਗੇ ਉਹਨਾਂ ਦਾ ਕਾਰ ਦੇ ਵਿੱਚ ਨਾਂ ਆਉਣਾ ਜਿਹਦੇ ਨਾਂ 'ਤੇ ਕਾਰ ਨਿਕਲੂਗੀ ਅਰੇ ਵਾਹ 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 ਮੈਂ ਤਾਂ ਕੁਛ ਹੋ ਗਿਆ ਐਵੇਂ ਜੱਬਲੀਆਂ ਮਾਰੀ ਗਿਆ ਇਹ ਕਾਰ ਉਹਨਾਂ ਨੂੰ ਨਿਕਲਣੀ ਆ ਜਿਹਨਾਂ ਨੇ $2500 ਤੋਂ ਉੱਪਰ ਦਾ ਸਮਾਨ ਖਰੀਦਿਆ ਹੈਗਾ ਆ ਯਾਨੀ ਕਿ ਜੂਲਰੀ ਖਰੀਦੀ ਹੈਗੀ ਆ ਉਹਨਾਂ ਦਾ ਫਿਰ ਡਰਾਅ ਦੇ ਵਿੱਚ ਪੈਣਾ ਹੈਗਾ ਆ ਪਰਚੀ ਪੈਣੀ ਆ ਫਿਰ ਪਰਚੀ ਕੱਢੀ ਜਾਊਗੀ ਤਾਂ ਫਿਰ ਉਹ ਕਾਰ ਦੇ ਵਿੱਚ ਨਾਲੇ ਸਮਾਨ ਲੱਦ ਕੇ ਕਹਿੰਦਾ ਮਤਲਬ ਸੋਨਾ ਲੱਦ ਕੇ ਘਰ ਨੂੰ ਲੈ ਜਾਣਗੇ ਠੀਕ ਹੈ ਨਾ ਜੀ ਹਾਂਜੀ ਬਿਲਕੁਲ ਚਲੋ ਫਿਰ ਮੈਂ ਜਰਾ ਹੁਣ ਅੰਦਰ ਜਾ ਕੇ ਦੇਖਦਾ ਕਿ ਹੋਰ ਕੀ ਗੱਲਬਾਤ ਚੱਲਦੀ ਹੈਗੀ ਆ ਲਓ ਜੀ ਜਿੱਥੇ ਤਾਂ ਨਜ਼ਰ ਜਾਂਦੀ ਪਈ ਆ ਮੈਂ ਵੈਸੇ ਹਾਲੇ ਬਾਹਰ ਹੀ ਖਲੋਤਾ ਹੈਗਾ ਕਿਉਂਕਿ ਜੂਲਰੀ ਸਟੋਰ 'ਤੇ ਅਕਸਰ ਮਾੜੀ ਬੜੀ ਸੇਫਟੀ ਕੀਤੀ ਹੁੰਦੀ ਹੈਗੀ ਆ ਉਹ ਦੂਰ ਤੱਕ ਮੈਂ ਦੇਖ ਰਿਹਾ ਹੈਗਾ ਤਾਂ ਆਹ ਸਕਿਉਰਟੀ ਦੇ ਬੰਦੇ ਖੜ੍ਹੇ ਹੈਗੇ ਆ ਇੱਥੇ ਤਾਂ ਉਹ ਤੋਂ ਬਾਅਦ ਚਲੋ ਆਪਾਂ ਹੁਣ ਅੰਦਰ ਵੜਦੇ ਹਾਂ ਜੇ ਦਰਵਾਜ਼ਾ ਖੋਲ੍ਹ ਦਿੱਤਾ ਇਹਨਾਂ ਨੇ ਤਾਂ ਲਓ ਜੀ ਦੇਖੋ ਫਿਰ ਇਸ ਵੇਲੇ ਸੋਨਾ ਵੀ ਚਮਕਾ ਮਾਰਦਾ ਪਿਆ
ਪੂਰਾ ਪੂਰਾ ਔਰ ਸਾਰੇ ਜਿਹੜੇ ਕਸਟਮਰ ਹੈਗੇ ਆ ਆ ਲੱਗੇ ਹੋ ਆ ਖਿੱਦੋ ਫਰੋਦ ਵਿੱਚ ਕੁਛ ਦੇਖ ਰਹੇ ਹੈਗੇ ਆ, ਕਈਆਂ ਨੇ ਵਿੰਡੋ ਸ਼ੋਪਿੰਗ ਕਰਨੀ ਆ ਔਰ ਕਈਆਂ ਨੇ ਸਮਾਨ ਖਰੀਦਣਾ ਹੈਗਾ। ਲਓ ਜੀ ਸਟੋਰ ਦੇ ਵਿੱਚ ਜੇ ਇਸ ਪਾਸੇ ਵੀ ਨਜ਼ਰ ਮਾਰਦੇ ਆ ਹਰ ਪਾਸੇ ਕਸਟਮਰ ਅਤੇ ਕਸਟਮਰ ਖੜ੍ਹੇ ਆ ਲਾਈਨਾਂ ਲਗਾ ਕੇ ਔਰ ਸਮਾਨ ਖਰੀਦੇ ਜਾਂਦੇ ਹੈਗੇ ਆ। ਅਤੇ ਅਗਰ ਆਪਾਂ ਨਜ਼ਰ ਮਾਰੀਏ ਇੱਧਰਲੇ ਪਾਸੇ ਆ ਕੇ ਥੋੜ੍ਹੀ ਜਿਹੀ ਤਾਂ ਐ ਨੇ ਮਹਾਰਾਜ ਪ੍ਰੋਪਰਾਈਟਰ ਸਾਹਿਬ ਚੀਨਾ ਜੂਲਰ ਦੇ ਇੰਦਰਜੀਤ ਜੀ, ਬਿਜ਼ੀ ਹੋਏ ਪਏ ਆ ਕਸਟਮਰ ਦੇ ਵਿੱਚ ਤਾਂ ਇਹਨਾਂ ਨਾਲ ਵੀ ਥੋੜ੍ਹੀ ਜਿਹੀ ਗੱਲਬਾਤ ਕਰਦੇ ਹੈਗੇ ਆ। ਇੰਦਰਜੀਤ ਜੀ ਜਿਹੜਾ ਆਹ ਮਸ਼ੀਨ 'ਤੇ ਕੰਮ ਕਰਨ ਲੱਗੇ ਆ ਨਾ ਇਹਦੇ 'ਤੇ ਸੋਨੇ ਦੀ ਪਰਖ ਹੁੰਦੀ ਆ ਕਿ ਕਿੰਨਾ ਖਰਾ ਸੋਨਾ ਆ ਔਰ ਬਿਲਕੁਲ ਸਹੀ। ਇਹ ਮਸ਼ੀਨ ਸਿਰਫ ਚੀਨਾ ਜੂਲਰ ਦੇ ਵਿੱਚ ਇੰਦਰਜੀਤ ਉਹਨਾਂ ਦੇ ਕੋਲ ਹੀ ਆ। ਲਓ ਜੀ ਭੈਣ ਜੀ ਭਰਾ ਜੀ ਦੇਖੋ ਸੇਲ ਲੱਗੀ ਹੈਗੀ ਆ ਚੀਨਾ ਜੂਲਰ ਦੇ ਉੱਤੇ, ਤੁਸੀਂ ਸਾਰੇ ਲੱਗੇ ਹੈਗੇ ਸਮਾਨ ਖਰੀਦਣ ਮਗਰ ਇਹ ਆ ਕਿ ਜਦੋਂ ਤੁਸੀਂ ਮੈਂ ਗੱਲ ਪੁੱਛਣੀ ਆ ਇੰਦਰ ਜੀ ਥੋੜ੍ਹਾ ਇੱਥੇ ਆਓ ਮੇਰੇ ਕੋਲ, ਮੈਨੂੰ ਇਹ ਦੱਸੋ ਪਹਿਲਾਂ ਕਿ ਸਾਰੇ ਤੁਹਾਨੂੰ ਚੀਨਾ ਹੀ ਕਹਿੰਦੇ ਕਿ ਕੋਈ ਇੰਦਰ ਵੀ ਕਹਿੰਦਾ ਆ ਕੇ? ਇੰਦਰ ਕੋਈ ਨਹੀਂ ਕਹਿੰਦਾ, ਚੀਨਾ ਹੀ ਕਹਿੰਦੇ ਸਾਰੇ ਜੀ। ਚੀਨਾ ਕਬੂਤਰ ਵੀ ਹੁੰਦਾ ਹੈ ਨਾ, ਚੀਨਾ ਜੂਲਰ ਵੀ ਹੈਗਾ ਆ। ਅੱਛਾ ਇਹ ਤੁਸੀਂ ਕਿੰਨੇ ਸਾਲ ਤੋਂ ਰੈਗੂਲਰਲੀ ਜਿੱਦਾਂ ਮੰਨ ਲਓ ਇਹ ਜਿਹੜੇ ਦਿਨ ਆਪਣਾ ਥੈਂਕਸ ਗਿਵਿੰਗ ਦਾ ਆਉਂਦਾ ਹੈਗਾ ਸੇਲ ਲਗਾਉਂਦੇ? ਇਹ 9ਵੀਂ ਸੇਲ ਆ ਜੀ ਆਪਣੀ ਇਸ ਸਾਲ। 9ਵੀਂ ਸੇਲ ਲਗਾ? ਹਾਂਜੀ ਹਾਂ 9 ਸਾਲ ਹੋ ਗਏ ਲਾਉਂਦਿਆਂ ਨੂੰ। 9 ਸਾਲ ਔਰ ਉਸ ਵਿੱਚ ਫਿਰ ਜਿਹੜੇ ਮੰਨ ਲਓ ਕਿ ਕਾਫੀ ਜ਼ਿਆਦਾ ਮਦਦ ਹੈਗੀ ਹੈ ਮੰਨ ਲਓ ਕਿ ਆਪਣੀ ਕਮਿਊਨਿਟੀ ਦੇ ਵਿੱਚ ਕਹਿੰਦਾ ਮੰਨ ਲਓ ਕਹਿਣਾ ਦਿਨਾਂ ਵਿੱਚ ਜਿੱਦਾਂ ਬਲੈਕ ਫਰਾਈਡੇ ਅੱਜ ਹੈਗਾ ਆ ਮਗਰ ਅੱਜ ਸੋਨੇ ਦੇ ਵਿੱਚ ਕੋਈ ਬਲੈਕ ਨਹੀਂ ਹੈਗੀ? ਨਹੀਂ ਨਹੀਂ ਸੋਨੇ 'ਚ ਬਲੈਕ ਕੋਈ ਨਹੀਂ, ਅੱਜ ਤਾਂ ਡਿਸਕਾਊਂਟ ਹੀ ਡਿਸਕਾਊਂਟ ਆ ਸਾਰੀ, ਵਾਈਟ ਹੀ ਵਾਈਟ ਆ। ਓਕੇ ਇੱਕ ਤਾਂ ਮੈਂ ਉਹ ਬਾਹਰ ਕਾਰ ਖੜੀ ਦੇਖੀ ਹੈਗੀ ਆ, ਇਹ ਦੱਸੋ ਮਾੜਾ ਜਿਹਾ ਕਿ ਕਿੱਦਾਂ ਕਾਰ ਕਿੰਨੇ ਵਜੇ ਕੱਢਣੀ ਹੈ? ਇਹ ਅੱਜ ਆਪਾਂ ਸ਼ਾਮ ਨੂੰ 6 ਵਜੇ ਕੱਢਣੀ ਹੈ ਜੀ ਬਲੈਕ ਫਰਾਈਡੇ ਵਾਲੇ ਦਿਨ। ਅਤੇ ਜਿਹੜੇ ਬੰਦੇ ਅੱਜ $2500 ਦਾ ਗੋਲਡ ਜੂਲਰੀ ਬਾਏ ਕਰਨਗੇ ਜਾਂ $500 ਦੀ ਡਾਇਮੰਡ ਜੂਲਰੀ ਬਾਏ ਕਰਨਗੇ ਉਹਨਾਂ ਦਾ ਇਹ ਕੂਪਨ ਪੈਣਾ ਉਹਦੇ ਵਿੱਚ ਡਰਾ ਦੇ ਵਿੱਚ। ਜਿਹੜਾ ਸਾਡੀ ਸਟਾਰਟ ਹੋਈ ਵੀ ਆ ਜਿਹੜੀ ਕਾਰ ਦੀ ਡੀਲ ਆ ਸਪੈਸ਼ਲ। ਓਕੇ ਅੱਛਾ ਇੱਕ ਮਿੰਟ ਇਹ ਦੱਸੋ ਕਿ ਜਿਹੜਾ ਇਹ ਉਹ 50 ਕਸਟਮਰ ਦਾ ਹੈਗਾ ਆ ਆਉਣ ਦਾ ਕਿ ਪਹਿਲੇ ਜਿਹੜੇ ਆਉਣਗੇ ਤਾਂ ਉਹ ਕੀ ਸਿਸਟਮ ਹੈਗਾ, ਉਹ ਕਿੱਦਾਂ ਹੈਗਾ? ਉਹਦੇ ਵਿੱਚ ਇਹ ਜਿਹੜੇ ਜੀ ਕੱਲ੍ਹ ਵੀ ਅਸੀਂ ਡਰਾ ਕੱਢਿਆ ਸੀਗਾ ਜਿਹੜੇ ਪਹਿਲੇ 50 ਕਸਟਮਰ ਆਏ ਸੀ ਉਹਨਾਂ 'ਚੋਂ ਅਸੀਂ 5 ਜਣੇ ਨੂੰ ਡਾਇਮੰਡ ਰਿੰਗਾਂ ਫਰੀ ਦਿੱਤੀਆਂ ਸੀ ਅਤੇ 10 ਜਣੇ ਨੂੰ ਸੋਨੇ ਦੇ ਚੇਨਾਂ ਅਤੇ 35 ਬੰਦਿਆਂ ਨੂੰ ਸਪੈਸ਼ਲ ਗਿਫਟ। ਸੇਮ ਹੀ ਚੀਜ਼ ਅੱਜ ਆ, ਜਦੋਂ ਵੀ ਸਾਡੇ 50 ਕਸਟਮਰ ਹੋ ਗਏ ਅੱਜ ਅਸੀਂ ਉਹਨਾਂ 'ਚੋਂ 5 ਜਣੇ ਨੂੰ ਡਾਇਮੰਡ ਰਿੰਗਾਂ ਦੇਵਾਂਗੇ ਫਰੀ ਅਤੇ 10 ਜਣੇ ਨੂੰ ਸੋਨੇ ਦੀ ਚੇਨਾਂ ਅਤੇ ਬਾਕੀ ਸਾਰਿਆਂ ਨੂੰ ਫਿਰ ਸਪੈਸ਼ਲ ਗਿਫਟ ਦੇਵਾਂਗੇ। ਸੋ ਮੈਂ ਕਹਿ ਸਕਦਾ ਕਿ ਆ ਜਾਓ ਲੁੱਟ ਲਓ ਆ ਕੇ ਚੀਨੇ ਨੂੰ ਅੱਜ, ਲੁੱਟ ਲਓ 2 ਦਿਨ ਲੁੱਟਣ ਨੂੰ ਦਿੱਤੇ ਹੋਏ ਨੇ ਤੁਹਾਨੂੰ, 2 ਦਿਨ ਲੁੱਟਣ ਦਿੱਤੇ ਹੈਗੇ ਆ। ਔਰ ਖਾਸ ਤੌਰ 'ਤੇ ਤਾਂ ਕਹਿੰਦਾ ਮਤਲਬ ਕਿ ਦੀਵਾਲੀ ਤੋਂ ਹੀ ਇਹ ਸ਼ੁਰੂ ਹੋ ਜਾਂਦਾ ਹੈਗਾ ਆ, ਕਹਿੰਦਾ ਮੈਂ ਧਨਤੇਰਸ ਤੋਂ ਹੀ ਕਿ ਸੋਨਾ ਖਰੀਦਣਾ ਹੈਗਾ, ਮਗਰ ਕਿ ਜਿਹੜਾ ਆਹ ਇਹ ਬਲੈਕ ਫਰਾਈਡੇ ਥੈਂਕਸ ਗਿਵਿੰਗ ਦੇ ਉੱਤੇ ਜਿਹੜਾ ਕਿ ਤੁਹਾਡਾ ਥੈਂਕਸ ਕਰਨਾ ਬਹੁਤ ਜ਼ਰੂਰੀ ਹੈ। ਹਾਂਜੀ ਹਾਂਜੀ ਅਸੀਂ ਸਪੈਸ਼ਲ ਦਿੰਦੇ ਹਾਂ ਜੀ, ਜਿਹੜੀ ਬਾਕੀ ਸੇਲਾਂ ਹੁੰਦੀਆਂ ਨੇ ਸਾਰੇ ਸਟੋਰ ਲਾਉਂਦੇ ਨੇ ਉਹ ਕਮਾਉਣ ਵਾਸਤੇ ਲਾਉਂਦੇ ਆ, ਹੁਣ ਅਸੀਂ ਜਿਹੜੇ 2 ਦਿਨ ਦਿੰਦੇ ਹਾਂ ਤੁਹਾਨੂੰ ਕੋਸਟ ਟੂ ਕੋਸਟ ਦਿੰਦੇ ਹਾਂ, ਤੁਹਾਡਾ ਬੈਨੀਫਿਟ ਆ ਜਿੰਨਾ ਤੁਸੀਂ ਲੈ ਸਕਦੇ ਹੋ ਇਹਦੇ ਵਿੱਚ। ਮੈਨੂੰ ਨਾ ਇੱਕ ਇੰਦਰਜੀਤ ਜੀ ਗੱਲ ਦੱਸੋ ਕਿ ਜਿਹੜੀ ਉਹ ਮਸ਼ੀਨ ਤੁਹਾਡੀ ਸਪੈਸ਼ਲ ਹੈਗੀ ਆ ਸੋਨਾ ਦੇਖਣ ਵਾਲੀ ਜਿਹੜੀ ਹੈਗੀ ਆ ਉਹ ਤੁਹਾਡੇ ਕੋਲ ਹੈਗੀ ਆ, ਕੀ ਐਨ ਬਿਲਕੁਲ ਪਰਫੈਕਟ ਜਾਂਦਾ ਉਹ ਸਾਰਾ? ਬਿਲਕੁਲ ਜੀ ਬਿਲਕੁਲ ਓਪਨ ਹੈ ਜੀ, ਜਿਹੜਾ ਮਰਜ਼ੀ ਆ ਕੇ ਜਦੋਂ ਮਰਜ਼ੀ ਪਹਿਲਾਂ ਸਾਡੀ ਚੈੱਕ ਕਰੋ, ਦੂਜਿਆਂ ਦੀ ਅਸੀਂ ਬਾਅਦ 'ਚ ਕਰਾਂਗੇ, ਪਹਿਲਾਂ ਸਾਡੀ ਚੈੱਕ ਕਰਕੇ ਲਓ ਤੁਸੀਂ ਸਭ ਤੋਂ ਪਹਿਲਾਂ। ਓਕੇ ਤਾਂ ਇਸ ਵੇਲੇ ਜਿਹੜਾ ਮਤਲਬ ਗੋਲਡ ਜੁਲਰੀ ਦੇ ਵਿੱਚ ਹੈਗਾ, ਇੱਕ ਜਿਹੜੀ ਗੱਲ ਮੈਂ ਸਪੈਸ਼ਲੀ ਦੱਸਣੀ ਚਾਹੁੰਦਾ ਕਿ ਜਿਹੜੇ ਸਾਡੇ ਦਰਸ਼ਕ ਪ੍ਰੋਗਰਾਮ ਦੇਖ ਰਹੇ ਹੈਗੇ ਆ ਕਿ ਇਹਦੀ ਜਿਹੜੀ ਡਿਜ਼ਾਈਨਿੰਗ ਹੈਗੀ ਆ ਤੁਸੀਂ ਆਪ ਵੀ ਇੱਥੇ ਕਰਦੇ ਹੈਗੇ ਆ ਜਾਂ ਕਿ ਰੈਡੀਮੇਡ ਹੀ ਸਮਾਨ ਆਉਂਦਾ ਸਾਰਾ? ਨਹੀਂ ਜੀ ਮੈਨੂੰ ਨੌਲੇਜ ਹੈਗੀ ਸਾਰੀ, ਮੈਂ ਆਪ ਖੁਦ ਕੰਮ ਕੀਤਾ ਹੋਇਆ, ਮੈਨੂੰ 27 ਸਾਲ ਹੋ ਗਏ ਕੰਮ ਕਰਦੇ ਨੂੰ, ਬਚਪਨ ਤੋਂ ਕੰਮ ਕਰਦਾ, ਇਹ ਨੌਲੇਜ ਵਾਲਾ ਬੰਦਾ ਇਹ ਕੰਮ ਕਰ ਸਕਦਾ। ਅਸੀਂ ਟ੍ਰੇਡਰ ਨਹੀਂ ਹੈਗੇ, ਅਸੀਂ ਮੈਨੂਫੈਕਚਰਰ ਹਾਂ ਖੁਦ, ਇਸ ਕਰਕੇ ਸਾਨੂੰ ਨੌਲੇਜ ਹੈ। ਅਸੀਂ ਸਾਰੇ ਕਿਤੋਂ ਕਲੈਕਟ ਕਰੀਦੇ ਡਿਜ਼ਾਈਨ, ਜਿਹੜੀ ਕੰਟਰੀ 'ਚੋਂ ਜਿੱਥੋਂ ਵਧੀਆ ਡਿਜ਼ਾਈਨ ਬੰਦੇ ਉਹ ਲਿਆਈ ਦੇ ਸਾਰੇ। ਔਰ ਸੈਕੰਡਲੀ ਉਸ ਤੋਂ ਬਾਅਦ ਮਤਲਬ ਡਿਜ਼ਾਈਨਿੰਗ ਤਾਂ ਹੋ ਗਿਆ ਕਿ ਇੱਕ ਜਿਹੜਾ ਤੁਹਾਡਾ ਉਹ ਵੀ ਹੈਗਾ ਕਿ ਅਗਰ ਕਿਸੇ ਨੇ ਆਪਣੀ ਪੁਰਾਣੀ ਜੁਲਰੀ ਦੇਣੀ ਹੈਗੀ ਆ ਵੇਚਣੀ ਹੈਗੀ ਆ ਤਾਂ ਉਹਦੇ ਵਿੱਚ ਵੀ ਖਾਸ ਕੋਈ ਹਦਾਇਤਾਂ ਹੁੰਦੀਆਂ ਹੈਗੀਆਂ? ਹਾਂਜੀ ਅੱਜ ਦੇ ਦਿਨ ਜੀ ਦੋਨੇ ਦਿਨ ਜਿਹੜੇ ਕੱਲ੍ਹ ਅਤੇ ਅੱਜ ਸੀਗਾ ਜਿੰਨੀ ਵੀ ਕੋਈ ਪੁਰਾਣੀ ਜੁਲਰੀ ਲੈ ਕੇ ਆਉਂਦੇ ਉਹ 'ਚੋਂ ਅਸੀਂ ਕੋਈ ਕਾਰਟ ਨਹੀਂ ਕੱਢਦੇ, ਈਵਨ ਐਕਸਚੇਂਜ ਕਰਕੇ ਦਿੰਦੇ ਹਾਂ, ਇਕੱਲੀ ਥੋੜ੍ਹੀ ਜਿਹੀ ਲੇਬਰ ਲੱਗਦੀ ਤੁਹਾਡੀ। ਓਕੇ ਸੋ ਕਹਿੰਦਾ ਮਤਲਬ ਕਿ ਬਾਕੀ ਦਿਨਾਂ ਦੇ ਵਿੱਚ ਅਗਰ ਸਾਲ ਦੇ ਵਿੱਚ ਆਉਂਦੇ ਹੈਗੇ ਤਾਂ ਫਿਰ ਉਹ ਕਾਰਟ ਜਿਹੜੀ ਤੁਸੀਂ ਕੱਟਦੇ ਹੋ? ਹਾਂਜੀ ਹਾਂ ਉਹ ਹਰੇਕ ਜੁਲਰ ਕੱਟਦਾ ਜੀ, 10-15% ਕਾਰਟ ਕੱਢਦੇ ਆ ਅਤੇ ਅਲੱਗ ਪ੍ਰੋਫਿਟ ਲੱਗਦਾ ਉਸ ਚੀਜ਼ ਦਾ, ਲੇਬਰ ਲੱਗਦੀ ਹੈ, ਅੱਜ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਫਾਇਦਾ ਮਿਲਦਾ ਉਸ ਚੀਜ਼ ਦਾ। ਓਕੇ ਤਾਂ ਕਦੇ ਇੱਦਾਂ ਹੋਇਆ ਹੈਗਾ ਕਿ ਜਿੱਦਾਂ ਮੰਨ ਲਓ ਕਿ ਜਿੰਨੇ ਸਾਲਾਂ ਤੁਸੀਂ ਪਿਛਲੇ 10 ਸਾਲ ਤੋਂ ਤੁਸੀਂ ਦੱਸਿਆ ਹੈਗਾ ਕਿ ਲਗਾਉਂਦੇ ਆ ਰਹੇ ਹੈਗੇ ਸੇਲ ਕਿ ਕਿਸੇ ਕੁੜੀ ਦਾ ਵਿਆਹ ਆਇਆ ਹੈਗਾ ਤਾਂ ਉਹ ਇਹਨਾਂ ਦਿਨਾਂ ਦੇ ਵਿੱਚ ਹੀ ਆ ਕੇ ਇਸ ਖਾਸ ਦਿਨ ਦੇ ਉੱਤੇ ਆ ਕੇ ਉਹਨਾਂ ਨੇ ਜੁਲਰੀ ਬਾਏ ਕੀਤੀ ਤਾਂ ਇੱਥੋਂ ਡਰੈਸਅਪ ਹੋ ਕੇ ਗਈ ਆਪਣੇ? ਡਰੈਸਅਪ ਨਹੀਂ ਹੋ ਕੇ ਗਏ ਪਰ ਸਮਾਨ ਲੈ ਕੇ ਗਏ ਨੇ, ਉਹ ਬਹੁਤ ਕਸਟਮਰ ਆਏ ਨੇ ਜਿਨ੍ਹਾਂ ਦਾ ਸੇਮ ਹੁੰਦਾ ਵੀ ਨੈਕਸਟ ਡੇ ਵਿਆਹ ਹੁੰਦਾ ਉਹ ਲੈ ਕੇ ਬੜੇ ਗਏ ਨੇ ਕਸਟਮਰ। ਕੋਈ ਇਹੋ ਜਿਹੀ ਬਰਾਈਡ ਜਿਹੜੀ ਹੈਗੀ ਆ ਵਾਪਸ ਤੁਹਾਡੇ ਕੋਲ ਆਈ ਹੈ ਜਿਹਨੇ ਦੱਸਿਆ ਕਿ ਅਸੀਂ ਉਦੋਂ ਜੁਲਰੀ ਖਰੀਦੀ ਸੀਗੀ ਜਾਂ ਤੁਹਾਡੀ ਲਾਈਫ ਦੇ ਵਿੱਚ
ਇਲਾਵਾ ਵੀ ਜਿਹੜਾ ਤੁਸੀਂ ਕੰਮ ਕਰਦੇ ਹੈਗੇ ਆ, ਕੋਈ ਐਸਾ ਗਾਹਕ ਆਇਆ ਹੋਵੇ ਜਿਹਨੇ ਆ ਕੇ ਦਿਲੋਂ ਤੁਹਾਡਾ ਥੈਂਕਸ ਕੀਤਾ ਹੋਵੇ ਕਿ ਬਹੁਤ ਜ਼ਿਆਦਾ ਕਿ ਮੇਰੀ ਖੂਬਸੂਰਤੀ ਉੱਤੇ ਚਾਰ ਚੰਦ ਲਾ ਤੇ ਤੁਹਾਡੇ ਜੁੜੇ? ਨਹੀਂ, ਥੈਂਕ ਯੂ ਕਰਦੇ ਨੇ, ਪਰ ਆਪਣੇ ਪੰਜਾਬੀਆਂ 'ਚ ਖਾਸ ਹੁੰਦੀ ਹੈ ਵੀ ਉਹ ਜਿਹੜੇ ਚੰਗੇ ਕਸਟਮਰ ਹੁੰਦੇ ਉਹ ਦੱਸਦੇ ਨਹੀਂ ਗੇ, ਨਾ ਉਹ ਰਿਵਿਊ ਪਾਉਣ, ਨਾ ਉਹ ਕਹਿਣ, ਉਹ ਚੁੱਪ ਕਰਕੇ ਸਮਾਨ ਲੈ ਜਾਂਦੇ ਤੇ ਉਹ ਇੰਜੋਏ ਕਰਦੇ ਨੇ, ਜਿਹੜੇ ਮਾੜੇ ਹੁੰਦੇ ਨੇ ਉਹ ਜ਼ਰੂਰ ਮੂਰਨ ਨੂੰ ਆ ਜਾਂਦੇ ਨੇ, ਜੇ ਕਹਿਣਾ ਕਿ ਸੋਨਾ ਖਰਾਬ ਹੈ ਤੁਹਾਡਾ, ਇਹਦੀ ਲੈ ਕੁੰਡੀ ਟੁੱਟੀ ਹੋਈ ਹੈਗੀ ਆ, ਉਹ ਜਿਹੇ ਬੰਦੇ ਜ਼ਰੂਰ ਮੂਹਰੇ ਆ ਜਾਂਦੇ, ਚੰਗੇ ਵਾਲੇ ਨਹੀਂ ਆਉਂਦੇ ਮੂਹਰੇ। ਸੋ ਬਹੁਤ ਵਧੀਆ ਲੱਗਿਆ, ਇਸ ਵੇਲੇ ਲਾਈਵ ਪ੍ਰੋਗਰਾਮ ਜਾ ਰਿਹਾ ਹੈਗਾ, ਮੈਂ ਕਹਾਂਗਾ ਕਿ ਜਿਹੜੇ ਵੀ ਘਰ ਵਿੱਚ ਪ੍ਰੋਗਰਾਮ ਦੇਖ ਰਹੇ ਹੈਗੇ ਆ, ਅੱਜ ਦਾ ਦਿਨ ਤੁਹਾਡੇ ਲਈ ਬਹੁਤ ਹੀ ਵਧੀਆ ਦਿਨ ਹੈਗਾ, ਆ ਜਾਓ ਫਟਾਫਟ, ਕਿਉਂਕਿ ਸ਼ਾਮ ਤੱਕ ਇਹ 6 ਵਜੇ ਤੱਕ ਤਾਂ ਚੱਲਣਾ ਹੀ ਹੈਗਾ ਸਾਰਾ, ਔਰ 6 ਵਜੇ ਹੀ ਜਾ ਕੇ ਜਿਹੜੀ ਇਹ ਕਾਰ ਵੀ ਕੱਢਣੀ ਹੈਗੀ ਆ ਇਨਾਮ ਦੇ ਵਿੱਚ। ਇਹ ਹੁਣ ਪਤਾ ਨਹੀਂ ਕਿ ਤੁਸੀਂ ਪਹਿਲੇ 50 ਜਿਹੜੇ ਕਸਟਮਰ ਹੈਗੇ ਉਹਨਾਂ ਵਿੱਚ ਆਉਂਦੇ ਕਿ ਨਹੀਂ ਆਉਂਦੇ, ਮਗਰ ਜੁਐਲਰੀ ਤੁਹਾਨੂੰ ਅੱਜ ਬਹੁਤ ਸਸਤੀ ਮਿਲੇਗੀ, ਇਹ ਇਹਨਾਂ ਦਾ ਵਾਅਦਾ ਹੈਗਾ। ਬਿਲਕੁਲ ਜੀ, ਬਿਲਕੁਲ ਬਿਲਕੁਲ, ਆ ਜਾਓ ਸਾਰੇ ਫਟਾਫਟ, ਆ ਜਾਓ ਜੀ ਜਲਦੀ ਆ ਜਾਓ, ਦੇਖੋ ਫਿਰ ਕਿੱਦਾਂ ਲੱਗੀ ਹੈਗੀ ਆ ਸੇਲ ਚੀਨਾ ਜੁਐਲਰ ਦੇ ਉੱਤੇ। ਲਓ ਜੀ, ਇੱਥੇ ਬੋਰਡ ਲੱਗਾ ਹੈਗਾ ਆਲ ਸੇਲ ਆਰ ਫਾਈਨਲ, ਅਤੇ ਲਓ ਫਿਰ ਤੁਹਾਨੂੰ ਆਪਾਂ ਵਿੰਡੋ 'ਚ ਦਿਖਾਲਦੇ ਹੈਗੇ ਹਾਂ ਜਿਹੜੀ ਜੁਐਲਰੀ ਪਈ ਹੈਗੀ ਆ ਕਿੱਦਾਂ ਚਮਕਾ ਮਾਰਦੀ ਪਈ ਹੈਗੀ ਆ। ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ, ਦੇਖੋ ਅੱਜ ਇਹ ਜਿਹੜੇ ਹਾਰ ਹੈਗੇ ਕਿਹਦੇ ਕਿਹਦੇ ਗਲੇ ਦੇ ਵਿੱਚ ਜਾ ਕੇ ਪੈਂਦੇ ਹੈਗੇ ਆ, ਕੌਣ ਕੌਣ ਇਹਨਾਂ ਨੂੰ ਬਾਏ ਕਰਦਾ ਹੈਗਾ। ਬਹੁਤ ਵਧੀਆ ਡਿਜ਼ਾਇਨ ਆ, ਬਹੁਤ ਹੀ ਖੂਬਸੂਰਤ ਗਲੇ ਦਾ ਹਾਰ ਨਾਲ ਕਾਂਟੇ, ਪ੍ਰਾਈਸ ਵੀ ਲੱਗੀ ਹੈਗੀ ਆ ਉਸ ਤੋਂ ਉੱਪਰ, ਇਹ $3,540 ਦਾ ਸੈੱਟ ਹੈਗਾ ਆ, ਗਲੇ ਦਾ ਹਾਰ ਅਤੇ ਨਾਲ ਕਾਂਟੇ ਹੈਗੇ ਆ। ਔਰ ਇਸ ਤੋਂ ਅੱਗੇ ਅਗਰ ਆਪਾਂ ਜਾਈਏ, ਇਹ ਹੈਗਾ $2,450 ਦਾ। ਆ ਤੁਸੀਂ ਵੇਖਦੇ ਹੈਗੇ ਆ ਡਾਇਮੰਡ ਦੀ ਜੁਐਲਰੀ ਹੈਗੀ ਆ, ਬਹੁਤ ਹੀ ਖੂਬਸੂਰਤ, ਜਿਸ ਤਰ੍ਹਾਂ ਕੇਂਦਰ ਜੀ ਤੁਹਾਨੂੰ ਦੱਸਿਆ ਕਿ ਉਹ ਪਿਛਲੇ 27 ਸਾਲ ਤੋਂ ਜੁਐਲਰੀ ਦੀ ਦੁਨੀਆ ਦੇ ਵਿੱਚ ਕੰਮ ਕਰਦੇ ਆ ਰਹੇ ਹੈਗੇ ਆ, ਔਰ ਹਮੇਸ਼ਾ ਹੀ ਉਹ ਜਦੋਂ ਕੋਈ ਵੀ ਡਿਜ਼ਾਇਨ ਕਿਤੇ ਵੀ ਵਧੀਆ ਲੱਗਦਾ ਹੈ ਉਹ ਆਪਣੇ ਕਸਟਮਰਸ ਦੇ ਲਈ ਆਪਣੇ ਸਟੋਰ 'ਤੇ ਲੈ ਕੇ ਆਉਂਦੇ ਹੈਗੇ ਆ। ਆਲ ਦ ਬਿਊਟੀਫੁਲ ਥਿੰਗਸ, ਦਿਲ ਨੂੰ ਮੋਹਣ ਵਾਲੀ ਜੁਐਲਰੀ ਹੈਗੀ ਹੈ, ਹਰ ਇੱਕ ਜੁਐਲਰੀ ਦੇ ਸੈੱਟ ਦੇ ਨਾਲ, ਚਾਹੇ ਕਾਂਟੇ ਹੈਗੇ ਆ ਔਰ ਟਿੱਕਾ ਹੈਗਾ ਉਹਨਾਂ ਦੇ ਨਾਲ, ਉਹਨਾਂ ਦੀ ਪ੍ਰਾਈਸ ਜਿਹੜੀ ਹੈਗੀ ਆ ਨਾਲ ਦੀ ਨਾਲ ਲੱਗੀ ਹੋਈ ਹੈਗੀ ਆ। ਲਓ ਜੀ, ਹੁਣ ਇੱਕ ਨਜ਼ਰ ਮਾਰਦੇ ਆਪਾਂ ਏਅਰ ਰਿੰਗਸ ਦੇ ਉੱਤੇ, ਡਾਇਮੰਡ ਦੀਆਂ ਏਅਰ ਰਿੰਗਸ ਵੇਖ ਲਓ, ਵੇਖ ਲਓ ਅਤੇ ਆ ਜਾਓ ਫਿਰ ਚੀਨਾ ਜੁਐਲਰ ਦੇ ਉੱਤੇ ਅੱਜ ਇਹ ਏਅਰ ਰਿੰਗ ਖਰੀਦਣ ਦੇ ਲਈ, ਜਾਂ ਕੋਈ ਵੀ ਗੋਲਡ ਦੀ ਜੁਐਲਰੀ ਖਰੀਦਣ ਦੇ ਲਈ। ਏਅਰ ਰਿੰਗ ਦੀ ਗੱਲ ਹੋ ਗਈ ਤਾਂ ਹੁਣ ਆਹ ਹੈਗੇ ਜੀ ਡਾਇਮੰਡ ਦੇ ਹਾਰ, ਤੁਸੀਂ ਵੇਖ ਰਹੇ ਹੈਗੇ ਆ। ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ, ਚੀਨਾ ਜੁਐਲਰ, ਸਟਾਕਟਨ ਬੁਲੇਵਾਰਡ, ਕੈਲੀਫੋਰਨੀਆ, ਐਲਕੋਵ। ਜਿੱਧਰ ਵੀ ਨਜ਼ਰ ਮਾਰਦੇ ਹਾਂ ਉੱਥੇ ਕਸਟਮਰ ਅੱਜ ਕੁਛ ਨਾ ਕੁਛ ਖਰੀਦਣ 'ਤੇ ਲੱਗਾ ਹੋਇਆ, ਹੋਵੇ ਵੀ ਕਿਉਂ ਨਾ ਬਈ ਅੱਜ ਇਨਾਮ ਨਿਕਲਣਾ। ਲਓ ਬਈ ਦੋਸਤੋ, ਆਪਾਂ ਨੇ ਤੁਹਾਨੂੰ ਦਿਖਾ ਲਿਆ ਕਿ ਡਾਇਮੰਡ ਦੀ ਜੁਐਲਰੀ, ਮੈਂ ਤੁਹਾਨੂੰ ਦਿਖਾ ਦਿੱਤੀ ਆ ਗੋਲਡ ਦੀ ਜੁਐਲਰੀ ਵੀ, ਮਗਰ ਆਪਾਂ ਹੁਣ ਉਸ ਜਗ੍ਹਾ 'ਤੇ ਖੜ੍ਹੇ ਹਾਂ ਉਹਨਾਂ ਦੇ ਕੋਲ ਖੜ੍ਹੇ ਹੈਗੇ ਹਾਂ ਜਿਨ੍ਹਾਂ ਤੋਂ ਚੀਨਾ ਬਣਿਆ, ਸਰਦਾਰ ਬੰਸ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਨਿੱਘਾ ਸਵਾਗਤ ਹੈਗਾ ਆ ਜਸ ਟੀਵੀ ਦੇ ਉੱਤੇ, ਔਰ ਜਿਹੜੀ ਸੇਲ ਚੱਲ ਰਹੀ ਉਹ ਤਾਂ ਚੱਲੀ ਰਹੀ ਹੈਗੀ ਆ। ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗਾ ਕਿ ਚੀਨੇ ਨੂੰ ਜੁਐਲਰੀ ਵਾਲੇ ਪਾਸੇ ਤੁਸੀਂ ਲੈ ਕੇ ਆਏ ਜੋ ਆਪਣੇ ਆਪ ਆ ਗਿਆ? ਅਸੀਂ ਲੈ ਕੇ ਆਏ ਹਾਂ ਜੀ ਚੁਨੀ ਇੱਧਰਲੇ ਪਾਸੇ ਜੀ, ਜੁਐਲਰੀ ਵਾਲੇ ਪਾਸੇ। ਤੁਸੀਂ ਵੀ ਪਹਿਲਾਂ ਜੁਐਲਰੀ ਦਾ ਕਰਦੇ ਸੀਗੇ? ਸਾਡਾ ਜੱਦੀ ਕੰਮ ਹੈ ਜੀ ਇਹ, ਕੁਸ਼ਤੀ, ਬਠਿੰਡੇ ਦੇ ਵਿੱਚ। ਬਠਿੰਡੇ ਕੀ ਸਾਡੇ ਪੜਦਾਦੇ ਤੋਂ ਲੈ ਕੇ ਤਾਂ ਮੈਨੂੰ ਪਤਾ ਇਹ ਦੁਕਾਨ ਦਾ ਨਹੀਂ। ਅੱਛਾ, ਮੈਨੂੰ ਇੱਕ ਇਹ ਦੱਸੋ ਕਿ ਜਿੱਦਾਂ ਮੰਨ ਲਓ ਕਿ ਜੁਐਲਰੀ ਦੇ ਕੰਮ ਦੇ ਵਿੱਚ ਉਹ ਐਮਬਰਾਇਡਰੀ ਜਾਂ ਖੁਦ ਬਣਾਉਂਦੇ, ਢਾਲ ਕੇ ਕਰਦੇ ਹੈਗੇ ਆ, ਤੁਸੀਂ ਉਹ ਕੰਮ ਕੀਤਾ ਆਪਣੇ ਟਾਈਮ ਦੇ ਉੱਤੇ? ਹਾਂਜੀ, ਮੈਂ ਵੀ ਕੀਤਾ ਹੈ ਅਤੇ ਇਹ ਇੰਦਰਜੀਤ ਨੂੰ ਵੀ ਆਉਂਦਾ, ਇਹ ਵੀ ਕਰਦਾ ਰਿਹਾ। ਹਾਂਜੀ,
ਤੁਹਾਨੂੰ ਕਿੰਨਾ ਕੁ ਫਰਕ ਲੱਗਦਾ ਜਦੋਂ ਮੰਨ ਲਓ ਕਿ ਅਮਰੀਕਾ ਦੇ ਵਿੱਚ ਸੋਨਾ ਹੈਗਾ ਆ ਜਾਂ ਇੰਡੀਆ ਦੇ ਵਿੱਚ, ਕਿਉਂਕਿ ਤੁਹਾਡਾ ਤਾਂ ਐਕਸਪੀਰੀਅੰਸ ਬਹੁਤ ਹੈਗਾ ਆ, ਤੁਸੀਂ ਇੰਡੀਆ ਤੋਂ ਹੀ ਕਰਦੇ ਆ ਰਹੇ ਹੈਗੇ ਆ, ਇੱਥੇ ਦੀ ਜੁਐਲਰੀ ਜਾਂ ਸੋਨੇ ਦੇ ਵਿੱਚ ਉੱਥੇ ਸੋਨੇ 'ਚ ਕਿੰਨਾ ਕੁ ਫਰਕ ਮਹਿਸੂਸ ਹੁੰਦਾ ਹੈਗਾ? ਸੋਨਾ ਤਾਂ ਇੱਥੇ 4.9 ਹੈ ਜੀ, ਇੰਡੀਆ ਹੈਗਾ 50% ਘੱਟ ਹੈ। ਹਾਂ, ਅਤੇ ਇੱਥੇ ਰਿਸਪੋਂਸ ਬਹੁਤ ਵਧੀਆ। ਹਾਂਜੀ, ਓਕੇ। ਤਾਂ ਆ ਜਿਹੜੀ ਸੇਲ ਹੈਗੀ ਆ, ਇਹ ਕਿੰਨੇ ਸਾਲ ਤੋਂ ਲਗਾਉਂਦੇ ਆ ਰਹੇ ਹੈਗੇ? ਇਹ ਤਾਂ ਜੀ 7-8 ਸਾਲ ਹੋ ਗਏ ਸੇਲ ਚੱਲਦੀ ਨੂੰ। ਤੁਸੀਂ ਜਿਹੜੇ ਸਾਡੇ ਭੈਣ ਭਰਾ ਪ੍ਰੋਗਰਾਮ ਦੇਖ ਰਹੇ ਹੈਗੇ ਇਸ ਵੇਲੇ ਟੀਵੀ 'ਤੇ ਬੈਠੇ, ਜਦੋਂ ਸੋਨਾ ਖਰੀਦਦੇ ਹੈਗੇ ਆ, ਕੋਈ ਇੱਕ ਟਿਪ ਹੁੰਦੀ ਹੈਗੀ ਉਹਨਾਂ, ਤੁਸੀਂ ਕੀ ਕਹਿਣਾ ਚਾਹੋਗੇ ਸੋਨਾ ਖਰੀਦਣ ਵੇਲੇ ਕਿਹੜੀ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਸੋਨਾ ਖਰੀਦਦੇ? ਸੋਨਾ ਤਾਂ ਜੇ ਤੁਸੀਂ ਖਰਚ ਕਰਦੇ ਹੋ ਆਪਣੀ ਅਮਾਊਂਟ 'ਤੇ, ਪਿਓਰ ਚੀਜ਼ ਲਓ ਦੇਖ ਕੇ ਖਰੀ। ਜੇ 24 ਕਰੋੜ ਦਾ ਕੋਇਨ ਲੈਣਾ ਤਾਂ ਦੇਖ ਕੇ ਲਓ, ਅਤੇ ਜੁਐਲਰੀ ਆ ਉਹ 22 ਕੈਰਟ ਦੀ ਹੁੰਦੀ ਹੈ। ਓਕੇ, ਸੋਨਾ ਜਿੱਥੋਂ ਮਰਜ਼ੀ ਖਰੀਦ ਲੈਣ, ਚੈੱਕ ਜ਼ਰੂਰ ਇੱਥੇ ਆ ਕੇ? ਚੈੱਕ ਤਾਂ ਜ਼ਰੂਰ ਹੁੰਦਾ, ਇੱਥੇ ਮਸ਼ੀਨਾਂ ਸਾਡੇ ਕੋਲ ਹੈਗੀਆਂ ਆਟੋਮੈਟਿਕ ਚੈੱਕ ਕਰਨ ਦੀਆਂ, ਚੈੱਕ ਕਰਕੇ ਦਿੰਦੇ ਹਾਂ ਅਸੀਂ, ਜੋ ਮਰਜ਼ੀ ਕੋਈ ਚੈੱਕ ਕਰਾ ਲਏ। ਅੱਛਾ, ਜਿਹੜੇ ਇਹ ਡਿਜ਼ਾਇਨਿੰਗ ਕਰਦੇ ਹੈਗੇ, ਜੇ ਮੰਨ ਲਓ ਮੈਂ ਕੰਮ ਸਿੱਖਣਾ ਹੋਵੇ ਤਾਂ ਮੈਂ ਕਿੰਨੀ ਕੁ ਜਲਦੀ ਸਿੱਖ ਸਕਦਾ ਹੈਗਾ? ਤੁਸੀਂ ਐਡੀ ਜਲਦੀ ਨਹੀਂ ਸਿੱਖ ਸਕਦੇ ਜੀ, ਤੁਹਾਡਾ ਕਿੱਤਾ ਹੈ ਨਹੀਂ। ਹਾਂ, ਇਹ ਸਵਰਨਕਾਰ ਦਾ ਜਿਹੜਾ ਬੱਚਾ ਉਹਨੂੰ ਜ਼ਿਆਦਾ ਇਸ ਗੱਲ ਦਾ ਐਕਸਪੀਰੀਅੰਸ ਹੁੰਦਾ ਕਿ ਉਹ ਫੈਮਿਲੀ ਕਰਦੀ ਹੈ, ਉਹਦੇ ਵਿੱਚ ਬੰਦਾ ਸਿੱਖਦਾ ਰਹਿੰਦਾ ਆਉਂਦਾ ਜਾਂਦਾ। ਜਿਹੜਾ ਨਿਊ ਹੈਂਡ ਹੈ ਉਹਨੂੰ ਬਹੁਤ ਟਾਈਮ ਲੱਗਣਾ। ਓਕੇ, ਮੈਂ ਸਵਰਨਕਾਰ ਤਾਂ ਹੈਗਾ, ਮੈਂ ਰਾਮਗੜੀਆ ਬਰਾਦਰੀ ਨਾਲ ਹੀ ਬਿਲੋਂਗ ਕਰਦਾ। ਰਾਮਗੜੀਆ ਠੀਕ ਹੈ, ਤੁਸੀਂ ਫਿਰ ਆਇਆ ਨਾ ਵੀ ਇਸ ਲਾਈਨ ਤੋਂ ਬਾਹਰ ਹੋ। ਹਾਂਜੀ, ਓਕੇ ਜੀ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਦੋਸਤੋ, ਪ੍ਰੋਗਰਾਮ ਇਸ ਤਰੀਕੇ ਨਾਲ ਚੱਲਦਾ ਰਹੇਗਾ, ਆਪਾਂ ਮਿਲਦੇ ਹਾਂ ਤੁਹਾਨੂੰ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਲਓ ਵੀ ਦੋਸਤੋ, ਬ੍ਰੇਕ ਤੋਂ ਬਾਅਦ ਤੁਹਾਡਾ ਨਿੱਘਾ ਸਵਾਗਤ ਹੈਗਾ ਆ। ਨਿੱਘਾ ਸਵਾਗਤ ਗੋਲ ਗੱਪਿਆਂ ਦੀ, ਰੇਹੜੀ ਨਹੀਂ ਹੈਗੀ ਮਗਰ ਇਹ ਕਿ ਰੇਹੜੀ ਵਾਂਗੂ ਹੀ ਸਟਾਈਲ ਬਣਿਆ ਹੈਗਾ, ਮਗਰ ਇਹ ਕਿੱਥੇ ਲੱਗੇ ਹੈਗੇ ਆ? ਜੇ ਸਟਾਲ ਗੋਲ ਗੱਪੇ ਦਹੀਂ ਭੱਲੇ ਸਾਰੇ ਕਿੱਥੇ ਹੈਗੇ ਆ? ਇਹ ਹੈਗੇ ਆ ਚੀਨਾ ਜਿਊਲਰਸ, ਸਟੋਕਟਨ ਬੁਲੇਵਾਰਡ ਦੇ ਉੱਤੇ, ਜਿੱਥੇ ਕਿ ਅੱਜ ਬਹੁਤ ਭਾਰੀ ਸੇਲ ਜਿਹੜੀ ਲੱਗੀ ਹੈਗੀ ਆ ਸੋਨੇ ਦੀ, ਔਰ ਗਾਹਕ ਫਟਾਫਟ ਅੰਦਰ ਜਾ ਰਹੇ ਆ। ਔਰ ਮੈਨੂੰ ਜਿੱਥੇ ਤੱਕ ਹੁਣੇ ਪਤਾ ਲੱਗਾ ਹੈਗਾ, ਮਿਸਟਰ ਭੰਡਾਲ ਨੇ ਸਾਨੂੰ ਦੱਸਿਆ ਹੈਗਾ ਕਿ 48 ਬੰਦੇ ਜਿਹੜੇ ਹੈਗੇ ਆ ਉਹ ਸਮਾਨ ਖਰੀਦ ਚੁੱਕੇ, ਕਿਉਂਕਿ ਜਦੋਂ 50 ਬੰਦਿਆਂ ਨੇ ਸਮਾਨ ਖਰੀਦ ਲੈਣਾ ਹੈਗਾ ਆ ਉਸ ਵੇਲੇ ਫਿਰ ਇਹਦੇ ਵਿੱਚੋਂ। ਲਓ ਜੀ, 48 ਦੇ 49 ਹੋ ਗਏ ਜੀ। ਲਓ ਜੀ, 50 ਬੰਦੇ ਪੂਰੇ ਹੋ ਗਏ ਕਹਿੰਦੇ ਆ, ਮਗਰ 50 ਬੰਦੇ ਪੂਰੇ ਹੋਣ ਤੋਂ ਪਹਿਲਾਂ ਜਿਹੜੇ ਇੱਧਰਲੇ ਪਾਸੇ ਬੰਦੇ ਗੋਲ ਗੱਪੇ ਖਾ ਕੇ ਉਹਨਾਂ ਦੀ ਗੱਲ ਕਰਦੇ ਹਾਂ। ਇਹ ਸੰਨੀ ਸਾਹਿਬ ਸਾਡੇ ਨਾਲ ਹੈਗੇ ਆ। ਸੰਨੀ ਜੀ, ਤੁਹਾਡਾ ਨਿੱਘਾ ਸਵਾਗਤ ਹੈ ਜਸ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਸਾਰੇ ਭਰਾਵਾਂ ਨੂੰ, ਮੇਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸੁਰਜੀਤ ਸਿੰਘ ਜੀ, ਤੁਹਾਡਾ ਵੀ ਨਿੱਘਾ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਅ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਾਂ ਹੁਣ ਤੁਹਾਨੂੰ ਦੱਸਣ ਲੱਗੇ ਹਾਂ ਬੁਝਾਰਤ ਪਾ ਕੇ ਕਿ ਗੋਲ ਗੱਪਾ ਕਿੱਦਾਂ ਬਣਾਈਏ, ਗੋਲ ਗੱਪਾ ਤਾਂ ਕਿੱਦਾਂ ਬਣਾਉਣਾ। ਸੰਨੀ ਜੀ, ਪਹਿਲਾਂ ਤਾਂ ਸੰਨੀ ਜੀ ਜਿਹੜੇ ਨਾ ਇਹ ਸ਼ੇਅਰ ਬਹੁਤ ਵਧੀਆ ਸੁਣਾਉਂਦੇ, ਛੋਟਾ ਜਿਹਾ ਸ਼ੇਅਰ ਹੋ ਜਾਏ ਪਹਿਲਾਂ। ਬੜੀ ਦੁਨੀਆ ਦੇ ਗੋਡੀ ਹੱਥ ਲਾ ਲਾ ਕੇ ਦੇਖੇ, ਕਈ ਝੁੱਕੇ ਜੱਪੀ ਪਾ ਲੈਂਦੇ ਵੇਖੇ, ਕਈ ਲੋਹੇ ਮੰਗੂ ਆਕੜ ਜਾਂਦੇ ਦੇਖੇ, ਜ਼ਿੰਦਗੀ ਦੇ ਵਿੱਚ ਨਾ ਕਦੀ ਵੀ ਮਾਣ ਕਰੀਏ, ਸਿਕੰਦਰ ਵਰਗੇ ਬਾਦਸ਼ਾਹ ਵੀ ਖਾਲੀ ਹੱਥ ਜਾਂਦੇ ਦੇਖੇ। ਵਾਹ ਵਾਹ ਵਾਹ, ਸਿਕੰਦਰ ਕਹਿੰਦੇ ਜਦੋਂ ਗਿਆ ਸੀਗਾ ਤਾਂ ਖਾਲੀ ਹੱਥ ਗਿਆ ਸੀਗਾ, ਨੰਘ ਜੋ, ਕਿਉਂਕਿ ਨੰਘਣਾ ਆਉਣਾ, ਕਿਉਂਕਿ ਦੇਖੋ ਲੋਕੀ ਨੰਘਦੇ ਬਹੁਤ, ਕੈਮਰੇ ਮੋਦੀ ਕਿਉਂਕਿ ਅੰਦਰ ਜਾ ਰਹੇ। ਇਹ ਆ ਲਓ ਫਿਰ, ਇਹਨੇ ਕਾਰ ਇਹਨਾਂ ਦੀ ਨਿਕਲਣੀ ਅੱਜ। ਅੱਛਾ, ਮੈਨੂੰ ਜਿਹੜਾ ਗੋਲਗੱਪੇ ਚੱਕ ਕੇ ਦਿਖਾ ਲਓ ਉੱਪਰ ਮਾੜਾ ਜਿਹਾ, ਇੱਕ ਆਹ ਵਾਲਾ ਪੂਰਾ ਦਿਖਾ ਦਿਓ, ਪੂਰਾ ਪੂਰਾ ਬੰਡਲ ਚੱਕ ਲਓ। ਲਓ ਜੀ, ਇਹ ਹੈਗਾ ਗੋਲ ਗੱਪਾ ਨਹੀਂ ਗੋਲ ਗੱਪੇ ਆ, ਔਰ ਇੱਧਰਲੇ ਪਾਸੇ ਦਹੀਂ ਭੱਲੇ ਬਣੇ ਪਏ ਹੈਗੇ ਆ। ਔਰ ਮੈਨੂੰ ਤੁਸੀਂ ਦੱਸੋ ਕਿ ਇਹ ਜਿਹੜੇ ਗੋਲ ਗੱਪੇ ਆ, ਤੁਸੀਂ ਇੱਥੇ ਆਏ ਆ ਜਾਂ ਕਿਤੇ ਤੁਹਾਡਾ ਥੈਂ ਟਿਕਾਣਾ ਵੀ ਹੈਗਾ ਜਿੱਥੇ ਤੁਸੀਂ ਤੁਹਾਨੂੰ ਲੋਕੀ ਆ ਕੇ ਮਿਲਦੇ ਆ? ਇਹ ਜੀ, ਪਹਿਲੀ ਗੱਲ ਤਾਂ ਹੈ ਜੀ, ਗੋਲ ਗੱਪੇ ਆ ਜੀ, ਗੋਲ ਗੱਪ ਨਹੀਂ ਹੈਗੀ ਜੀ, ਇਹ ਸੱਚ ਹੈ, ਗੋਲ ਸੱਚ ਹੈ। ਅਸੀਂ ਗੋਲ ਗੱਪੇ ਖਿਲਾਉਂਦੇ ਹਾਂ, ਪਿਆਰ ਨਾਲ ਬਣਾਉਂਦੇ ਹਾਂ, ਸਾਰੇ ਭੈਣ ਭਰਾਵਾਂ ਨੂੰ ਖਿਲਾਉਂਦੇ ਹਾਂ। ਇਹ ਅਸੀਂ ਤਾਂ ਵੈਸੇ ਸ਼ੌਕ ਹੀ ਆ ਇਹ ਕੰਮ ਕਰਦੇ ਹਾਂ, ਜੇ ਕਿਸੇ ਦੀ ਬੇਟੀ ਦੀ ਮੈਰਿਜ ਹੈਗੀ ਆ ਜਾਂ ਕਿਸੇ ਦੀ ਬੇਟੀ ਦਾ ਬਰਥਡੇ ਹੈਗਾ, ਉੱਥੇ ਅਸੀਂ ਆਪਣੇ ਦਿਲੋਂ ਉਹਨਾਂ ਦੀ ਸੇਵਾ ਕਰਦੇ ਹਾਂ। ਅਤੇ ਬਾਕੀ ਇਹ ਸਾਨੂੰ ਸ਼ੌਕ ਹੈਗਾ, ਕੋਈ ਅਸੀਂ ਲੋਕਾਂ ਦੇ ਉੱਤੇ ਇਹ ਨਹੀਂ ਲਾਇਆ ਹੋਇਆ ਵੀ ਤੁਸੀਂ ਜ਼ਰੂਰੀ ਖਾ ਕੇ ਜਾਂਦੇ ਨੇ, ਪਿਆਰ ਦੇ ਅਸੀਂ ਭੁੱਖੇ ਹਾਂ, ਪਿਆਰ ਦੇ ਨਾਲ ਹੀ ਅਸੀਂ ਉਹਨਾਂ ਨੂੰ ਖਿਲਾਉਂਦੇ ਹਾਂ। ਅਤੇ ਤੁਹਾਡਾ ਦਿਲ ਕਰਦਾ ਸਾਡੇ ਕੋਲ ਆਓ, ਜ਼ਰੂਰ ਸਾਡੇ ਗੋਲ ਗੱਪੇ ਖਾਓ। ਅਤੇ ਇਸ ਦੇ ਨਾਲ ਹੀ ਮੈਂ ਆਪਣੇ ਭਾਈ ਸਾਹਿਬ ਨੂੰ, ਮੇਰੇ ਵੀਰ ਜੀ, ਕੀ ਕਹਿਣਾ ਚਾਹੁੰਦੇ ਤੁਸੀਂ ਜੀ? ਬਹੁਤ ਬਹੁਤ ਧੰਨਵਾਦ ਸਾਡੇ ਭਰਾ ਦੇ ਜੀ, ਸਾਨੂੰ ਸਿੱਧੇ ਪਾਸੇ ਲਾਇਆ ਜੀ। ਲਓ ਜੀ, ਸਿੱਧੇ ਪਾਸੇ ਲਾਤਾ ਗੋਲ ਗੱਪੇ ਬਣਾਉਣ ਦੇ ਵਿੱਚ। ਗੋਲ ਗੱਪਾ ਭੰਨ ਕੇ ਵਿੱਚ ਪਹਿਲਾਂ ਆਲੂ ਪਾਉਣੇ ਆ, ਫਿਰ ਕਾਲੇ ਛੋਲੇ ਪਾਉਣੇ ਆ, ਕਾਲਾ ਚਨਾ, ਔਰ ਉਸ ਤੋਂ ਬਾਅਦ ਫਿਰ ਇਹਨਾਂ ਨੇ ਦੋ ਤਰ੍ਹਾਂ ਦਾ ਇਹਨਾਂ ਨੇ ਬਣਾਇਆ ਜੀ, ਉਹ ਕੀ ਕਹਿੰਦੇ ਹੁੰਦੇ? ਹਾਂਜੀ, ਪਾ ਕੇ ਦਿਖਾ ਲਓ ਜਰਾ ਫਟਾਫਟ ਫਟਾਫਟ। ਗੋਲ ਗੱਪਾ ਜੀ, ਗੋਲ ਗੱਪੇ ਦੇ ਉਂਗਲੀ ਨਾਲ ਪਾ ਆ ਲਓ ਜੀ, ਆ ਲਓ ਜੀ, ਇਹਦੇ ਜਿਸ ਅਸੀਂ ਆਲੂ ਪਾ ਲਿਆ ਜੀ, ਇਹ ਪੰਜਾਬੀ 'ਚ ਕਹਿੰਦੇ ਆ ਕਰਤਾ ਉਂਗਲੀ ਨਾਲ ਬੇ, ਹਾਂਜੀ, ਵਿੱਚ ਪਾਇਆ ਆਲੂ ਔਰ ਵਿੱਚ ਇਹ ਕਾਲੇ ਛੋਲੇ, ਵਿੱਚ ਪਾਇਆ ਕਾਲੇ ਛੋਲੇ। ਯਾ, ਸਾਡੇ ਕੋਲੇ ਜੀ ਇੱਕ ਹੈਗਾ ਪੁਦੀਨੇ ਵਾਲਾ ਫਲੇਵਰ ਜੀ। ਵਾਹ ਜੀ ਵਾਹ, ਪੁਦੀਨੇ ਵਾਲਾ ਫਲੇਵਰ, ਆ ਪੁਦੀਨੇ ਵਾਲਾ ਫਲੇਵਰ ਹੈ ਜੀ, ਤੇ ਮੈਂ ਇਦਾਂ ਭਰਿਆ ਤੇ ਆ ਦੇਖੋ ਖਾ ਲਿਆ। ਆ ਲਓ, ਮੈਂ ਸੋਚਦਾ ਖੈਰ ਮੈਨੂੰ ਖਵਾਓਗੇ, ਆਪੇ ਖਾ ਗਏ। ਤੁਸੀਂ ਇੱਦਾਂ ਕਰੋ, ਫਟਾਫਟ ਮੈਨੂੰ ਜਿਹੜਾ ਹੁਣ ਜਿਹੜਾ ਮੈਂਗੋ ਵਾਲਾ ਉਹ ਖਵਾ ਦਿਓ।
ਆਇਆ ਜੀ ਆਇਆ, ਇੱਕ ਸੈਕਿੰਡ ਜਿਹੜਾ ਬਸ ਇੱਕ ਗੋਲ ਗੱਪਾ ਖਾ ਕੇ ਤੇਜ਼ ਹੋ ਕੇ ਆਇਆ, ਤੇਜ਼ ਹੋ ਕੇ ਜਰਾ ਉਹ ਲਓ ਜੀ ਆਹ ਗੋਲ ਗੱਪਾ ਹੀ ਵਿੱਚ ਡਿੱਗ ਪਿਆ। ਗੋਲ ਗੱਪੇ ਨੇ ਮਾਰੀ ਚੁੱਭੀ, ਰਹਿਣ ਦਿਓ ਅੱਗੇ ਮੈਂ ਗੱਲ ਨਹੀਂ ਕਰਨੀ ਹੈਗੀ, ਫਿਰ ਗੱਲ ਹੋ ਜਾਣੀ ਹੈ ਖੁੱਭੀ। ਇਹ ਆਹ ਲਓ ਜੀ, ਇਹ ਹੈਗਾ ਜੀ ਇਹਦੇ ਵਿੱਚ ਫਲੇਵਰ ਹੈਗਾ ਜਿਹੜਾ ਆਹ ਲਓ, ਹੁਣ ਇੱਕ ਹੋਰ ਗਾਹਕ ਲੰਘ ਗਿਆ ਮੋਹਰ ਦੀ। ਲਓ ਜੀ ਇਹ ਹੈਗਾ ਗੋਲ ਗੱਪਾ ਆਪਾਂ ਪਾਲਿਆ। ਚਲੋ ਜਲਦੀ ਅੰਦਰ। ਲਓ ਜੀ ਰਸ਼ ਪਿਆ ਇਸ ਵੇਲੇ, 50 ਕੂਪਨ ਦੇ ਵਿੱਚੋਂ ਪਤਾ ਕਿੰਨੇ ਕੂਪਨ ਮਿਲੂਗੇ। ਇਹ ਕਾਰ ਦਾ ਕੂਪਨ ਕਿਹਨਾਂ ਕਿਹਨਾਂ ਮਿਲਿਆ ਜੀ ਇੱਥੇ? ਵਾਹ ਜੀ ਵਾਹ ਵਾਹ, ਉਹ ਉੱਧਰ ਵੀ ਕਾਰ ਦਾ ਕੂਪਨ ਮਿਲਿਆ। ਓ ਹੋ 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 ਬਸ ਇੱਦਾਂ ਘੁੰਮ ਦੇ। ਯੈਸ ਯੈਸ ਯੈਸ। ਲਓ ਪਹਿਲਾਂ ਫਿਰ ਇਹਨਾਂ ਨਾਲ ਹੀ ਗੱਲ ਕਰ ਲੈਂਦੇ ਹੈਗੇ ਆ, ਕਾਰ ਦਾ ਕੂਪਨ ਮਿਲ ਗਿਆ ਤੁਹਾਨੂੰ। ਕਾਰ ਦਾ ਕੂਪਨ ਲੈਣ ਦੇ ਲਈ ਤੁਹਾਨੂੰ ਕਿੰਨੇ ਪੈਸੇ ਖਰਚਣੇ ਪੈ ਗਏ? $6,000 ਤੋਂ ਉੱਤੇ, $6,000। $6,000 ਤੋਂ ਉੱਪਰ? ਇੱਧਰ ਆਓ ਤੁਸੀਂ, ਇੱਥੇ ਆ ਜਾਓ ਨਾ ਮੇਰੇ ਲਾਗੇ ਆਓ। ਅੱਛਾ ਅੱਛਾ, ਹੁਣ ਮੈਨੂੰ ਇਹ ਦੱਸੋ ਕਿ $2,500 ਤੁਸੀਂ ਇਹਦੇ, $6,000 ਟੋਟਲ ਖਰਚ ਹੋ ਗਿਆ, $2,500 ਤੁਸੀਂ ਖਰਚਿਆ? ਨਾ ਜ਼ਿਆਦਾ, $6,000 ਹੈ ਮੇਰੀ ਵਾਈਫ ਹੈ, ਅਸੀਂ ਖਰਚ। ਨਹੀਂ ਨਹੀਂ, ਮੈਂ ਤਦੇ ਪੁੱਛਣ ਲੱਗਾ ਨਾ ਤੁਸੀਂ ਕਿੰਨੇ ਖਰਚੇ ਵਿੱਚੋਂ? ਉਹ ਸਾਰੇ ਮੈਂ ਹੀ ਖਰਚੇ। ਅੱਛਾ ਅੱਛਾ, ਤੁਸੀਂ ਤੁਸੀਂ ਕਿੰਨੇ ਖਰਚੇ? ਮੈਂ ਕੁਛ ਨਹੀਂ ਖਰਚੇ, ਸਾਰੇ ਉਹਨਾਂ ਦੇ ਦਿੱਤੇ। ਪੈਸੇ ਸਾਰੇ ਇਹਨਾਂ ਨੇ ਖਰਚੇ ਹੈਗੇ ਆ, ਤਾਂ ਸੋਨਾ ਕਿਹਨੇ ਖਰੀਦਿਆ ਵੈਸੇ? ਕਰ ਲਓ ਬਾਤ। ਵੈਸੇ ਗੱਲ ਬਹੁਤ ਵਧੀਆ ਹੈਗੀ ਆ, ਦੇਖੋ ਜੀ ਪੈਸੇ ਗਏ ਇੱਧਰੋਂ ਤਾਂ ਸੋਨਾ ਆਇਆ ਇੱਧਰ। ਇਹ ਆਇਆ ਕਿੱਥੋਂ? ਚੀਨਾ ਜਿਊਲਰ ਤੋਂ। ਅੱਛਾ ਹੁਣ ਮੈਨੂੰ ਇਹ ਗੱਲ ਦੱਸੋ, ਇੱਕ ਗੱਲ ਹੋਰ ਦੱਸ ਦਿਓ। ਅੱਛਾ ਲਓ ਵੀ ਇਹ ਹੋ ਸਕਦਾ ਕਿ ਕਾਰ ਤੁਹਾਡੀ ਨਿਕਲ ਗਈ। ਅੱਛਾ ਜੀ, ਪੈਸੇ ਤੁਸੀਂ ਖਰਚੇ, ਸੋਨਾ ਲਿਆ ਇਹਨਾਂ ਨੇ, ਠੀਕ ਆ। ਲੋਟਰੀ ਇਹਨਾਂ ਨੇ ਪਾਈ, ਨੌ ਇਹਨਾਂ ਦਾ ਲਿਖਿਆ ਹੋਣਾ ਉੱਥੇ, ਹੈ ਨਾ? ਤੁਹਾਡਾ ਹੀ ਲਿਖਿਆ। ਅੱਛਾ ਜਦੋਂ ਕਾਰ ਨਿਕਲਿਆ ਉਹ ਫਿਰ ਕਿਹਨੂੰ ਮਿਲਣੀ ਆ? ਉਹ ਕਾਰ ਮੈਂ ਚਲਾਊਂਗਾ। ਲਓ ਜੀ ਇਹ ਬੈਲੈਂਸ ਹੋ ਗਿਆ ਬਰਾਬਰ, ਕੋਈ ਨੁਕਸਾਨ ਨਹੀਂ, ਸਾਰੀ ਗੱਲ ਫਾਇਦੇ ਵਾਲੀ ਹੈ। ਵੈਸੇ ਸਾਰੇ ਆਪਣੇ ਆਪਣੇ ਬਿਜ਼ੀ ਬਹੁਤ ਹੋਏ ਹੈਗੇ ਆ, ਉਧਰ ਪਤਾ ਲੱਗ ਰਿਹਾ ਹੈਗਾ ਕਿ ਪੂਰੀਆਂ 50 ਜਿਹੜੇ ਪਹਿਲੇ ਕਸਟਮਰ ਹੈਗੇ ਉਹ ਪੂਰੇ ਹੋ ਚੁੱਕੇ ਆ, ਪਰ ਪਤਾ ਨਹੀਂ ਲੱਗਦਾ ਹਲੇ ਵੀ 50 ਕਸਟਮਰ ਅੱਗੇ ਤੋਂ ਅੱਗੇ ਕੁਛ ਨਾ ਕੁਛ ਖਰੀਦੀ ਜਾ ਰਿਹਾ, ਕੁਛ ਨਾ ਕੁਛ ਖਰੀਦੀ ਜਾ ਰਿਹਾ ਹੈਗੇ ਆ। ਇੱਧਰ ਆ ਕੇ ਦੇਖ ਰਿਹਾ ਮਾੜਾ ਜਿਹਾ। ਹੈਲੋ ਸਰ ਜੀ, ਕੀ ਹਾਲ ਚਾਲ ਹੈ ਤੁਹਾਡਾ? ਬਹੁਤ ਵਧੀਆ, ਇਹਨਾਂ ਦਾ ਹਾਲ ਬਹੁਤ ਵਧੀਆ ਹੈਗਾ, ਪਰ ਇਹਨਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਪਹਿਲਾਂ ਤੁਹਾਡਾ ਨਾਮ ਕੀ ਹੈਗਾ? ਮੇਰਾ ਨਾਮ ਭਿੱਲੀ ਸੰਧੂ ਹੈ ਜੀ, ਭਿੱਲੀ ਸੰਧੂ। ਸੰਧੂ? ਹਾਂਜੀ। ਕਿਉਂ ਜਿਹੜੇ ਸਾਡੇ ਚੈਨਲ ਦੇ ਜਿਹੜੇ CEO ਹੈ ਨਾ ਪੈਣੀ ਸੰਧੂ ਜੀ, ਹਾਂਜੀ ਹਾਂਜੀ, ਤੁਸੀਂ ਵੀ ਸੰਧੂ ਦੇ ਲਓ, ਉਹ ਵੀ ਸੰਧੂ। ਮੈਂ ਪਹਿਲੀ, ਮੈਂ ਕਹਿੰਦਾ ਸੀਗਾ ਕਿ ਜਿਹੜੇ ਪੈਣੀ ਜੀ ਆ ਉਹ ਵੀ ਸੰਧੂ ਆ, ਮੈਂ ਪਹਿਲੇ ਕਹਿੰਦਾ ਪੈਣੀ ਸੰਧੂ। ਠੀਕ ਹੈ ਠੀਕ ਹੈ ਠੀਕ ਹੈ ਜੀ, ਉਹ ਅੰਮ੍ਰਿਤਸਰ ਦੇ ਸਾਈਡ ਤੋਂ ਹੈਗੇ ਆ। ਉਹ ਠੀਕ ਹੈ ਜੀ। ਔਰ ਦੇਖੋ ਇਹਦਾ ਨਾਮ ਮਿਲ ਗਿਆ ਨਾ ਤੁਹਾਡਾ, ਉਹਦੇ ਨਾਲ ਤੁਹਾਡਾ ਵੀ ਚੈਨਲ ਹੋ ਗਿਆ। ਹਾਂਜੀ ਹਾਂਜੀ, ਬਿਲਕੁਲ ਜੀ ਬਿਲਕੁਲ। ਅੱਛਾ ਤੁਸੀਂ ਹੁਣ ਮੈਨੂੰ ਦੱਸੋ ਕਿ ਕਿੰਨੀ ਕੁ ਮਾਇਆ ਖਰਚ ਦਿੱਤੀ ਅੱਜ ਇੱਥੇ? ਮਾਇਆ ਜੀ ਹਲੇ ਆਏ ਆ, ਹੁਣ ਕੋਈ ਪਤਾ ਨਹੀਂ ਕਿੰਨੀ ਖਰਚ ਜਾਣੀ ਆ। ਤਾਂ ਫਿਰ ਜਿਹੜੇ ਉਹ 50 ਬੰਦੇ ਪਹਿਲੇ ਜਿਹੜੇ ਕਸਟਮਰ ਸੀਗੇ, ਫਿਰ ਤੁਸੀਂ ਉਹਨਾਂ ਤੋਂ ਤਾਂ ਬਾਹਰ ਹੋ ਗਏ? ਉਹ ਕੋਈ ਚੱਕਰ ਨਹੀਂ ਹੈਗਾ, ਸਾਨੂੰ ਗੱਡੀ ਗੁੱਡੀ ਦਾ ਕੋਈ ਲਾਲਚ ਨਹੀਂ ਹੈਗਾ ਜ਼ਿਆਦਾ। ਗੱਡੀ ਨਾ ਗੁੱਡੀ ਦਾ ਕੋਈ ਲਾਲਚ ਨਹੀਂ ਹੈਗਾ, ਗੱਡੀਆਂ ਸਾਡੇ ਕੋਲ ਹੈਗੀਆਂ ਆਲਰੇਡੀ। ਵੈਰੀ ਗੁੱਡ ਵੈਰੀ ਗੁੱਡ, ਗੱਡੀਆਂ ਸਾਡੇ ਕੋਲ ਹੈਗੀਆਂ ਆਲਰੇਡੀ, ਅਸੀਂ ਤਾਂ ਆਪਦਾ ਸਮਾਨ ਹੀ ਲੈਣ ਆਏ ਹਾਂ ਬਈ। ਦਿਸ ਇਜ਼ ਅ ਗੁੱਡ ਥਿੰਗ, ਕਹਿੰਦੇ ਹੁੰਦੇ ਕਿ ਲਾਲਚ ਕਰਕੇ ਨਹੀਂ ਆਣਾ ਚਾਹੀਦਾ। ਹਾਂ ਹਾਂ, ਇਹ ਨਹੀਂ ਗੱਡੀ ਦੇ ਲਾਲਚ ਨੂੰ ਵੀ ਆਏ, ਐਂ ਤਾਂ ਫਿਰ ਕੱਲ੍ਹ ਆ ਜਾਂਦੇ ਚਾਹੀਦਾ। ਰੱਬ ਨੇ ਦਿੱਤਾ ਬਹੁਤ ਆ ਜਾਂਦਾ, ਘਰ ਦਾ ਗਹਿਣਾ ਬਣਾਉਣ ਆਏ। ਜੀ ਬਿਲਕੁਲ, ਦੈਟਸ ਅ ਗੁੱਡ ਥਿੰਗ। ਹਾਂਜੀ ਹਾਂਜੀ, ਇੱਧਰ ਆਓ ਜਰਾ, ਅੱਗੇ ਆਓ ਨਿਕਲ ਕੇ। ਸਤਿ ਸ਼੍ਰੀ ਅਕਾਲ ਜੀ, ਉਹ ਤਾਂ ਸਤਿ ਸ਼੍ਰੀ ਅਕਾਲ ਹੋ ਗਈ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਾਹਿਬ। ਲੋ ਜੀ ਸਾਹਿਬ ਸੰਧੂ, ਅੱਜ ਸੰਧੂ ਪਰਿਵਾਰ ਇਕੱਠਾ ਹੋ ਗਿਆ ਸਾਰਾ। ਪੈਣੀ ਜੀ ਪ੍ਰੋਗਰਾਮ ਦੇਖ ਰਹੇ ਹੋਣੇ ਆ, ਦੇਖ ਲੋ ਸੰਧੂ ਪਰਿਵਾਰ ਇਕੱਠਾ ਕਰਤਾ ਸਾਰੇ ਇੱਥੇ। ਸਤਿ ਸ਼੍ਰੀ ਅਕਾਲ ਜੀ, ਸੰਧੂ ਜੀ। ਅੱਛਾ ਤੁਸੀਂ ਅੱਜ ਕੀ ਖਰੀਦਣਾ ਹੈਗਾ, ਕਿੱਥੇ ਤੱਕ ਪੈਸੇ ਖਰਚਵਾ ਦਿੰਦੇ ਅੱਜ? ਜਿੰਨਾ ਕੁ ਖਰਚਾ ਹੋ ਸਕੇ ਅੱਜ ਹੀ ਤਾਂ ਦੇਣਾ, ਜੇ ਉਹ ਖਾਲੀ ਕਰਵਾਉਣ ਦਾ ਰਾਈਟ। ਹਾਂਜੀ, ਕੀ ਨਾਮ ਤੁਹਾਡਾ? ਸਵੀ ਸੰਧੂ। ਸਵੀ ਸੰਧੂ, ਸਵੀ ਸੰਧੂ ਕਿਹੜੀ ਕਲਾਸ 'ਚ ਪੜ੍ਹਦੇ ਤੁਸੀਂ? ਸੱਤਵੀਂ 'ਚ। ਸੱਤਵੀਂ ਦੇ ਵਿੱਚ? ਕਿੰਨੇ ਸਾਲ ਹੋ ਗਏ? 8। ਸੱਤਵੀਂ ਦੇ ਵਿੱਚ 8 ਸਾਲ ਹੋ ਗਏ। ਅੱਛਾ, ਕੇਂਦਰ ਗਾਰਡਨ ਦੇ ਵਿੱਚ? ਓਕੇ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਮਿਲ ਕੇ। ਅਤੇ ਲਓ ਆਪਾਂ ਹੁਣ ਚੱਲਦੇ ਹੈਗੇ ਜੀ, ਉੱਧਰ ਨਿਕਲਣ ਲੱਗੇ ਹੈਗੇ ਇਨਾਮ ਜਿਹੜੇ ਆ, ਪਰ ਬੀਜ ਨੂੰ ਆਪਾਂ ਗੱਲ। ਸਤਿ ਸ਼੍ਰੀ ਅਕਾਲ ਵਾਲੇ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਵਾਲੇ, ਤੁਸੀਂ ਵੀ ਸੰਧੂ ਹੀ ਆ ਨਾ? ਹਾਂਜੀ, ਅਸੀਂ ਵੀ ਸੰਧੂ। ਲਓ ਜੀ ਸਾਰੇ ਸੰਧੂ ਇਕੱਠੇ ਹੋ ਗਏ ਆਪਾਂ ਚੀਨਾ ਜੂਲਰ ਦੇ ਉੱਤੇ। ਉਹ ਭਾਅ ਜੀ ਮੈਨੂੰ ਲੰਘ ਲੈਣ ਦੋ, ਅੱਗੇ ਮਹਾਰਾਜ ਅੱਗੇ ਲੰਘ ਲਓ, ਕਮਾਲ ਦੀ ਗੱਲ ਆ। ਉੱਥੇ ਦੇਖੋ ਤਾਂ ਉਹ ਤੇਰੀ, ਉਹ ਦੇਖੋ ਇੰਦਰਜੀਤ, ਉਹ ਇੰਦਰਜੀਤ ਲੁਕਦਾ ਫਿਰਦਾ ਹੁਣ, ਉਹ ਕਿੰਨੇ ਕਾਗਜ਼ ਫੜੇ ਆ ਬਈ। ਲਓ ਜੀ ਗੱਲ ਇੱਦਾਂ ਹੈ ਕਿ ਹੁਣ
ਆਹ ਲਓ ਜੀ, ਆਹ ਇੰਦਰ ਜੀ ਦੇ ਉਧਰਲੇ ਪਾਸੇ ਆ ਗਏ ਹੈਗੇ ਆ ਭਾਅ ਜੀ, ਆਹ ਕਿੱਥੇ ਲਾ ਗਰਵ ਵਾਲੇ ਵੀ ਇੱਥੇ ਬੜੇ ਗਰਵ ਦੇ ਨਾਲ ਖੜੇ ਹੈਗੇ ਆ। ਇੱਕ ਮਿੰਟ ਇੰਦਰ ਜੀ, ਪਹਿਲਾਂ ਲਾਟਰੀ ਕੱਢਣ ਤੋਂ ਪਹਿਲਾਂ ਇੱਕ ਆਪਾਂ ਤੁਹਾਡੇ ਨਾਲ ਗੱਲ ਕਰਨੀ ਆ ਮਾੜੀ ਜੀ। ਪਹਿਲਾਂ ਇਹ ਦੱਸੋ ਕਿ ਜਿੰਨੀਆਂ ਲਾਟਰੀਆਂ ਹੈਗੀਆਂ ਸਾਰੀਆਂ ਪਿਓਰ ਆ ਨਾ ਗੋਲਡ? ਆਹ ਸਾਰੇ ਦੇਖ ਲਓ ਜੀ ਪਿਓਰ ਪਈਆਂ ਨੇ, ਸਾਰਿਆਂ ਦੇ ਸਾਹਮਣੇ ਪਿਆ ਸਭ ਕੁਛ। ਓਕੇ, ਸਾਰਿਆਂ ਦੇ ਸਾਹਮਣੇ ਪਈਆਂ ਨੇ, ਸਾਰੇ ਸਾਹਮਣੇ ਓਪਨ ਡਰਾ ਕੱਢਾਂਗੇ। ਆਹ ਗੋਲਡ ਦੀ ਡਾਇਮੰਡ ਦੀਆਂ ਰਿੰਗਾਂ ਪਈਆਂ ਨੇ, ਆਹ ਚੇਨਾਂ ਪਈਆਂ ਨੇ, ਬਾਕੀ ਗਿਫਟਾਂ ਸਾਰੀਆਂ ਰੈਡੀ ਆ। ਲਓ ਜੀ ਸਾਰੇ ਸੁਣ ਲਓ ਜੀ, ਕਾਨ ਲਗਾ ਭਲਵਾਨ ਸੁਣੋ, ਜੋ ਚੀਨਾ ਨੇ ਕੀਆ ਹੈ ਫਰਮਾਨ, ਆਜ ਮਿਲੇਗੀ ਹਰ ਇੱਕ ਉਹ ਸੋਨੇ ਕੀ ਚੇਨੀ। ਸਾਰਿਆਂ ਨੂੰ ਨਹੀਂ, ਉਹ ਨਹੀਂ ਨਹੀਂ ਨਹੀਂ, ਉਹ ਤੇਰੀ ਦੀ ਕੈਮਰਾ ਚਲਿਆ ਯਾਰ, ਉਹ ਕੈਮਰਾ ਚਲਿਆ ਯਾਰ, ਉਹ ਨਹੀਂ 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 ਜੀ। ਉਹ ਦੇਖੋ ਜੀ ਪਹਿਲਾਂ ਜਿੱਦਾਂ ਅੱਗੇ ਪਤਾ ਕੀ ਹੁੰਦਾ ਸੀਗਾ। ਓਕੇ, ਨਹੀਂ 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 ਨਹੀਂ, ਦੇਖੋ ਜੀ ਮੈਂ ਦੱਸਦਾ, ਅੱਗੇ ਆਪਾਂ ਟੇਬਲ ਕਾਰਡ ਚਲਾਉਂਦੇ ਹੁੰਦੇ ਸੀਗੇ ਨਾ, ਉਹ 'ਚ ਕੋਈ ਗਾਣਾ ਆਉਂਦਾ ਸੀਗਾ, ਮੇਰੇ ਸਪਨੋ ਕੀ ਰਾਣੀ ਕਬ, ਉਹ ਕਈ ਵਾਰੀ ਰਿਮਾਇੰਡ ਕਰਦਾ, ਤੋਂ ਮੈਂ ਆਪਣੀਆਂ ਗੱਲਾਂ ਵਾਪਸ ਲੈ ਲਈਆਂ ਸਾਰੀਆਂ ਜੋ ਮੈਂ ਕਿਹਾ ਸੀਗਾ। ਅੱਛਾ ਜੀ, ਲਓ ਫਿਰ ਇਹ ਲੱਗੀ ਹੈ ਜੀ ਲਾਟਰੀ ਨਿਕਲਣ ਪਹਿਲਾਂ। ਇਹ ਚੀਨਾ ਜੀ, ਆਹ ਆਹ ਕੌਣ ਆ ਕਾਕਾ ਤੁਹਾਡਾ? ਇਹਨੂੰ ਅੱਗੇ ਲਿਆਓ ਫਿਰ, ਆਹ ਇਹ ਲਿਆਓ। ਉਹ ਸਾਰਾ ਟੀ ਵੀ ਵਾਲਿਆਂ ਨੇ ਘੇਰਿਆ, ਟੀ ਵੀ ਵਾਲੇ ਸਾਰੇ ਪਿੱਛੇ ਆ ਜਾਓ, ਹੋਸਟ ਸਾਰੇ ਪਿੱਛੇ ਆਓ ਜੀ। ਭਾਅ ਜੀ ਭਾਅ ਜੀ ਥੋੜ੍ਹਾ ਇੱਧਰ ਆ ਜਾਓ, ਹੁਣ ਇਹਨਾਂ ਨੂੰ ਕਰਨ ਦਿਓ ਜੋ ਕਰਦੇ ਹੈਗੇ ਆ। ਆਪਾਂ ਇੱਥੋਂ ਖੜ੍ਹ ਕੇ ਬੋਲੀ ਜਾਂਦੇ, ਆ ਜਾਓ ਆ ਜਾਓ, ਆਪਾਂ ਇੱਥੋਂ ਖੜ੍ਹ ਕੇ ਬੋਲੀ ਜਾਂਦੇ ਹਾਂ। ਲਓ ਜੀ ਲਓ, ਆਪਾਂ ਬੋਲੀ ਜਾਂਦੇ ਇੱਥੋਂ, ਕੋਈ ਗੱਲ ਨਹੀਂ। ਇਹ ਆ ਲਓ ਜੀ, ਵਾਹ ਜੀ ਵਾਹ, ਡਾਇਮੰਡ ਰਿੰਗ 15 ਨੰਬਰ ਕਿਹਦਾ ਹੈ ਜੀ? ਹਾਂਜੀ ਬੋਲੂੰਗਾ ਜੀ, ਬੋਲੂੰਗਾ ਜੀ ਬਿਲਕੁਲ। ਓ ਮਾਈ ਗੋਡ, ਦਵਿੰਦਰ ਕੌਰ ਜੀ, ਦਵਿੰਦਰ ਕੌਰ ਤੂਰ ਹੈ ਨੀ ਜੀ? ਉਹਨਾਂ ਦਾ ਹੀ ਆ। ਆ ਲੋ ਜੀ, ਆਹ ਇਹਨਾਂ ਦੀ ਆਈ ਡੀ ਦੇਖ ਲੋ, ਆ ਜੀ ਸਾਰੇ ਜਣ ਚੈੱਕ ਕਰ ਲੋ। ਪੰਦਰਾਂ ਨੰਬਰ ਪਰਚੀ ਪੁੱਤ ਲਓ ਜੀ, ਹਾਂਜੀ ਦਿਖਾ ਵੀ ਆ ਗਿਆ। ਇਹ ਵੀ ਬੰਦੇ ਭਾਜੀ ਆਪਣੇ ਨੇ ਉਧਰੋਂ, ਕਿਰਨਪ੍ਰੀਤ ਸਿੰਘ ਰੰਗੀ, ਇਹ ਫੇਰ ਫੀਲਡ ਤੋਂ ਨੇ ਕਿਰਨਪ੍ਰੀਤ ਸਿੰਘ। ਕਿਰਨਪ੍ਰੀਤ ਸਿੰਘ ਇਹ ਵੀ ਲੈ ਗਏ, ਮੇਰੇ ਖਿਆਲ ਲੈ ਚਲੇ ਗਏ ਨੇ ਕਿਰਨਪ੍ਰੀਤ ਸਿੰਘ। ਸਾਰਿਆਂ ਨੂੰ 37 ਤੀਸਰੀ ਡਾਇਮੰਡ ਰਿੰਗ ਜਿਹੜੀ। ਓਕੇ, ਗੌਤਮ ਕਮਲਾ ਇਹ ਵੀ ਚਲੇ ਗਏ, ਅੱਜ ਸਾਰੇ ਹੀ ਚਲੇ ਗਏ, ਕੋਈ ਵੀ ਨਹੀਂ ਇੱਥੇ। ਲਓ ਜੀ, ਕਿਉਂਕਿ ਉਹਨਾਂ ਨੂੰ ਬੜਾ ਵਿਸ਼ਵਾਸ ਹੈ ਕਿਸਮਤ ਕੱਢਦੀ ਹੈ ਭਾਜੀ। ਡਾਇਮੰਡ ਰਿੰਗ ਡਿਊ ਜਿਹੜੇ ਚਲੇ ਗਏ ਨੇ ਜੀ, ਉਹਨਾਂ ਨੂੰ ਕਿੱਥੇ ਨੰਬਰ ਫੋਨ ਕਰਕੇ ਬੁਲਾਇਆ ਜਾਏਗਾ, ਉਹਨਾਂ ਨੂੰ ਸਾਰਿਆਂ ਨੂੰ ਕਾਲ ਕਰਕੇ ਬੁਲਾ ਕੇ ਦੇਵਾਂਗੇ, ਉਹਨਾਂ ਨੂੰ ਬੁਲਾਵਾਂਗੇ, ਦੱਸਾਂਗੇ ਅਸੀਂ ਸਭ ਦੀਆਂ ਬਾਅਦ ਚ ਵੀ ਫੋਟੋਆਂ ਪਾਈ ਦੀਆਂ। ਇਹ ਨੇਪਾਲ ਦੇ ਨੇ ਜਿਹੜੇ, ਆਹ ਗੌਤਮ ਜੀ ਇਹ ਲੇਡੀਜ਼ ਆ, ਇਹ ਨੇਪਾਲ ਦੇ ਨੇ ਤੇ ਉਹ ਆਏ ਸੀ ਸਪੈਸ਼ਲ ਐਮਰਜੈਂਸੀ 'ਚ।
ਤੇ ਹੁਣ ਚਲੇ ਗਏ ਆ ਉਹਨੂੰ ਬਲਾਕ ਨੇਪਾਲ ਤੋਂ ਨੇ ਇਹਨਾਂ ਦਾ ਤੀਜੇ ਨੰਬਰ ਤੇ ਡਾਇਮੰਡ ਰਿੰਗ ਆ ਲੋ ਪਰ ਇਹ ਰੇਲ ਵੀ ਨਹੀਂ 46 46 ਦੀ 46 ਦੇਖਦੇ ਸੰਗਾ ਸਾਹਿਬ ਓ ਮਾਈ ਗੋਡ ਕਿਆ ਬਾਤ ਲੈ ਜਾਓ ਮੰਨਦੇ ਨੀ ਸੀ ਮੇਰੇ ਕਹਿੰਦੇ ਮੈਂ ਨੀ ਕਾਰਡ ਕਾਰਡ ਲਓ ਜੀ ਆਓ ਸੰਗਾ ਸਾਹਿਬ ਮੁਬਾਰਕਾਂ ਮਹਿਸੂਸ ਕਰ ਰਹੇ ਹੋ ਤੁਹਾਨੂੰ ਰਿੰਗ ਮਿਲੀ ਆ ਤੁਸੀਂ ਸੰਗਾ ਸਾਹਿਬ ਹਾਂਜੀ ਹਾਂਜੀ ਮੈਨੂੰ ਇਹ ਦੱਸੋ ਕਿ ਜਦੋਂ ਅੱਜ ਤੁਸੀਂ ਸਵੇਰੇ ਕੁਝ ਖਰੀਦਿਆ ਸੀਗਾ ਜੋ ਵੀ ਖਰੀਦਿਆ ਸੀਗਾ ਹਾਂਜੀ ਹਾਂਜੀ ਪੱਕਾ ਸੀਗਾ ਕਿ ਅੱਜ ਤੁਸੀਂ ਇਹ ਡਾਇਮੰਡ ਰਿੰਗ ਲੈ ਕੇ ਜਾਣੀ ਹੈ ਹਾਂਜੀ ਵੱਡੇ ਭਾਜੀ ਨੇ ਪਹਿਲਾਂ ਕਿਹਾ ਸੀ ਵੀ ਨਿਕਲੂਗੀ ਅੱਜ ਤੱਕ ਦਾ ਹਾਂਜੀ 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 ਪੰਡਾਲ ਸਾਹਿਬ ਨੇ ਕਿਤੇ ਮੈਨੂੰ ਪੰਡਾਲ ਸਾਹਿਬ ਨੇ ਇਹ ਮੈਨੂੰ ਕਹਿੰਦੇ ਤੂੰ ਨਿਕਲ ਆਇਆ ਉਹ ਮੈਨੂੰ ਨਿਊਯਾਰਕ ਚੋਂ ਨਿਕਲ ਕੇ ਆ ਗਿਆ ਇੱਥੇ ਤੂੰ ਨਿਕਲ ਕੇ ਆ ਗਿਆ ਚਲੋ ਚਲੋ ਠੀਕ ਹੈ ਥੈਂਕ ਯੂ ਭਾਜੀ ਓਕੇ ਜੀ ਇੰਦਰ ਜੀਤ ਜੀ ਹੁਣ ਆ ਜਿਹੜੀ ਲਾਟਰੀ ਆ ਦਾਦੇ ਦੇ ਪੋਤੇ ਇਕੱਠੇ ਕੋਲੋਂ ਕਢਵਾਓ ਨਰਿੰਦਰ ਸਿੰਘ ਬਾਜਵਾ ਜੀ ਹੈਗੇ ਜੀ ਉਹਨਾਂ ਦਾ ਪ੍ਰਾਈਜ਼ ਨਿਕਲਿਆ ਦੋਸਤੋ ਅੱਜ ਸਾਰੇ ਵਿਚਾਰੇ ਚਲੇ ਗਏ ਪਰ ਕੋਈ ਉਹਨਾਂ ਦੇ ਫਾਰਮ ਦੇ ਉੱਪਰ ਲਿਖ ਕੇ ਉਹਨਾਂ ਦਾ ਡਾਇਮੰਡ ਰਿੰਗ ਡਿਊ ਤੇ ਡਾਇਮੰਡ ਰਿੰਗ ਲਿਖ ਕੇ ਡਿਊ ਲਿਖ ਕੇ ਉਹਨਾਂ ਰੱਖ ਲਿਆ ਸਲਿੱਪ ਵੀ ਨਾਲ ਸਿਕਿਉਰ ਕਰ ਲਈ ਗਈ ਹੈ ਤਾਂ ਕਿ ਕਿਸੇ ਪ੍ਰਕਾਰ ਦਾ ਕੋਈ ਸ਼ੱਕ ਸ਼ੁਬਾ ਨਾ ਰਹੇ ਦੋਸਤੋ ਬਹੁਤ ਟ੍ਰਾਂਸਪੇਰੈਂਸੀ ਵਰਤੀ ਜਾ ਰਹੀ ਹੈ ਬੜੇ ਸਿਸਟਮ ਦੇ ਨਾਲ ਨੰਬਰ ਲਿਖੇ ਉੱਤੇ ਬਹੁਤ ਵਧੀਆ ਢੰਗ ਦੇ ਨਾਲ ਲਓ ਜੀ ਹੁਣ ਸੋਨੇ ਦੀਆਂ ਚੇਨਾਂ ਕੱਢੀਆਂ 10 ਹੁਣ ਸੋਨੇ ਦੀਆਂ ਚੇਨਾਂ ਨਿਕਲ ਗਈਆਂ 10 ਲਾਟਰੀ ਦਾ ਚੱਕਰ ਲੱਗੇ ਹੈਗੇ ਆ ਸੋਰੀ ਜੀ ਇੱਕ ਵਾਰ ਮਾੜੀ ਜਿਹੀ ਚੇਨ ਦਿਖਾ ਲਿਓ ਕਿਹੜੀ ਕੱਢ ਕੇ ਬਾਹਰ ਦਿਖਾ ਲਓ ਨਾ ਹਾਂਜੀ ਲਓ ਜੀ ਆਹ ਚੇਨ ਹੈ ਮੇਰੇ ਗਲ ਚ ਪਾ ਕੇ ਦਿਖਾ ਲਓ ਮਾੜੀ ਜੀ ਲਾਟਰੀ ਤੋਂ ਬਾਅਦ ਗੁਰਵਿੰਦਰ ਸਿੰਘ ਪ੍ਰਾਪਤ ਕਰ ਸਕਦੇ ਨੇ ਬਲਜਿੰਦਰ ਕੌਰ ਐਂਟੀਲੋਕ ਤੋਂ ਨੇ ਜੀ ਬਲਜਿੰਦਰ ਕੌਰ ਐਂਟੀਲੋਕ ਤੋਂ ਬਲਜਿੰਦਰ ਕੌਰ ਹੁਣ ਚਲੇ ਗਏ ਨੇ ਬਾਹਰ ਸ਼ਾਇਦ ਸਾਡੀ ਆਵਾਜ਼ ਸੁਣਦੇ ਹੋਣ ਤਾਂ ਵਾਪਸ ਆ ਜਾਣ ਗੋਲਡ ਚੇਨ ਤੇ ਜਾਂ ਰੇਡੀਓ ਪੰਜਾਬ ਤੇ ਸੁਣ ਰਹੇ ਨੇ ਸਾਹਿਬ ਰਾਤ ਦੇ ਵਿੱਚ ਆ ਕੇ ਵੀ ਲਿਜਾ ਸਕਦੇ ਨੇ ਗੋਲਡ ਚੇਨ ਡਿਊ ਗੋਲਡ ਚੇਨ ਉਹਨਾਂ ਦੀ ਡਿਊ ਰੱਖ ਲਈ ਗਈ ਹੈ ਕਿਸੇ ਵਕਤ ਵੀ ਆ ਕੇ ਲਿਜਾ ਸਕਦੇ ਅਗਲਾ ਵਿਨਰ ਕੌਣ ਹੈ ਉਹਦੇ ਵਾਸਤੇ ਸੁਖਪ੍ਰੀਤ ਸਿੰਘ 9 ਨੰਬਰ 9 ਨੰਬਰ 9 ਨੰਬਰ 9ਵਾਂ ਰਤਨ ਗੋਲਡਨ ਚੇਨ ਨੰਬਰ 9 ਜੀ 9 ਨੰਬਰ ਦੇ ਉੱਪਰ ਫਾਰਮ ਦੇ ਨਾਂ ਦੇਖਦੇ ਆ ਜੀ ਇਹ ਬਲਦੀਸ਼ ਕੌਰ ਠੱਕਰ ਬਲਦੀਸ਼ ਆ ਗਏ ਆ ਗਏ ਜੀ ਸ਼ੁਕਰਾ ਸ਼ੁਕਰਾ ਕੋਈ ਤਾਂ ਆਇਆ ਸਾਹਮਣੇ ਲਓ ਜੀ
ਆਓ ਜੀ ਆਓ ਰਿਕਾਰਡਿੰਗ ਕਰਾ ਦੋ, ਕੈਮਰੇ ਮੂਰੇ ਰਿਕਾਰਡਿੰਗ ਕਰਾ ਦੋ। ਕਹਿੰਦੇ ਨਹੀਂ ਇਹਨਾਂ ਦੀ ਇਹ ਨਜ਼ਰ ਟਿੱਕੀ ਸੀ, ਮੈਂ ਚੇਨ ਲੈ ਕੇ ਜਾਣੀ ਆ ਘਰ ਨੂੰ। ਚਲੋ ਕੋਈ ਗੱਲ ਨੀ, ਭਾਗਾਂ ਨਾਲ ਮਿਲ ਜੀ। ਨੈਕਸਟ ਵਿਨਰ 49 ਨੰਬਰ ਨੰਬਰ ਨਾ ਹੁਣੇ ਉਹਨਾਂ ਦਾ ਦੱਸਦੇ ਨੇ ਜੀ ਫਾਰਮ ਤੋਂ ਦੇਖ ਕੇ। 49 ਨੰਬਰ ਹਰਪ੍ਰੀਤ ਕੌਰ, ਹਰਪ੍ਰੀਤ ਕੌਰ ਇੱਥੇ ਖੜੀ ਸੀ ਕੁੜੀ ਤਾਂ। ਹਰਪ੍ਰੀਤ ਕੌਰ, ਹਰਪ੍ਰੀਤ ਕੌਰ ਜੀ ਹਰਪ੍ਰੀਤ ਕੌਰ ਹੈਗੇ ਆ ਹਰਪ੍ਰੀਤ ਕੌਰ ਜਦੋਂ ਮਰਜ਼ੀ ਆ ਕੇ ਆਪਣੀ ਸੋਨੇ ਦੀ ਚੇਨ ਜਿਹੜੀ ਹੈ ਲੈ ਕੇ ਜਾ ਸਕਦੇ ਹਾਂ। ਚੀਨਾ ਜੂਲਰ ਦੇ ਨਵੇਂ ਨਕੋਰ ਬੈਗ ਦੇ ਵਿੱਚ ਪਾ ਕੇ ਇੱਥੋਂ ਲਿਜਾ ਸਕਦੇ ਨੇ। ਸੋ ਦੋਸਤੋ ਬਹੁਤ ਵਧੀਆ ਮਾਹੌਲ, ਖੁਸ਼ਨੁਮਾ ਮਾਹੌਲ ਬਣਿਆ ਹੋਇਆ। ਅਗਲੇ ਵਿਨਰ ਜੀ ਮੱਖਣ ਸਿੰਘ ਜੀ, ਮੱਖਣ ਸਿੰਘ ਜੀ ਵਾਹ ਜੀ ਵਾਹ, ਮੱਖਣ ਲਾ ਕੇ ਮੱਖਣ ਸਿੰਘ ਜੀ ਮੱਖਣ ਲਾ ਕੇ ਗੋਲਡਨ ਚੇਨ ਤੁਹਾਡੇ ਵਾਸਤੇ ਜਿਹੜੀ ਹੈ, ਤੁਸੀਂ ਲੱਕੀ ਵਿਨਰ ਹੋ, ਆਓ ਆਪਣੀ ਗੋਲਡਨ ਚੇਨ ਪ੍ਰਾਪਤ ਕਰੋ। ਗੋਲਡ ਚੇਨ ਡਿਊ, ਗੋਲਡ ਚੇਨ ਡਿਊ ਖਾਨੇ ਦੇ ਵਿੱਚ ਤੁਹਾਡਾ ਫਾਰਮ। ਇਹ ਮਰਸੜ ਤੋਂ ਆਏ ਜੀ, ਕਿੱਥੇ ਜੀ? ਮਰਸੜ, ਮਰਸੜ। ਚਲੋ ਕੋਈ ਗੱਲ ਨਹੀਂ, ਜਿਸ ਵਕਤ ਹਾਜ਼ਰ ਨਹੀਂ ਤਾਂ ਤੁਸੀਂ ਕਿਸੇ ਵਕਤ ਵੀ ਅੱਜ ਜਾਂ ਕੱਲ ਇੱਥੋਂ ਆਪਣੀ। ਹਾਲਾਂਕਿ ਇਹ ਭਾਜੀ ਆਈਡੀ ਨਹੀਂ ਦੇ ਰਹੇ ਸੀਗੇ, ਫਿਰ ਵੀ ਉਹਨਾਂ ਨੇ ਦਿੱਤੀ ਧੱਕੇ ਨਾਲ ਤੇ ਮਿਲ ਗਈ ਉਹਨਾਂ ਨੂੰ। ਬਲਵਿੰਦਰ ਸਿੰਘ ਗੋਲਡਨ ਚੇਨ ਪ੍ਰਾਪਤ ਕਰ ਰਹੇ ਨੇ ਅੱਜ ਦੇ ਲੱਕੀ ਵਿਨਰ। ਲਓ ਜੀ ਆਓ ਭਾਜੀ, ਲਓ ਜੀ ਭਾਜੀ, ਬਹੁਤ ਬਹੁਤ ਇਹਨਾਂ ਨੂੰ ਮੁਬਾਰਕਾਂ ਜੀ, ਉਧਰ ਖਿੱਚੋ, ਬਹੁਤ ਵਧਾਈਆਂ। ਥੈਂਕ ਯੂ ਜੀ, ਆ ਦਿਓ ਇੱਕ ਬੈਲ ਪ੍ਰਾਪਤ ਕਰ ਰਹੇ ਨੇ ਬਲਵਿੰਦਰ। ਬਸ ਬਸ ਆ, ਨਹੀਂ 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 ਪਾਇਆ ਇਹਨਾਂ ਨੇ, ਇਹ ਬੈਠੇ ਸੈੱਟ ਲਿਆ ਇਹਨਾਂ ਨੇ ਬੈਗ ਦੇ ਵਿੱਚ ਪਾ ਕੇ ਇਹਨਾਂ ਦਾ। ਲਓ ਜੀ ਇਹ ਭਾਜੀ ਆਪਣੇ ਨਾਲ ਹੈਗੇ, ਪਹਿਲਾਂ ਤਾਂ ਆਪਣਾ ਨਾਂ ਦੱਸੋ। ਸਾਡਾ ਨਾਂ ਜੀ ਕਰਮਵੀਰ ਸਿੰਘ, ਚਾਰਟ ਆਫ ਇੰਡੀਆ ਤੋਂ ਬੋਲ ਆਪਣਾ। ਹਾਂਜੀ ਇਹ ਨੇ ਜੀ ਕਰਮਵੀਰ ਸਿੰਘ ਚਾਰਟ ਆਫ ਇੰਡੀਆ ਤੋਂ ਬੋਲ ਰਹੇ। ਨਹੀਂ ਭਾਜੀ ਤੁਸੀਂ ਬੋਲ ਕਿੱਥੋਂ ਰਹੇ, ਤੁਸੀਂ ਤਾਂ ਇੱਥੇ ਮੇਰੇ ਕੋਲ ਬੋਲਦੇ ਪਏ ਹੈਗੇ ਆ। ਆਹ ਦੇਖੋ ਬੜਾ ਵਧੀਆ ਲਿਖਿਆ ਚਾਰਟ ਆਫ ਇੰਡੀਆ। ਇਹਨਾਂ ਨੇ ਸਵੇਰ ਦਾ ਹਰੇਕ ਬੰਦੇ ਨੂੰ, ਜਿਹੜਾ ਬੰਦਾ ਇੱਥੇ ਚੀਨਾ ਜੂਲਰ 'ਤੇ ਅੱਜ ਸਮਾਨ ਖਰੀਦਣ ਆਇਆ ਨਾ, ਸਾਰਿਆਂ ਨੂੰ ਚੱਟ ਲਾਇਆ। ਕਿਸੇ ਨੂੰ ਇਹ ਚਾਟ ਭੱਲੇ ਖਿਲਾ ਰਹੇ ਆ, ਕਿਸੇ ਨੂੰ ਪਾਪੜੀਆਂ ਖਵਾ ਰਹੇ ਆ, ਕਿਸੇ ਨੂੰ ਗੋਲ ਗੱਪੇ। ਔਰ ਨਾਲੇ ਉਹ ਮੇਰੇ ਖਿਆਲ ਇੱਧਰਲੇ ਪਾਸੇ ਤੁਸੀਂ ਉਹ ਸਵੇਰੇ ਸੀ ਜੋ ਕਹਿੰਦੇ ਸੀ ਪਾਓ ਅਤੇ ਭਾਜੀ, ਕਹਿੰਦੇ ਪਾਓ ਭਾਜੀ ਖਾ ਲਓ। ਮੈਨੂੰ ਇੱਕ ਨਹੀਂ ਸਮਝ ਆਇਆ ਪਾਓ ਅਤੇ ਭਾਜੀ। ਚਲੋ ਐਨੀਵੇ ਮੈਨੂੰ ਇਹ ਦੱਸੋ ਕਿ ਤੁਸੀਂ ਕਿੰਨੀ ਦੇਰ ਤੋਂ ਮੰਨ ਲਓ ਚਾਰਟ ਆਫ ਇੰਡੀਆ ਦਾ ਇੱਥੇ ਚਲਾ ਰਹੇ ਹੈਗੇ? ਹਾਂਜੀ ਆਪਾਂ ਨੂੰ ਸੈਕਰਾਮੈਂਟੋ ਦੇ ਵਿੱਚ ਜੀ 3 ਸਾਲ ਹੋ ਗਏ ਆ।
ਤੇ ਹੁਣ ਅਸੀਂ ਸੈਕਿੰਡ ਲੋਕੇਸ਼ਨ ਖੋਲੀ ਆਪਣੀ ਜਮਾਂ ਚੀਨਾ ਜਵੈਲਰਸ ਤੋਂ 1 ਮਿੰਟ ਦਾ ਰਾਹ ਹੈਗਾ, 5 ਮਿੰਟ ਵੀ ਨਹੀਂ ਲੱਗਦੇ ਮੈਕ ਰੋਡ ਦੇ ਉੱਤੇ ਹੀ। ਓਕੇ, ਤੇ ਬਹੁਤ ਚਿਰਾਂ ਤੋਂ ਸਾਡੇ ਕੋਲ ਸਾਰਾ ਪਰਿਵਾਰ ਆਉਂਦਾ ਹੈਗਾ ਇਹਨਾਂ ਦਾ, ਤੇ ਬਾਕੀ ਆਪਣਾ ਸਾਰਿਆਂ ਦਾ ਇੱਥੇ ਸੈਕਰਾਮੈਂਟੋ ਦੇ ਵਿੱਚ ਇੱਕ ਪਰਿਵਾਰ ਬਣਿਆ ਹੋਇਆ, ਕਮਿਊਨਿਟੀ ਆ, ਤੇ ਇੱਕ ਦੂਜੇ ਦੀ ਹੈਲਪ ਆ ਸਾਨੂੰ, ਜਿਵੇਂ ਭਾਜੀ ਹੁਣੀ ਸਾਨੂੰ ਕਦੇ ਲੋੜ ਪੈਂਦੀ ਆ ਕੋਈ ਵੀ ਚੀਜ਼ ਨੂੰ ਲੈ ਕੇ ਤਾਂ ਭਾਜੀ ਹੁਣੀ ਵੱਧ ਚੜ੍ਹ ਕੇ ਸਾਡਾ ਹੌਸਲਾ ਕਰਦੇ ਆ, ਤੇ ਨਾ ਹੁਣ ਇਹਨਾਂ ਦਾ ਟਾਈਮ ਆ ਤੇ ਸਾਨੂੰ ਹੁੰਦਾ ਵੀ ਜਿਹੜੀ ਸੰਗਤ ਚੱਲ ਕੇ ਆਈ ਆ ਤੇ ਸਾਡੇ ਕਿਨੂੰ ਜਿੰਨੀ ਸੇਵਾ ਹੋ ਸਕਦੀ ਅਸੀਂ ਪੂਰੀ ਕਰਦੇ। ਤੁਸੀਂ ਕਿੱਥੇ ਦੱਸਿਆ ਕਿ ਦੂਸਰੀ ਜਿਹੜੀ ਲੋਕੇਸ਼ਨ ਕਿੱਥੇ ਖੋਲੀ ਹੈਗੀ ਆ? ਜੀ ਮੈਕ ਰੋਡ ਦੇ ਉੱਤੇ ਆਪਣੀ DMV ਦੇ ਨਾਲ, ਤੇ ਉਹਦਾ ਐਡਰੈਸ ਹੈਗਾ ਜੀ 6157 ਮੈਕ ਰੋਡ ਸੈਕਰਾਮੈਂਟੋ ਕੈਲੀਫੋਰਨੀਆ। ਮੈਂ ਇਸ ਕਰਕੇ ਦੁਬਾਰਾ ਪੁੱਛਿਆ ਸੀਗਾ ਕਿ ਸਟੋਕਟਨ ਦੇ ਵਿੱਚ ਨਾ ਸਾਡੇ ਮਾਈਕ ਭਾਜੀ ਹੁਣੀ ਹੈਗੇ ਆ ਜਿਹੜੇ ਉੱਥੇ ਗੁਰਦੁਆਰੇ ਨਗਰ ਕੀਰਤਨ ਵਗੈਰਾ ਨਿਕਲਦਾ ਸਟੋਕਟਨ ਗੁਰਦੁਆਰੇ, ਤਾਂ ਮਾਈਕ ਭਾਜੀ ਸਾਡੇ ਉਹ ਕਾਫੀ ਜਿਹੜਾ ਇੱਥੇ ਉਹ ਵੀ ਕਾਫੀ ਕਮਿਊਨਿਟੀ ਦੇ ਵਿੱਚ ਅੱਗੇ ਵੱਧ ਚੜ੍ਹ ਕੇ ਹੈਗੇ ਆ, ਤਾਂ ਮੈਂ ਇਹ ਉਹਨਾਂ ਨੂੰ ਪੁੱਛੂੰਗਾ ਹੁਣ ਕਿ ਜਿਹੜਾ ਮਾਈਕ ਰੋਡ ਹੈਗਾ ਆ ਕਿਤੇ ਉਹਨਾਂ ਦੇ ਨਾਂ ਦੇ ਤਾਂ ਨਹੀਂ ਬਣਿਆ। ਖੈਰ, ਤੁਸੀਂ ਕਹਿੰਦੇ ਜਿਹੜੇ ਚਾਟ ਦਾ ਕੰਮ ਹੈਗਾ ਆ ਇਹ ਕਿੰਨੀ ਦੂਰ ਤੋਂ, ਕੀ ਤੁਸੀਂ ਇਹ ਪ੍ਰੋਫੈਸ਼ਨਲੀ ਕਰਦੇ ਤਾਂ ਲੋਕਾਂ ਦੇ ਵਿਆਹ ਵਿਆਹ 'ਤੇ ਤੁਹਾਨੂੰ ਆਰਡਰ ਕਰੇ ਕੋਈ ਜਾ ਕੇ ਸੇਵਾ ਭਾਵ? ਅਸੀਂ ਕੇਟਰਿੰਗ ਵੀ ਕਰਦੇ ਹੈਗੇ ਜੀ, ਲਾਈਕ ਜੇ ਕਿਸੇ ਨੇ 200, 300, 500 ਬੰਦੇ ਦੀ ਕੇਟਰਿੰਗ ਕਰਨੀ ਆ, ਵਿਆਹਾਂ ਦੇ ਵਿੱਚ ਕਿਸੇ ਨੇ ਰੋਟੀ ਕਰਨੀ ਹੈਗੀ ਆ, ਲਾਈਵ ਕੇਟਰਿੰਗ ਕਰਦੇ ਹਾਂ, ਫੂਡ ਅਸੀਂ ਉੱਥੇ ਜਾ ਕੇ ਬਣਾਉਂਦੇ ਹਾਂ ਸਾਰਾ, ਤੰਦੂਰ ਨਾਲ ਲੈ ਕੇ ਜਾਂਦੇ ਹੈਗੇ, ਅਤੇ ਚਾਹੇ ਸਟੋਕਟਨ ਹੋਵੇ ਅਸੀਂ ਘੱਟੋ ਘੱਟ ਇੱਥੋਂ 100-200 ਮਾਈਲ ਦੀ ਕਵਰ ਤੱਕ ਸਾਰਾ ਕਵਰ ਕਰ ਲੈਂਦੇ ਹਾਂ। ਅਤੇ ਬਾਕੀ ਸਾਡਾ ਜਿਹੜਾ ਰੈਸਟੋਰੈਂਟ ਆ ਇੱਥੇ ਉਹ ਫੇਮਸ ਹੈਗਾ ਸਟਰੀਟ ਫੂਡ ਕਰਕੇ, ਜਿਵੇਂ ਭੇਲਪੁਰੀ ਹੋ ਗਈ, ਚਾਟ ਹੋ ਗਈ, ਸਾਡੇ ਰੈਪ ਜਿਹੜੇ ਹੈਗੇ ਆ ਵੈਜੀ ਰੈਪ, ਚਿਕਨ ਰੈਪ, ਇਹ ਆਲ ਓਵਰ ਕੈਲੀਫੋਰਨੀਆ ਤੁਹਾਨੂੰ ਹੋਰ ਕਿਤੇ ਨਹੀਂ ਮਿਲਣਗੇ ਜੀ, ਆਪਣੇ ਕੋਲ ਮਿਲਣਗੇ। ਅਤੇ ਬਾਕੀ ਸਾਡਾ ਪਰਿਵਾਰ ਸਾਰਾ ਮਿਲ ਕੇ ਕੰਮ ਕਰਦਾ, ਸਭ ਨੂੰ ਵੱਡੀ ਗੱਲ ਆ ਹੋਮ ਫੂਡ ਆ ਸਾਡਾ। ਓਕੇ ਵੈਰੀ ਮਚ। ਇੱਧਰ ਸਿੰਘ ਸਾਹਿਬ ਖੜੇ ਹੈਗੇ ਆ ਮੇਰੇ ਤੋਂ ਕਾਫੀ ਉੱਚੇ, ਮੈਨੂੰ ਬੜੇ ਉੱਚੇ ਹੋ ਕੇ ਦੇਖੇ ਪੈਣਾ। ਸਤਿ ਸ਼੍ਰੀ ਅਕਾਲ ਜੀ, ਆ ਜਾਓ, ਕੀ ਹਾਲ ਚਾਲ ਹੈ ਤੁਹਾਡਾ? ਠੀਕ ਹੈ। ਅੱਛਾ, ਪਹਿਲਾਂ ਤਾਂ ਆਪਣਾ ਨਾਮ ਦੱਸੋ। ਪਾਲ ਸਿੰਘ ਧਾਲੀਵਾਲ। ਧਾਲੀਵਾਲ ਸਾਹਿਬ ਸਾਡੇ ਨਾਲ ਹੈਗੇ ਆ, ਮਗਰ ਇਹ ਮੈਂ ਦੇਖਿਆ ਕਿ ਜਿਸਲੇ ਉੱਧਰੇ ਇੰਦਰਜੀਤ ਜੀ ਚੀਨਾ ਭਾਜੀ ਉਹ ਕੱਢ ਰਹੇ ਸੀ ਨਾ ਲਾਟਰੀਆਂ ਕੱਢ ਰਹੇ ਸੀਗੇ, ਹੁਣ ਆਏ ਦੀ ਕਾਰ ਨਿਕਲ ਗਈ ਉਹਦੀ ਨਿਕਲ ਕੇ, ਉਸ ਵੇਲੇ ਹੌਲੀ ਦੇ ਨਹੀਂ ਦਰਵਾਜ਼ੇ ਦੇ ਵਿੱਚ ਹੀ ਆਏ ਸੀਗੇ, ਹੁਣ ਮੈਨੂੰ ਇਹ ਨਹੀਂ ਪਤਾ ਕਿ ਉਹ ਜਿਹੜੇ 50 ਪਹਿਲੇ ਬੰਦੇ ਸੀ ਉਹਨਾਂ ਵਿੱਚ ਸੀਗੇ ਜਾਂ ਨਹੀਂ ਸੀਗੇ? ਨਹੀਂ, ਉਹਨਾਂ 'ਚ ਨਹੀਂ ਸੀ। ਅੱਛਾ ਅੱਛਾ, ਇੱਥਾਂ ਫਰੈਂਡ ਹੈ ਇਹਨਾਂ ਦੇ। ਓਕੇ, ਸਿੰਨੇ ਉਹਨਾਂ ਦੇ। ਅੱਛਾ, ਤਾਂ ਇੱਥੇ ਕਿਹੜੀ ਜਗ੍ਹਾ ਤੁਸੀਂ ਹੁੰਦੇ ਹੈਗੇ? ਇਹਨਾਂ ਟੋਮਸ। ਓਕੇ, ਤਾਂ ਚੀਨੇ ਭਾਜੀ ਹੁਣੀ ਜਿਹੜੀ ਇਹ ਸੇਲ ਲਾਉਂਦੇ ਹੈਗੇ 2 ਦਿਨ ਲਈ, ਪਿਛਲੇ ਕਾਫੀ ਸਾਲਾਂ ਤੋਂ ਲਾ ਰਹੇ ਹੈਗੇ ਆ, ਮੈਨੂੰ ਦੱਸੋ ਤੁਹਾਡੇ ਹਿਸਾਬ ਨਾਲ ਸਹੀ ਕਰਦੇ ਕਿ? ਬਿਲਕੁਲ 100% ਸਹੀ। ਲਓ ਜੀ, ਇਹਨਾਂ ਨੇ ਹਾਮੀ ਭਰ ਦਿੱਤੀ ਹੈਗੀ ਆ, ਐਨ ਸ਼ੁੱਧ 24 ਕੈਰਟ ਗੋਲਡ ਵਾਂਗੂ ਇਹਨਾਂ ਨੇ ਗੱਲ ਕਹੀ ਹੈਗੀ ਆ। ਤਾਂ ਵੈਸੇ ਜਿਹੜੇ ਸਾਡੇ ਘਰ ਇਸ ਵੇਲੇ ਪ੍ਰੋਗਰਾਮ ਆ, ਜਾਂ ਇੱਥੇ ਆ ਕੇ ਨਹੀਂ ਪਹੁੰਚ ਸਕੇ ਹੈਗੇ ਬਾਰਿਸ਼ ਕਰਕੇ ਜਾਂ ਕਿਸੇ ਕਰਕੇ, ਤੁਸੀਂ ਉਹਨਾਂ ਨੂੰ ਕੀ ਕਹਿਣਾ ਕਹੋਗੇ ਅਗਲੇ ਸਾਲ ਲਈ, ਕੀ ਕਰਨ ਉਹ? ਅਗਲੇ ਸਾਲ ਰਾਤ ਨੂੰ ਆ ਕੇ ਬਹਿ ਜਾਣਾ। ਸੋ ਉਹ ਰਾਤ ਨੂੰ ਆ ਕੇ ਬਹਿ ਜਾਣਗੇ, ਅਤੇ ਆਓ ਮੈਂ ਤੁਹਾਨੂੰ ਹੋਰ ਇੱਧਰਲੇ ਪਾਸੇ ਹੁਣ ਲੈ ਕੇ ਜਾਣਾ ਹੈਗਾ ਆ, ਦੇਖੋ ਕਿ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਲੋਕ ਆ। ਪਰ ਇੱਕ ਗੱਲ ਆਪਾਂ ਕਰੀਏ ਕਿ ਆਪਾਂ ਨਾ ਬੇਅੰਤ ਜੀ ਦੇ ਨਾਲ ਗੱਲ ਕੀਤੀ ਸੀਗੀ ਪਹਿਲਾਂ, ਮੈਨੂੰ ਲੱਗਦਾ ਕਿ ਹੁਣ ਥੋੜ੍ਹਾ ਜਿਹਾ ਉਹਨਾਂ ਨੇ ਸਾਹ ਲੈ ਲਿਆ ਹੈਗਾ, ਤਾਂ ਉਹਨਾਂ ਨਾਲ ਆਪਾਂ ਹੁਣ ਇੱਕ ਵਾਰੀ ਫੇਰ ਗੱਲਬਾਤ ਕਰਦੇ ਹੈਗੇ ਹਾਂ। ਭੈਣ ਜੀ ਮਾੜਾ ਜਿਹਾ ਜਗ੍ਹਾ ਦੇ ਦਿਓ ਮੈਨੂੰ, ਮੈਂ ਇੱਧਰ ਬੰਤ ਸਿੰਘ ਉਹਨਾਂ ਨਾਲ ਗੱਲ ਕਰ ਲਾਂ। ਇੱਕ ਵਾਰ ਫੇਰ ਜੀ ਹੁਣ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਹਾਂਜੀ, ਅੱਛਾ, ਹੁਣ ਇੱਦਾਂ ਆ ਕਿ ਹੁਣ ਉੱਧਰਲੇ ਪਾਸੇ ਦੱਸੋ ਕਿ ਅੱਜ ਦਾ ਜਿਹੜਾ ਐਕਸਪੀਰੀਅੰਸ ਸੀਗਾ, ਜਿੱਦਾਂ ਮੰਨ ਲਓ ਹੁਣ ਸਾਰੇ ਇਨਾਮ ਕੱਢ ਦਿੱਤੇ ਗਏ ਹੈਗੇ ਆ, ਹਾਂਜੀ, ਤਾਂ ਹੁਣ ਦਿਲ ਦੇ ਵਿੱਚ ਕੀ ਫੀਲਿੰਗ ਹੋ ਰਹੀ ਆ ਤੁਹਾਡੇ ਦਿਲ ਦੇ ਵਿੱਚ? ਸਾਡੀ ਫੀਲਿੰਗ ਪੂਰੀ ਖੁਸ਼ੀ ਹੈ ਜੀ, ਬਹੁਤ ਖੁਸ਼ੀ ਹੈ, ਬਹੁਤ ਖੁਸ਼ੀ ਹੈ। ਦੱਸੋ ਮੈਨੂੰ ਕਿ ਤੁਸੀਂ ਕਿਸ ਤਰੀਕੇ ਨਾਲ ਅੱਜ ਇਸ ਚੀਜ਼ ਨੂੰ ਦੇਖਿਆ, ਕਿਉਂਕਿ ਦੇਖੋ ਚੀਨੇ ਨੇ ਜੋ ਤੁਹਾਡੇ ਤੋਂ ਕਹਿਣ ਦਾ ਮਤਲਬ ਆ ਕਿ ਕੰਮ ਸਿੱਖ ਕੇ ਜਾਂ ਤੁਹਾਡੇ ਆਸ਼ੀਰਵਾਦ ਨਾਲ ਕੰਮ ਸ਼ੁਰੂ ਕੀਤਾ, ਹਾਂਜੀ ਹਾਂਜੀ, ਜੋ ਤੁਸੀਂ ਸੋਚਿਆ ਉਸ ਪੂਰਨਿਆਂ ਦੇ ਉੱਤੇ ਉਹ ਚੱਲੇ ਹੈਗੇ, ਪੂਰੇ ਉੱਤਰੇ ਹੈਗੇ ਆ। ਸੋ ਮੈਂ ਚਾਹਾਂਗਾ ਕਿ ਕੁਛ ਇੱਕ ਲੈਣਾ, ਬਿਲਕੁਲ ਛੋਟਾ ਜਿਹਾ ਜਵਾਬ ਨਹੀਂ, ਕਿ ਵਧੀਆ ਤਰੀਕੇ ਨਾਲ ਹਰੇਕ ਮਾਂ ਬਾਪ ਦੇ ਦਿਲ ਦੇ ਵਿੱਚ ਹੁੰਦਾ ਆਪਣੇ ਬੱਚਿਆਂ ਦੇ ਲਈ, ਸੋ ਤੁਹਾਡੀ ਕੀ ਫੀਲਿੰਗ ਹੈਗੀ ਆ ਉਹਦੇ ਉਸ ਉਮਰ ਤੋਂ ਲੈ ਕੇ ਹੁਣ ਤੱਕ ਦੇ ਸਫ਼ਰ ਦੇ? ਹੁਣ ਤੱਕ ਦੇ ਸਫ਼ਰ ਦੇ ਵਿੱਚ ਇਹ ਸਭ ਤੋਂ ਬੈਸਟ ਹੈ ਜੀ, ਸਭ ਤੋਂ ਬੈਸਟ ਹੈਗਾ, ਸਭ ਤੋਂ ਬੈਸਟ ਹੈ ਸਾਰੀ ਜ਼ਿੰਦਗੀ ਦੇ ਵਿੱਚ ਜੀ, ਜਿਹੜੀ ਆਹ ਖੁਸ਼ੀ ਮਾਲਕ ਨੇ ਦਿੱਤੀ ਹੈ ਇਹ ਕੋਈ ਅੰਤ ਨਹੀਂ, ਬਹੁਤ ਖੁਸ਼ੀ ਹੈ। ਔਰ ਉਸ ਤੋਂ ਬਾਅਦ ਮੈਂ ਦੇਖ ਰਿਹਾ ਸੀਗਾ ਕਿ ਬੜੀ ਖੁਸ਼ੀ ਵਾਲੀ ਗੱਲ ਸੀਗੀ ਕਿ ਇਹਨਾਂ ਦਾ ਪੋਤਰਾ ਜਿਹੜਾ ਹੈਗਾ ਉਹਦਾ ਕੀ ਨਾਮ ਹੈਗਾ ਤੁਹਾਡੇ? ਸੁਖਪ੍ਰੀਤ ਸਿੰਘ। ਸੁਖਪ੍ਰੀਤ ਸਿੰਘ, ਤੁਸੀਂ ਦੇਖਿਆ ਹੋਣਾ ਕਿ ਤੁਸੀਂ ਦੇਖ ਕੇ ਆਏ ਕਿ ਉਹ ਕਿਸ ਤਰ੍ਹਾਂ ਲਾਟਰੀ ਕੱਢ ਰਿਹਾ ਸੀ, ਉਹਦੇ ਵੀ ਦਿਲ ਦੇ ਵਿੱਚ ਇੱਕ ਬੜਾ ਉਤਸ਼ਾਹ ਸੀਗਾ, ਕਿਉਂਕਿ ਬੱਚਿਆਂ ਦੇ ਅੰਦਰ ਪ੍ਰੇਰਣਾ ਜਿਹੜੀ ਹੈਗੀ ਆ, ਵੈਸੇ ਕਹਿੰਦੇ ਪਿਓ ਤੋਂ ਪਹਿਲਾਂ ਦਾਦੇ ਤੋਂ ਆਉਂਦੀ ਹੈਗੀ ਆ, ਔਰ ਇਹ ਬਿਲਕੁਲ ਉਹਦੇ ਪਿੱਛੇ ਖੜੇ ਸੀਗੇ। ਤੁਸੀਂ ਜਿਹੜੇ ਹੋਰ ਨਿਆਣੇ ਜਾਂ ਹੋਰ ਯੰਗਸਟਰ ਆ, ਹੋਰ ਪਰਿਵਾਰ ਆ, ਇਸ ਵੇਲੇ ਪ੍ਰੋਗਰਾਮ ਦੇਖ ਰਹੇ ਹੈਗੇ ਆ, ਉਹਨਾਂ ਨੂੰ ਬੀਇੰਗ ਏ ਪੇਰੈਂਟਸ ਇੱਕ
ਬਹੁਤ ਬਹੁਤ ਸ਼ੁਕਰੀਆ ਜੀ। ਔਰ ਉਮੀਦ ਇਸ ਦੇ ਨਾਲ ਹੀ ਕਿ ਕੱਲ੍ਹ ਜ਼ਰੂਰ ਅਸੀਂ ਲੇਟ ਹੋ ਗਏ ਸੀਗੇ, ਮਗਰ ਆਉਂਦੇ ਸਾਲ ਨੂੰ ਅਸੀਂ ਮੇਰਾ ਖਿਆਲ ਪੂਰੇ ਤਿੰਨ ਦਿਨ ਲਾਵਾਂਗੇ ਤੁਹਾਡੇ ਕੋਲ। ਔਰ ਤੁਹਾਨੂੰ ਜਸ ਪੰਜਾਬੀ ਵੱਲੋਂ ਔਰ ਖਾਸ ਤੌਰ 'ਤੇ ਸਾਡੇ ਮਾਲਕਣ ਜਿਹੜੀ ਹੈਗੀ ਹੈ ਪੈਣੀ ਸੰਧੂ ਔਰ ਸਾਡੇ ਜਸ ਪਰਿਵਾਰ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ, ਕੰਗਰੈਚੁਲੇਸ਼ਨ ਜੀ, ਸਤਿ ਸ਼੍ਰੀ ਅਕਾਲ। ਅਤੇ ਆਓ ਦੋਸਤੋ, ਹੁਣ ਇੱਕ ਬੇਨ ਬੰਦਾ ਰਹਿ ਗਿਆ ਹੈਗਾ, ਬਹੁਤ ਜ਼ਿਆਦਾ ਬਿਜ਼ੀ ਆ, ਤਾਂ ਉਹਦੇ ਨਾਲ ਗੱਲ ਕਰਦੇ ਹੈਗੇ ਹਾਂ। ਤਾਂ ਮੈਂ ਚੱਲਦਾ ਕੈਮਰਾ ਲੈ ਕੇ ਉਹਨਾਂ ਵੱਲ ਨੂੰ, ਤਾਂ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਗੱਲ ਕਿੱਦਾਂ ਕਰਨੀ ਹੈਗੀ ਆ। ਇਹ ਥੋੜ੍ਹਾ ਜਿਹਾ ਹੌਲੀ 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 ਕੈਮਰਾ ਲਿਜਾਣਾ ਪੈਣਾ, ਲਿਜਾਣਾ ਪੈਣਾ, ਲਿਜਾਣਾ ਪੈਣਾ। ਭੈਣ ਜੀ ਮਾੜਾ ਜਿਹਾ ਇੱਧਰ ਹੋੜੀਆ ਜੀ। ਇੰਦਰ ਜੀ ਜਿਹੜੇ ਇਸ ਵੇਲੇ ਬਹੁਤ ਬਿਜ਼ੀ ਹੋਏ ਪਏ ਆ, ਦੇਖੋ ਹਰੇਕ ਨੂੰ ਪੁੱਛ ਰਿਹਾ ਕਿ ਹਾਂਜੀ ਤੁਹਾਡਾ ਕੰਮ ਹੋ ਗਿਆ, ਤੁਹਾਡਾ ਕੰਮ ਰਹਿ ਤਾਂ ਨਹੀਂ ਗਿਆ। ਭੈਣ ਜੀ ਨਹੀਂ ਖੜ੍ਹੇ ਹੈਗੇ ਆ, ਤੁਸੀਂ ਬੜੇ ਲੇਟ ਆਏ ਹੈਗੇ ਆ, ਤੁਸੀਂ ਕੁਛ ਸਮਾਨ ਖਰੀਦਿਆ ਕਿ ਨਹੀਂ ਖਰੀਦਿਆ? ਹਾਲੇ ਨਹੀਂ ਖਰੀਦਿਆ, ਦੇਖਦੇ ਪਏ ਆ। ਅੱਛਾ, ਲਾਟਰੀ ਬਾਰੇ ਕੀ ਵਿਚਾਰਾ ਤੁਹਾਡੀ? ਲਾਟਰੀ ਨਿਕਲ ਗਈ ਜਿਹੜੀ? ਮੇਰੀ ਤਾਂ ਨਹੀਂ ਨਿਕਲੀ ਹੈਗੀ। ਓਕੇ, ਹਾਂਜੀ। ਸੋ ਕੋਈ ਗੱਲ ਨਹੀਂ, ਅਗਲੀ ਵਾਰ ਤੁਸੀਂ ਵੀ ਪਹਿਲਾਂ ਆ ਜਿਓ ਜ਼ਰਾ, ਅੱਜ ਬਰਸਾਤ ਕਰਕੇ ਲੇਟ ਹੋ ਗਿਆ। ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੈਗੇ? ਅਸੀਂ ਇੱਥੇ ਐਲਕ ਗਰੋਵ ਤੋਂ। ਐਲਕ ਗਰੋਵ ਤੇ ਵੀ ਅੱਜ ਕੀ ਖਰੀਦਣਾ ਤੁਸੀਂ ਹੁਣ? ਅਸੀਂ ਦੇਖਦੇ ਪਏ, ਰਿੰਗ ਤਾਂ ਸੈੱਟ ਦੇਖਦੇ ਪਏ। ਓਕੇ, ਠੀਕ ਹੈ ਜੀ, ਕੰਗਰੈਚੁਲੇਸ਼ਨ, ਥੈਂਕ ਯੂ ਜੀ। ਦੇਖੋ ਜੀ, ਅਤੇ ਆਓ ਜੀ, ਹੁਣ ਫਿਰ ਆਪਾਂ ਤੁਹਾਨੂੰ ਉਹਨਾਂ ਦੇ ਨਾਲ ਮਿਲਾ ਹੀ ਦਿੰਦੇ ਹਾਂ। ਚੀਨਾ ਜੀ ਦੇ ਨਾਲ ਇਸ ਵੇਲੇ ਆਖਰੀ ਪੜਾਅ ਦੇ ਉੱਤੇ ਕਰਾਂਗੇ ਉਹਨਾਂ ਦੇ ਨਾਲ ਖੁੱਲ੍ਹੀਆਂ ਖੁੱਲ੍ਹੀਆਂ ਗੱਲਾਂ। ਬਿਜ਼ੀ ਆ ਥੋੜ੍ਹਾ ਜਿਹਾ, ਆ ਮੈਂ ਤੁਹਾਨੂੰ ਦਿਖਾ ਲਾ ਕਿ ਦੇਖੋ ਚੂੜੀਆਂ ਜਿਹੜੀਆਂ ਹੈਗੀਆਂ ਆ। ਵਾਹ ਜੀ ਵਾਹ, ਗਾਹਕ ਵੀ ਨਾਲੇ ਖੜੋਤੇ ਆ। ਇਹ ਆ ਗਿਆ ਜੀ, ਨੋਟ ਗਿਣੇ ਜਾ ਰਹੇ, ਉਹਨਾਂ ਨੂੰ ਫੜਾਏ ਜਾ ਰਹੇ ਆ। ਪਰ ਅਗਰ ਆਪਾਂ ਜੇ ਹੁਣ ਵੀ ਇੱਧਰ ਧਿਆਨ ਮਾਰੀਏ, ਦੂਰ ਤੱਕ ਹਾਲੇ ਵੀ ਦੇਖੋ, ਹਾਲਾਂਕਿ ਲਾਟਰੀਆਂ ਨਿਕਲ ਗਈਆਂ ਆ, ਸਾਰਾ ਕੁਛ ਹੋ ਗਿਆ, ਪਰ ਇਹਦੇ ਬਾਵਜੂਦ ਵੀ ਜਿਹੜੀ ਖਰੀਦੋ ਫਰੋਖਤ ਹੈਗੀ ਆ, ਜਿਹੜੇ ਪਰਿਵਾਰ ਦੂਰੋਂ ਨੇੜਿਓਂ ਚੱਲ ਕੇ ਆਏ ਹੈਗੇ ਆ ਸਮਾਨ ਖਰੀਦਣ ਦੇ ਲਈ, ਤਾਂ ਉਹ ਚਾਹੇ ਬਾਹਰ ਅੱਜ ਬਹੁਤ ਜ਼ਿਆਦਾ ਬਰਸਾਤ ਹੋ ਰਹੀ ਹੈ, ਇਹਦੇ ਬਾਵਜੂਦ ਵੀ ਸਾਰਿਆਂ ਨੇ ਗੋਲਗੱਪਿਆਂ ਦਾ ਔਰ ਸਾਰੇ ਖਾਣ ਪੀਣ ਵਾਲੇ ਸਮਾਨ ਦਾ ਬਹੁਤ ਆਨੰਦ ਮਾਣਿਆ ਹੈਗਾ। ਇੰਤਜ਼ਾਰ ਕਰ ਰਹੇ ਹਾਂ ਅਸੀਂ ਚੀਨਾ ਜੀ ਜਦੋਂ ਸਾਰੇ ਪੈਸੇ ਗਿਣ ਲੈਣ, ਤਾਂ ਬਾਅਦ 'ਚ ਇਹਨਾਂ ਕੋਲ ਲੈ ਕੇ ਤਾਂ ਆਪਾਂ ਨਿਊਯਾਰਕ ਨੂੰ ਚੱਲੀਏ, ਤਾਂ ਇਹਨਾਂ ਨਾਲ ਗੱਲ ਕਰੀਏ ਸਾਰੀ। ਲਓ ਜੀ, ਆਪਾਂ ਹੁਣੇ ਗੱਲ ਕਰਦੇ ਹੈਗੇ ਹਾਂ। ਭਾਅ ਜੀ ਹੁਣੀ ਸਮਾਨ ਖਰੀਦਦੇ ਪਏ ਹੈਗੇ ਆ। ਸਤਿ ਸ਼੍ਰੀ ਅਕਾਲ ਭਾਅ ਜੀ, ਫਿਰ ਕੀ ਹੋ ਗਿਆ? ਫਿਰ ਕੀ ਹੋ ਗਿਆ? ਸਤਿ ਸ਼੍ਰੀ ਅਕਾਲ, ਮੈਂ ਥੋੜ੍ਹਾ ਜਿਹਾ ਤੁਹਾਡੇ ਜਿਹੜੇ ਨੋਟਾਂ ਵੱਲੋਂ ਧਿਆਨ ਥੋੜ੍ਹਾ ਇੱਧਰ ਨੂੰ ਕਰਨਾ ਚਾਹੁੰਦਾ, ਚੀਨਾ ਇਹਨੂੰ ਗਿਣ ਲੈਂਦੇ ਹੋ? ਹਾਂਜੀ। ਕਿੰਨੇ ਕੁ ਦਾ ਸਮਾਨ ਖਰੀਦ ਲਿਆ ਵੇ ਤੁਸੀਂ ਅੱਜ? ਨਾ ਥੋੜ੍ਹਾ ਜਿਹਾ 4300 ਦਾ ਹੀ ਆ। ਲਓ ਜੀ, ਕਹਿੰਦੇ ਥੋੜ੍ਹਾ ਜਿਹਾ 4300 ਦਾ। ਅੱਛਾ, ਇਹ ਅੱਛਾ, ਤੁਸੀਂ ਆਪਣੇ ਲਈ ਵੀ ਕੜਾ ਲਿਆ ਜਾ ਕੇ ਘਰ ਵਾਲਿਆਂ ਲਈ ਲਿਆ? ਵਾਈਫ ਲਈ ਆ ਸਾਰੇ। ਵਾਈਫ ਲਈ ਲਿਆ? ਹਾਂਜੀ ਹਾਂਜੀ। ਤਾਂ ਤੁਹਾਡਾ ਜਿਹੜਾ ਇੱਧਰਲੇ ਪਾਸੇ ਜਿਹੜਾ ਕੜਾ ਪੈਣਾ ਉਹ ਕਦੋਂ ਪਾਉਣਾ ਫਿਰ ਤੁਸੀਂ? ਬਣਾਉਣਾ ਇਹਨਾਂ ਨੇ ਵਾਧਾ ਆ ਪਲੈਟੀਨਮ ਦਾ। ਪਲੈਟੀਨਮ ਦਾ? ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ ਹੈ। ਅੱਛਾ, ਤੁਸੀਂ ਮੈਨੂੰ ਇਹ ਦੱਸੋ ਕਿ ਚੀਨਾ ਜੂਲਰ ਤੇ ਤੁਸੀਂ ਕਿੰਨੇ ਸਾਲਾਂ ਤੋਂ ਆ ਰਹੇ ਹੈਗੇ ਆ? ਜਦੋਂ ਦਾ ਖੁੱਲਾ ਹੈ ਉਹ, ਯਾਨੀ ਕਹਿਣ ਦਾ ਮਤਲਬ ਕਿ ਅਸੀਂ ਪਹਿਲਾਂ ਤੋਂ ਇਕੱਠੇ ਆ, ਯਾਰ ਦੋਸਤ ਆ। ਯਾਰ ਦੋਸਤ ਹੈਗੇ ਤੁਸੀਂ? ਅੱਛਾ, ਤੁਸੀਂ ਕਿਹੜੀ ਜਗ੍ਹਾ ਤੋਂ ਆਉਂਦੇ ਇੱਥੇ? ਆ ਐਲਗਰੋਵ ਰਹਿਣਾ। ਲਓ ਜੀ, ਐਲਗਰੋਵ ਦੇ ਵਿੱਚ ਰਹਿੰਦੇ ਹੈਗੇ ਇਹ, ਤਾਂ ਇਹ ਦੇਖੋ ਹਰ ਵਾਰੀ ਆਉਂਦੇ ਮੇਰੇ ਖਿਆਲ ਵਿੱਚ, ਜੇ ਸੋਨਾ ਤੁਸੀਂ ਨਹੀਂ ਵੀ ਖਰੀਦਣਾ, ਚਾਹ ਪੀਣ ਵੀ ਆਉਂਦੇ ਹੋਣੇ ਚੀਨ ਰੋਜ਼? ਇੱਕ ਦਿਨ ਛੱਡ ਕੇ ਇੱਥੇ ਖੜੇ ਰਹੀਦਾ ਹੋਰ। ਹਾਂਜੀ, ਅੱਜ ਦਾ ਜਿਹੜਾ ਮਾਹੌਲ ਸੀਗਾ ਕਿੱਦਾਂ ਦਾ ਲੱਗਾ ਤੁਹਾਨੂੰ ਅੱਜ? ਬਹੁਤ ਵਧੀਆ, ਕੱਲ ਵੀ ਆਏ ਸੀ ਅਸੀਂ, ਅੱਜ ਵੀ ਆਏ। ਹੁਣ ਮੈਂ ਕੱਲ ਕੈਸ਼ ਨਹੀਂ ਸੀਗਾ, ਕਾਰਡ ਸੀ, ਤੇ ਕਹਿੰਦੇ ਕੈਸ਼ ਦਊਂਗੇ ਤਾਂ ਲੈਸ ਹੋਊਗਾ। ਓਕੇ, ਉਹ ਸੋਚੋ। ਲਓ ਜੀ, ਇੰਦਰਜੀਤ ਜੀ ਦੀ ਗੱਲ ਸੁਣ ਲਓ, ਕਹਿੰਦੇ ਕਿ ਜੇ ਤੁਸੀਂ ਕੈਸ਼ ਦਓਗੇ ਤਾਂ ਲੈਸ ਹੋਊਗਾ। ਕਹਿਣ ਦਾ ਮਤਲਬ ਹੈ ਕਿ ਕੋਈ ਗੱਲ ਨਹੀਂ ਹੈਗੀ, ਪੇ ਕੈਸ਼ ਲੈਣ ਦਾ। ਹਾਂਜੀ ਹਾਂਜੀ, ਪਰ ਇਹ ਜੀ ਦੇਖੋ ਚੱਲਦਾ ਰਹਿਣਾ ਚਾਹੀਦਾ ਹੁੰਦਾ, ਕੋਈ ਨਹੀਂ ਬਣੀ, ਮੈਂ ਉਦੋਂ ਹੀ ਨੱਠਾ ਆਇਆ ਘਰੋਂ। ਫਿਰ ਤੁਸੀਂ ਆਪੇ, ਤੁਸੀਂ ਕਾਰਡ ਵੀ ਨਹੀਂ ਲਿਆ ਨਾ, ਇਸ ਕਰਕੇ ਕਾਰਡ ਫੇਲ ਪਿਆ ਕੈਸ਼ ਲਿਆ। ਹੋਰ ਬਸ ਵਧੀਆ ਵਧੀਆ, ਬਹੁਤ ਕੁਝ ਚੰਗਾ ਜੀ। ਜਸ ਦਾ ਥੈਂਕ ਯੂ, ਰਿਕਵਰੀ ਕਰ ਰਿਹਾ ਸਾਰੀ, ਐਡਵਰਟਾਈਜ਼ਮੈਂਟ ਹੋ ਰਹੀ ਹੈ ਜਸ ਦੀ, ਜਸ ਪੰਜਾਬੀ, ਬਹੁਤ ਵਧੀਆ ਲੱਗਦਾ ਜੀ। ਹਾਂਜੀ,
ਬਹੁਤ ਸੋਹਣੀ ਗੱਲ ਵਾ। ਆ ਲਓ ਜੀ ਹੁਣ ਆਪਾਂ ਸਿੱਧੀ ਜਿਹੜੀ ਹੈਗੀ ਆ ਗੱਲ ਕਰਨੀ ਹੈਗੀ ਆ ਇੰਦਰਜੀਤ ਨਾਲ। ਇੰਦਰ ਦੇਵਤਾ ਵੀ ਅੱਜ ਬਾਹਰ ਬਹੁਤ ਖੁਸ਼ ਹੋਇਆ ਆ, ਤਾਂ ਇੱਧਰਲੇ ਪਾਸੇ ਇੰਦਰ ਸਿੰਘ ਦਾ ਵੀ ਦੇਖਦੇ ਹੈਗੇ ਆ ਕਿ ਕਿੱਥੇ ਕਿੱਦਾਂ ਹੈਗਾ। ਲਓ ਜੀ ਇੰਦਰ ਜੀ, ਹਾਂਜੀ ਥੈਂਕ ਯੂ ਜੀ, ਥੈਂਕ ਯੂ। ਮੈਂ ਮਾੜੀ ਜੀ ਗੱਲ ਕਰ ਲਵਾਂ, ਤੁਸੀਂ ਇੱਥੇ ਜਾਣਾ ਨੀਗਾ ਕਿਤੇ ਵੀ, ਤੁਸੀਂ ਇੱਕ ਦੋ ਤਿੰਨ ਕਰਦੇ ਮੈਨੂੰ ਚੇਤਾ ਆ ਗਿਆ ਕੋਈ ਗਾਣਾ ਨਹੀਂ ਹੈਗਾ, ਇੱਕ ਦੋ ਤਿੰਨ ਤੁਸੀਂ ਪੰਜ ਨਹੀਂ ਭਰਾ, ਜਿਹੜਾ ਚੰਗਾ ਲੱਗੇ ਤੂੰ ਉਹਨੂੰ ਹੱਥ ਲਾ ਤਾਂ 45 ਇਹ ਆ ਲਓ ਹੁਣ ਇਹ ਨਾਲ ਪਰਚੀ ਬਾਅਦ ਦੇਈਓ, ਪਹਿਲਾਂ ਮੇਰੇ ਨਾਲ ਗੱਲ ਕਰਾਂ, ਮੈਂ ਤੁਹਾਡੇ ਨਾਲ ਕਰਦਾ ਜੀ, ਕਰਦਾ ਜੀ, ਕਰ ਕਿੱਦਾਂ ਕਰਨੀ, ਮੇਰਾ ਉਹ ਡਰਾ ਦੇ ਵੀ ਦੇਣਾ, ਮੈਂ ਦੇ ਰਹੇ ਕਾਰ ਦਾ ਤੁਹਾਨੂੰ ਕੁੱਪਰ ਦੇ ਰਹੇ। ਹਾਂਜੀ ਅੱਛਾ ਬਸ ਤੁਹਾਡੇ ਨਾਲ ਹੀ ਕਰ ਰਹੇ ਆ ਮਹਾਰਾਜ। ਇਹ ਆ ਲਓ ਆ ਜਾਓ ਆ ਜਾਓ ਦਰਸ਼ਕਾਂ ਦੇ ਨਾ ਉੱਥੇ ਫੋਨ ਤੇ ਫੋਨ ਚੜੇ ਪਏ ਆ ਕਿ ਚੀਨੀਆਂ ਸਾਡੀ ਗੱਲ ਕਰਾ ਦਿਓ, ਕਿ ਕਹਿੰਦੇ ਪੁੱਛ ਕੇ ਦੱਸੋ ਕਿ ਜਿੱਦਾਂ ਉਹਨਾਂ ਨੇ ਸੋਚਿਆ ਸੀਗਾ ਇਸ ਸਾਲ ਦੇ ਲਈ ਕਿ ਲੋਕਾਂ ਨੂੰ ਜਿਹੜੇ ਤੁਹਾਡੇ ਕੋਲ ਸਮਾਨ ਖਰੀਦਣ ਆਉਂਦੇ ਹੈਗੇ ਉਹਨਾਂ ਨੂੰ ਇਨਾਮ ਦੇਣੇ ਹੈਗੇ ਆ, ਕਿੱਦਾਂ ਰਿਹਾ ਤੁਹਾਡੀ ਸੋਚ ਪੂਰੀ ਹੋਈ ਇਸ ਸਾਲ? ਹਾਂਜੀ ਹਾਂਜੀ ਸੋਚ ਬੜੀ ਵਧੀਆ ਹੋਈ ਹੈ ਜੀ, ਅਤੇ ਲੋਕਾਂ ਨੇ ਵੀ ਖੁਸ਼ ਹੋ ਕੇ ਇੰਜੋਏ ਕੀਤਾ ਅਤੇ ਵੱਧੋ ਵੱਧ ਰੱਜ ਕੇ ਸਮਾਨ ਲਿਆ ਸਭ ਨੇ। ਵਾਹ ਜੀ ਵਾਹ। ਅੱਛਾ ਤੁਸੀਂ ਮੈਨੂੰ ਇਹ ਦੱਸੋ ਕਿ ਐਲ ਗਰੋਵ ਤੋਂ ਬਾਹਰਲੇ ਕਿੰਨੇ ਬੰਦੇ ਸੀ ਜਿਨ੍ਹਾਂ ਦੇ ਇਨਾਮ ਨਿਕਲੇ? ਸਾਰੇ ਹੀ ਆਲਮੋਸਟ ਬਾਹਰਲਿਆਂ ਦੇ ਨਿਕਲੇ ਜੀ, ਜਿਹੜੇ ਦੂਰ ਦੁਰਾਡੇ ਬੇ ਏਰੀਏ ਤੋਂ, ਸਟੋਕਟਨ ਤੋਂ, ਫਰੈਜ਼ਨੋ ਤੋਂ, ਬੇਕਰਸਫੀਲਡ ਤੋਂ, ਭੈਣ ਭਰਾ ਚਾਰੇ ਪਾਸਿਓਂ ਆਏ ਨੇ ਆਪਣੇ ਕੋਲ, ਬਹੁਤ ਦੂਰੋਂ ਦੂਰੋਂ, ਰੋਜ਼ਵਿਲ ਤੋਂ, ਐਂਟੀਲੋਪ, ਜੁੱਬਾ ਸਿਟੀ, ਬੜੀ ਦੂਰੋਂ ਦੂਰੋਂ ਆਏ ਨੇ। ਜਿਹੜਾ ਮੇਨ ਚੀਜ਼ ਹੈ ਬੇਕਰਸਫੀਲਡ ਤੋਂ 300-400 ਮੀਲ ਦੇ ਨੇੜੇ ਆ, ਉਹ ਇੰਨੀ ਦੂਰੋਂ ਲੋਕ ਡਰਾਈਵ ਕਰਕੇ ਆਏ ਸਪੈਸ਼ਲ ਆਪਣੇ ਚੀਨਾ ਜੂਲਰ ਤੇ। ਉਹ ਹਾਂਜੀ ਮੈਨੂੰ ਇੱਕ ਗੱਲ ਹੋਰ ਦੱਸਿਓ, ਤੁਹਾਡੇ ਪਾਪਾ ਜੀ ਨਾਲ ਗੱਲ ਹੋਈ ਸੀਗੀ, ਉਹ ਕਹਿੰਦੇ ਕਿ ਚੀਨੇ ਨੂੰ ਮੈਂ ਸਾਰਾ ਕੰਮ ਸਿਖਾ ਲਿਆ ਆ, ਉਹਨਾਂ ਨੇ ਸਿਖਾ ਲਿਆ ਕਿ ਤੁਸੀਂ ਉਹਨਾਂ ਨੂੰ ਸਿਖਾ ਲਿਆ? ਇਹ ਦੱਸੋ ਜਿਹੜਾ ਸੋਨਾ ਆ ਕਿਦਾਂ? ਸਾਰਾ ਕੁਝ ਉਹਨਾਂ ਨੇ ਹੀ ਹੈ ਜੀ, ਉਹਨਾਂ ਤੋਂ ਬਿਨਾਂ ਮੈਂ ਕੁਝ ਵੀ ਨਹੀਂ, ਜੀਰੋ ਆ, ਉਹੀ ਹੈ ਸਭ ਕੁਝ। ਜੀਓ ਜੀਓ ਚੀਨਾ ਜੀ ਜੀਓ। ਹਾਂਜੀ ਔਰ ਹੁਣ ਤੁਸੀਂ ਇਸ ਵੇਲੇ ਜਿਹੜੇ ਸਾਡੇ ਅੱਜ ਗ੍ਰਾਹਕ ਜਿਹੜੇ ਨਹੀਂ ਆ ਸਕੇ, ਨਹੀਂ ਪਹੁੰਚ ਸਕੇ, ਹਾਂਜੀ ਹਾਂ, ਆਉਂਦੇ ਸਾਲ ਨੂੰ ਵੀ ਇਹ ਪੱਕਾ ਆ ਕਿ ਤੁਸੀਂ ਇਹ ਥੈਂਕਸਗਿਵਿੰਗ ਤੇ ਔਰ ਬਲੈਕ ਫਰਾਈਡੇ ਵਾਲੇ ਦਿਨ ਸੇਲ ਲਗਾਉਣੀ ਹੈਗੀ ਆ? ਬਿਲਕੁਲ ਜੀ, ਇਹਨਾਂ ਦੇ ਆਸ਼ੀਰਵਾਦ ਨਾਲ ਹੀ ਲਾਉਣੇ ਆ ਜੀ, ਸਾਰੇ ਭੈਣ ਭਰਾ ਦਿੰਦੇ ਸਾਨੂੰ ਹੰਗਾਰਾ ਵਧੀਆ ਭਰਦੇ ਆ, ਹੌਸਲਾ ਦਿੰਦੇ ਆ, ਤਾਂ ਅਸੀਂ ਲਾਉਣੇ ਆ। ਹੈਲੋ, ਪੇਸ਼ੈਂਟਸ ਵੀ ਰੱਖਦੇ, ਸਾਰੇ ਵੇਟ ਕਰਦੇ, ਬਹੁਤ 4-4-5-5 ਘੰਟੇ ਵੇਟ ਵੀ ਕਰਦੇ ਸਾਡੀ ਲਾਈਨ 'ਚ ਲੱਗ ਕੇ, ਫਿਰ ਵੀ ਉਹ ਇੰਤਜ਼ਾਰ ਕਰਕੇ ਲੈਂਦੇ ਨੇ। ਸੋ ਜਿਹੜੀ ਮੈਂ ਗੱਲ ਪੁੱਛੀ ਸੀ ਕਿ ਆਉਂਦੇ ਸਾਲ ਪੱਕਾ ਪ੍ਰੋਮਿਸ ਆ? ਪੱਕਾ ਜੀ ਪੱਕਾ, 101%, ਬਾਕੀ ਉੱਪਰ ਵਾਲੇ ਦੀ ਕਿਰਪਾ ਚਾਹੀਦੀ ਆ। ਓਕੇ, ਤੁਸੀਂ ਥੋੜ੍ਹੇ ਅੱਗੇ ਨੂੰ ਆਓ, ਇੱਥੇ ਮੇਰੇ ਕੋਲ ਨੂੰ, ਇੱਥੇ ਇੱਦਾਂ ਆਓ ਮੇਰੇ ਕੋਲ ਨੂੰ। ਅਤੇ ਲਓ ਜੀ, ਇਹ ਨੇ ਸਾਡੇ ਚੀਨਾ ਭਾਅ ਜੀ, ਚੀਨਾ ਭਾਅ ਜੀ ਨੇ ਇੰਦਰਜੀਤ ਸਿੰਘ, ਔਰ ਇਹਨਾਂ ਨੇ ਅੱਜ ਚੀਨਾ ਜੂਲਰ ਜਿਹੜਾ ਸਟੋਕਟਨ ਬੁੱਲੇਵਾਰਡ ਦੇ ਉੱਤੇ ਹੈਗਾ ਆ ਐਲ ਗਰੋਵ ਦੇ ਅੰਦਰ, ਇੱਕ ਵਾਰੀ ਤੁਸੀਂ ਸੈਕਰਾਮੈਂਟੋ, ਸੈਕਰਾਮੈਂਟੋ 7454 ਸਟੋਕਟਨ ਬੁੱਲੇਵਾਰਡ, ਸੈਕਰਾਮੈਂਟੋ 95823 ਕੈਲੀਫੋਰਨੀਆ, ਅਤੇ ਮੇਰਾ ਫੋਨ ਨੰਬਰ ਹੈਗਾ ਜੀ 9169563094, ਐਨੀ ਟਾਈਮ ਤੁਸੀਂ ਮੈਨੂੰ ਕਾਲ ਕਰਕੇ ਕੋਈ ਵੀ ਇਨਕੁਆਇਰੀ ਲੈਣੀ ਲੈ ਸਕਦੇ ਹੋ। ਔਰ ਡੇਲੀ ਜਿਹੜਾ ਤੁਹਾਡਾ ਸਟੋਰ ਖੋਲ੍ਹਣ ਦਾ ਟਾਈਮ ਕੀ ਹੈਗਾ? ਆਪਣਾ ਜੀ 10:30 to 6:00 ਮੰਡੇ ਟੂ ਸੈਚਰਡੇ, ਸੰਡੇ ਕਲੋਜ਼ ਹੁੰਦੇ ਹਾਂ ਅਸੀਂ। ਸੰਡੇ ਨੂੰ ਤੁਸੀਂ ਹਫ਼ਤਾ ਘਰ ਆਪਣੇ ਬੜੇ ਆਰਾਮ ਨਾਲ ਬਣਾ ਸਕਦੇ ਹੈਗੇ ਆ, ਇਹ ਨਹੀਂ ਕਿ ਸੇਲ ਦੇ ਉੱਤੇ ਆਉਣਾ ਹੈਗਾ, ਕਿਉਂਕਿ ਜਿਹੜੀ ਗੋਲਡ ਦੀ ਪਿਓਰਿਟੀ ਹੈਗੀ ਆ 24 ਕੈਰਟ ਜਿਹੜਾ ਸੋਨਾ ਹੈਗਾ ਆ ਉਹਦੇ ਲਈ ਬਹੁਤ ਜ਼ਰੂਰੀ ਆ, ਉਹਨੂੰ ਪਰਖਣ ਦੀ ਮਸ਼ੀਨ ਵੀ ਇਹਨਾਂ ਦੇ ਕੋਲ ਹੀ ਹੈਗੀ ਆ। ਜਿਉਂਦੇ ਰਹੋ, ਵੱਸਦੇ ਰਹੋ, ਔਰ ਚੀਨਾ ਜੂਲਰ 'ਤੇ ਆ ਕੇ ਤੁਹਾਡੇ ਘਰ 'ਚ ਵਿਆਹ ਸ਼ਾਦੀ ਕੋਈ ਵੀ ਮੌਕਾ ਹੈਗਾ, ਤੁਸੀਂ ਗੋਲਡ ਜੂਲਰੀ ਲੈਣੀ ਹੈਗੀ ਆ, ਡਾਇਮੰਡ ਜੂਲਰੀ ਲੈਣੀ, ਤੁਹਾਨੂੰ ਮੈਂ ਦਿਖਾ ਲਿਆ, ਤੁਸੀਂ ਦੇਖਿਆ ਕਿਸ ਤਰੀਕੇ ਦੇ ਪਿਆਰੇ ਪਿਆਰੇ ਸੈੱਟ ਇੱਥੇ ਹੈਗੇ ਆ, ਤੁਸੀਂ ਜ਼ਰੂਰ ਆਓ। ਔਰ ਜਸ ਪੰਜਾਬੀ ਵੱਲੋਂ, ਜਸ ਬ੍ਰੌਡਕਾਸਟਿੰਗ ਅਦਾਰਾ ਵੱਲੋਂ, ਅਸੀਂ ਚੀਨਾ ਜੂਲਰ ਦਾ, ਇੰਦਰਜੀਤ ਸਿੰਘ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਨੂੰ ਅੱਜ ਇਹਨਾਂ ਨੇ ਤੁਹਾਡੇ ਤੱਕ ਇਹ ਪ੍ਰੋਗਰਾਮ ਪਹੁੰਚਾਉਣ ਦਾ ਮੌਕਾ ਦਿੱਤਾ ਹੈਗਾ। ਥੈਂਕ ਯੂ ਵੈਰੀ ਮਚ ਚੀਨਾ ਜੀ, ਥੈਂਕ ਯੂ, ਥੈਂਕ ਯੂ। ਸੋ ਦੋਸਤੋ, ਮਿਲਦੇ ਹਾਂ, ਵੇਖਦੇ ਰਹੋ ਜਸ ਟੀਵੀ, ਤੁਹਾਡਾ ਆਪਣਾ ਟੀਵੀ, ਦਿਓ ਜਾਜੇ ਦੀਪਕ ਤਿਮਾਨ ਨੂੰ, ਸ਼ਾਮ ਨੂੰ ਮਿਲਾਂਗੇ, ਬਾਏ।